ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪੁੱਤਰ ਪ੍ਰਕਾਸ਼ 1 April ਸਨ 1621 ਈਸਵੀ ਨੂੰ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜੋ ਬਾਜ਼ਾਰ ਵਿੱਚ ਹੁਣ ਅਸਥਾਨ ਹੈ ਗੁਰਦਵਾਰ ਗੁਰੂ ਕੇ ਮਹਿਲ ਦੀ ਪਾਵਨ ਪਵਿੱਤਰ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਧੰਨ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਹੋਇਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਚਾਰ ਭਰਾ ਅਤੇ ਇੱਕ ਭੈਣ ਸਭ ਨਾਲੋਂ ਛੋਟੇ ਛੇਵੀਂ ਜਗ੍ਹਾ ਉੱਤੇ ਸਨ ਔਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਸਨ 1621 ਈਸਵੀ ਨੂੰ ਜਦੋਂ ਹੋਇਆ ਗੁਰੂ ਵਿਲਾਸ ਪਾਤਸ਼ਾਹੀ ਸ਼ੇਮੀਂਦਰ ਚਿੱਤਲ ਲਿਖਦਾ ਹੈ ਕਿ ਅੰਮ੍ਰਿਤ ਵੇਲੇ ਪਹਿਲੇ ਪਹਿਰ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਸਾ ਦੀ ਵਾਰ ਸਰਵਣ ਕਰ ਰਹੇ ਸਨ ਉਦੋਂ ਘਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਘਰ ਤੋਂ ਗੁਰੂ ਕੇ ਮਹਿਲ ਤੋਂ ਚੱਲ ਕੇ ਇੱਕ ਸਿੱਖ ਮੇਵੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਖਬਰ ਦਿੰਦਾ ਹੈ ਮਹਾਰਾਜ ਤੁਹਾਡੇ ਘਰ ਇੱਕ ਖੁਸ਼ੀ ਦੀ ਖਬਰ ਹੈ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਸਾਂ ਦੀ ਵਾਰ ਦੇ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਸਮੇਤ ਗੁਰਸਿੱਖਾਂ ਸਮੇਤ ਆਪਣੇ ਘਰ ਗਏ ਸਭ ਨੇ ਵਧਾਈਆਂ ਦਿੱਤੀਆਂ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਵਜਨਮੇ ਬਾਲਕ ਦੇ ਦਰਸ਼ਨ ਕੀਤੇ ਇਤਿਹਾਸ ਕਹਿੰਦਾ ਹੈ ਸਤਗੁਰਾਂ ਆਪਣੇ ਇਸ ਤਰ੍ਹਾਂ ਹੱਥਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲਿਆ ਬਹੁਤ ਪਿਆਰ ਕਰਕੇ ਮਸਤਕ ਚੁੰਮਿਆ ਛਾਤੀ ਨਾਲ ਲਾਇਆ ਔਰ ਜਦੋਂ ਵਾਪਸ ਮਾਤਾ ਨਾਨਕੀ ਨੂੰ ਸੰਭਣ ਲੱਗੇ ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪੈਰਾਂ ਵੱਲ ਇਸ ਤਰ੍ਹਾਂ بڑے ਅਦਬ ਨਾਲ ਸਿਰ ਝੁਕਾ ਕੇ ਸਜਦਾ ਕੀਤਾ ਕੋਲ ਖਲੋਤ ਤੇ ਸਭ ਸਿੱਖਾਂ ਨੇ ਵੇਖਿਆ ਮਹਾਰਾਜ ਇੰਨਾ ਅਦਬ ਸਤਕਾਰ ਆਪਣੇ ਪੁੱਤਰ ਦਾ ਭਾਈ ਸਾਹਿਬ ਭਾਈ ਵਿਧੀਚਨ ਸਾਹਿਬ ਸਤਿਗੁਰ ਜੀ ਦੇ ਕੋਲ ਸਨ ਉਹਨਾਂ ਪੁੱਛਿਆ ਮਹਾਰਾਜ ਇੰਨਾ ਅਦਬ ਸਤਕਾਰ ਤੁਸੀਂ ਪਿਆਰ ਕੀਤਾ ਤਾਂ ਗੱਲ ਸਮਝ ਆਉਂਦੀ ਹੈ ਹਰ ਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਪਰ ਮਹਾਰਾਜ ਸਿਰ ਝੁਕਾ ਕੇ ਸਜਦਾ ਕਰਨਾ ਇੰਨਾ ਅਦਬ ਕਿਉਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਕਹਿੰਦੇ ਭਾਈ ਵਿਦੀ ਚੰਦ ਇਹ ਕੋਈ ਆਮ ਪੁਰਸ਼ ਨਹੀਂ ਜੋ ਸਾਡੇ ਘਰ ਅੱਜ ਪੈਦਾ ਹੋਇਆ ਹੈ ਜਿਸ ਨੇ ਸਾਡੇ ਘਰ ਵਿੱਚ ਜਨਮ ਧਾਰਿਆ ਹੈ ਇਹ ਕੋਈ ਆਮ ਪੁਰਸ਼ ਨਹੀਂ ਮਹਾਰਾਜ ਫਿਰ ਸਤਗੁਰਾਂ ਕਹਿਆ ਦੀਨ ਰਛਕ ਸੰਕਟ ਹਰਨ ਧੀਰ ਤੁਰੰਤਰ ਅਜਰ ਜਰਨ ਬਿਦੀ ਚੰਦ ਇਹ ਧੀਰਜ ਵਿੱਚ ਇੰਨਾ ਤੁਰੰਤਰ ਭਾਵ ਟਿਕਿਆ ਹੋਇਆ ਹੈ ਇਹ ਅਜਰ ਨੂੰ ਜਰਨ ਵਾਲਾ ਹੈ ਇਹ ਦੀਨ ਦਾ ਧਰਮ ਦਾ ਰक्षक ਹੈ ਇਹ ਦੁਨੀਆ ਦੇ ਸੰਕਟ ਹਰਨ ਵਾਲਾ ਸਾਡੇ ਘਰ ਵਿੱਚ ਆਇਆ ਹੈ ਇਹ ਕੋਈ ਆਮ ਪੁਰਸ਼ ਨਹੀਂ ਸਤਗੁਰਾਂ ਬਚਨ ਕਿਹਾ ਇਹ ਦੀਨ ਰਛਕ ਹੋਣਗੇ ਇਹ ਸੰਕਟ ਹਰਨ ਹੋਣਗੇ ਤੇ ਇਹ ਜੋ ਸਾਡੇ ਘਰ ਅੱਜ ਜਿਸ ਨੇ ਜਨਮ ਲਿਆ ਇਹ ਧੀਰਜ ਦਾ ਤੁਰਾ ਤੇ ਅਜਰ ਨੂੰ ਜਰਨ ਵਾਲਾ ਹੈ ਉਸ ਵਕਤ ਸਤਗੁਰਾਂ ਨਾਮ ਰੱਖਿਆ ਤੇਗ ਬਹਾਦਰ ਦਸਾਂ ਪਾਤਸ਼ਾਹੀਆਂ ਦੇ ਨੋਵਾਂ ਵਿੱਚੋਂ ਇੱਕ ਸਿਰਫ ਨੋਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਫਾਰਸੀ ਵਿੱਚੋਂ ਲਿਆ ਗਿਆ ਬਾਕੀ ਸਭ ਸਾਧ ਸੰਗਤ ਹਿੰਦੀ ਪੰਜਾਬੀ ਗੁਰਮੁਖੀ ਭਾਸ਼ਾ ਵਿੱਚੋਂ ਨਾਮ ਰੱਖੇ ਗਏ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਫਾਰਸੀ ਭਾਸ਼ਾ ਤੋਂ ਚੁਣਿਆ ਗਿਆ। ਤੇਗ ਸ਼ਬਦ ਵੀ ਫਾਰਸੀ ਦਾ ਹੈ। ਬਹਾਦਰ ਸ਼ਬਦ ਵੀ ਫਾਰਸੀ ਭਾਸ਼ਾ ਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾਮ ਰੱਖਿਆ ਤੇਗ ਬਹਾਦਰ। ਨਾਲ ਕਹੇ ਦੀਨ ਇਹ ਧਰਮ ਦਾ ਰक्षक ਹੈ। ਦੀਨ ਰक्षक ਸੰਕਟ ਹਰਨ ਧੀਰ ਤੁਰੰਤਰ ਅਜਰਨ ਜਰਨ ਇਹ ਜਰਨੂ ਜਰਨ ਵਾਲਾ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਫਿਰ ਬਚਨ ਹੋਰ ਕਿਹਾ ਜਦੋਂ ਮਹਤਾ ਨਾਨਕੀ ਨੇ ਕਿਹਾ ਮਹਾਰਾਜ ਤੁਹਾਡੇ ਘਰ ਦੂਜੇ ਵੀ ਚਾਰ ਪੁੱਤਰ ਨੇ ਮਹਾਰਾਜ ਬਾਬਾ ਅਨੀ ਰਾਏ ਬਾਬਾ ਅਟਲ ਰਾਏ ਬਾਬਾ ਸੂਰਜਮਲ ਧਨ ਗੁਰੂ ਗੁਰਬਾਬਾ ਗੁਰਦਿੱਤਾ ਸਾਹਿਬ ਇਹ ਵੀ ਤਾਂ ਤੁਹਾਡੇ ਪੁੱਤਰ ਨੇ ਤੁਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹੋ ਪਰ ਇੰਨਾ ਅਦਬ ਸਤਕਾਰ ਮੇਰੇ ਤੇਗ ਬਹਾਦਰ ਨੂੰ ਕਿਉਂ ਉਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹਿ ਨਾਨਕੀ ਇਹ ਬਹੁਤ ਵੱਡਾ ਦੀਨ ਰਸ਼ਕ ਹੈ ਸੰਕਟ ਹਰਨ ਤੇ ਸਭ ਤੋਂ ਵੱਡੀ ਗੱਲ ਇਹਦੇ ਘਰ ਵਿੱਚ ਇੱਕ ਦਿਨ ਬਹੁਤ ਵੱਡਾ ਮਹਾਵਲੀ ਯੋਧਾ ਜਨਮ ਲਏਗਾ ਜਿਹਦੇ ਸਾਹਮਣੇ ਤੁਰਕਾਂ ਦੀ ਤਾਕਤ ਖਤਮ ਹੋ ਜਾਏਗੀ ਜ਼ੁਲਮ ਕਰਨ ਵਾਲੇ ਤੁਰਕਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਗਾ ਛੇਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਛੋਟੀ ਉਮਰ ਰਜੇ ਕੁਝ ਘੰਟਿਆਂ ਦੀ ਉਮਰ ਰ ਤੇ ਸਹਾ ਸੰਗਤ ਕਿਥੋਂ ਤੱਕ ਬਚਨ ਕਹਿ ਦਿੱਤੇ ਇਹਦੇ ਘਰ ਵਿੱਚ ਅੱਗੇ ਮਹਾਵਲੀ ਯੋਧਾ ਜਨਮ ਲਏਗਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਹੇ ਇਸ ਕੇ ਗ੍ਰਹਿ ਪ੍ਰਗਟੇ ਸੁਤ ਬਲਵੰਡ ਅੱਗੋਂ ਇਹਦੇ ਘਰ ਵਿੱਚ ਵੀ ਮਹਾਵਲੀ ਯੋਧਾ ਹੋਣਾ ਇਸ ਕੇ ਗ੍ਰਹਿ ਪ੍ਰਗਟੇ ਸੁਤ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ ਇੱਕ ਮਹਾਬਲੀ ਯੋਧਾ ਜਿਹਦਾ ਪ੍ਰਤਾਪ ਲੋਕਾਂ ਤੋਂ ਝੱਲਿਆ ਨਹੀਂ ਜਾਏਗਾ ਵੱਡੇ-ਵੱਡੇ ਜ਼ੁਲਮ ਕਰਨ ਵਾਲਿਆਂ ਦੀ ਜੜ 뿌ਟ ਦੇਗਾ ਉਹ ਇਸ ਧਰਤੀ ਤੇ ਜਿਹੜਾ ਇਸ ਧਰਤੀ ਤੇ ਤੀਜੇ ਪੰਥ ਨੂੰ ਅਮਲੀ ਜਮ ਅਮਲੀ ਜਮਾ ਦੇਗਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਬਾਰੇ ਵੀ ਬਚਨ ਕਹਿ ਦਿੱਤੇ ਮੈਂ ਕੱਲ੍ਹ ਇਹ ਬਚਨ ਗੁਰੂ ਕੇ ਮਹਿਲ ਸ੍ਰੀ ਉਮਰਤਸਰ ਸਾਹਿਬ ਬੇਨਤੀ ਕੀਤੀ ਸਾਡੇ ਸਿੱਖਾਂ ਵਿੱਚ ਇਸ ਗੱਲ ਦੀ ਕਈ ਵਾਰ ਸ਼ੰਕੇ ਹੋਣ ਲੱਗ ਪਏ ਨਹੀਂ ਜੀ ਐ ਗੁਰੂ ਨੇ ਅੱਗੇ ਕਿਵੇਂ ਕਹਿ ਦਿੱਤਾ ਦਸਵੇਂ ਪਾਤਸ਼ਾਹ ਤੱਕ ਇਹ ਗੁਰੂ ਕਾਲ ਦੇ ਅੰਦਰ ਸਾਧ ਸੰਗਤ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਬਚਨ ਹੋਏ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਆਪਣੀ ਹਿਯਾਤੀ ਵਿੱਚ ਗੁਰਤੰਗ ਗੱਦੀ ਤੇ ਗੋਇੰਦਵਾਲ ਸਾਹਿਬ ਰਾਜਮਾਨ ਨੇ ਤੁਸੀਂ ਕਥਾ ਸੁਣਦੇ ਰਹਿੰਦੇ ਹੋ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਪਹਿਲਾਂ ਵੀ ਦੋ ਦੋਤੇ ਖੇਡਦੇ ਰਹੇ ਨੇ ਬੀਬੀ ਭਾਨੀ ਦੇ ਦੋ ਪੁੱਤਰ ਬਾਬਾ ਮਹਾਂਦੇਵ ਤੇ ਬਾਬਾ ਪ੍ਰਿਥੀ ਚੰਦ ਨੰਨੇ ਨੂੰ ਆਪਣੇ ਦੋਤਿਆਂ ਦਾ ਤੇ ਦਾਦੇ ਨੂੰ ਆਪਣੇ ਪੁੱਤਿਆਂ ਦਾ ਬੜਾ ਪਿਆਰ ਹੁੰਦਾ ਆਪਣੀ ਗੋਦੀ ਵਿੱਚ ਦੋਮਾਂ ਦੋਤਿਆਂ ਨੂੰ ਖੜਾਇਆ ਬਾਬਾ ਪ੍ਰਿਥੀ ਚੰਦ ਵੀ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਖੇਡਦੇ ਰਹੇ ਬਾਬਾ ਮਹਾਂਦੇਵ ਵੀ ਖੇਡਦੇ ਰਹੇ ਪਰ ਜਿੱਦਣ ਸਭ ਤੋਂ ਛੋਟੇ ਗੁਰੂ ਅਰਜਨ ਦੇ ਮਹਾਰਾਜ ਰੋੜਦਿਆਂ ਰੋੜਦਿਆਂ ਮੰਜੀ ਦਾ ਪਾਵਾ ਪਕੜ ਕੇ ਖੜੇ ਹੁੰਦੇ ਨੇ ਉਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਕੌਣ ਹੈ ਜਿਸ ਨੇ ਸਾਡੀ ਮੰਜੀ ਹਲਾਈ ਪਿੱਛੇ ਖਲੋਤੇ ਹੱਥ ਜੋੜ ਕੇ ਬੀਬੀ ਭਾਨੀ ਨੇ ਕਿਹਾ ਪਿਤਾ ਗੁਰਦੇਵ ਇਹ ਤੁਹਾਡਾ ਛੋਟਾ ਦੋਤਾ ਹੈ ਅਰਜਨ ਦੇਵ ਤੇ ਸਾਧ ਸੰਗਤ ਉਸੇ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਵੇਖ ਕੇ ਆਪਣੇ ਹੱਥਾਂ ਵਿੱਚ ਉੱਕ ਲਿਆ ਗੋਦੀ ਵਿੱਚ ਬਿਠਾ ਕੇ ਇੱਕ ਗੱਲ ਕਹੀ ਭਾਨੀਏ ਇਹ ਕੱਲਾ ਦੋਤਾ ਨਹੀਂ ਸਾਡਾ ਇਹ ਦੁਹਤਾ ਬਾਣੀ ਦਾ ਬਹੁਤਾ ਹੋਏਗਾ ਅਜੇ ਉਮਰ ਬਿਲਕੁਲ ਛੋਟੀ ਹੈ ਇੰਨੇ ਸਾਲ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਦੁਹਤਾ ਬਾਣੀ ਦਾ ਬਹੁਤਾ ਅਜੇ ਤਾਂ ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ 7 ਸਾਲ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਤੇ ਰਹਿਣਾ ਸੀ ਇਤਿਹਾਸ ਪੜੋ 7 ਸਾਲ ਗੁਰੂ ਰਾਮਦਾਸ ਮਹਾਰਾਜ ਫਿਰ ਗੁਰਤਾ ਗੱਦੀ ਤੇ ਰਹੇ ਪਰ ਗੁਰੂ ਅਮਰਦਾਸ ਮਹਾਰਾਜ ਨੇ ਕਿੰਨੇ ਸਾਲ ਪਹਿਲਾਂ ਬਚਨ ਕਹੇ ਦੁਹਤਾ ਬਾਣੀ ਦਾ ਬਹੁਤਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਸ ਤਰ੍ਹਾਂ ਦੇ ਸਾਹਸ ਸੰਗਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਦੇ ਆਪਣੇ ਹਿੱਸੇ ਦਾ ਪੁੱਤਰ ਦੇ ਕੇ ਕਹਿੰਦੇ ਨੇ ਲੈ ਭਾਈ ਆਦਮ ਆਪਣੇ ਘਰ ਦਾ ਪੁੱਤਰ ਤੈਨੂੰ ਬਖਸ਼ਿਆ ਹੁਣ ਤੇਰੇ ਘਰ ਵਿੱਚ ਪੁੱਤਰ ਹੋਏਗਾ ਉਹਦਾ ਨਾਮ ਭਾਈ ਭਗਤੂ ਰੱਖੀ ਦਸਵੇਂ ਪਾਤਸ਼ਾਹ ਤੱਕ ਉਹਦੀ ਵੰਸ਼ ਦੀ ਸਿੱਖੀ ਚੱਲੀ ਜੇ ਕੋਈ ਦੁਨਿਆਵੀ ਛੋਟਾ ਮੋਟਾ ਵਿਦਿਆ ਜਾਨਣ ਵਾਲਾ ਜੋਤਿਸ਼ ਵਿਦਿਆ ਦਾ ਗਿਆਨ ਰੱਖਣ ਵਾਲਾ ਪੰਡਤ ਕੋਈ ਪਹਿੰਦਾ ਸਾਲ 20 ਸਾਲ ਅੱਗੇ ਗੱਲ ਦੱਸ ਸਕਦਾ ਹੈ ਮੇਰਾ ਗੁਰੂ ਤਾਂ ਸਮਰਥ ਹੈ ਸਾਸ ਸੰਗਤ ਇਹ ਤਾਂ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਇਹ ਤਾਂ ਗੁਰੂ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗ ਘਾਰ ਆਕਾਰ ਜੋਤ ਜਗ ਮੰਡਲ ਕਰਿਓ ਇਹ ਤਾਂ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਇਹ ਤਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਪ੍ਰਤਖ ਹਰਨੇ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਨਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਇਹ ਤਾਂ ਗੁਰੂ ਨਾਨਕ ਦਾ ਘਰ ਸਿੱਧਾ ਗੁਰੂ ਰੱਬ ਹੈ ਗੁਰੂ ਤੇ ਰੱਬ ਵਿੱਚ ਭੇਦ ਹੀ ਕੋਈ ਨਹੀਂ ਸਤ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਵਿਲੇ 6ਵੇਂ ਪਾਤਸ਼ਾਹ ਨੇ ਬਚਨ ਕਹਿ ਦਿੱਤੇ ਕਿ ਇਸ ਕੇ ਗ੍ਰਹਿ ਪ੍ਰਗਟੇ ਸੁਤ ਬਲਬੰਡ ਤੇਜ ਪ੍ਰਚੰਡ ਤੁਰੰਡ ਖਲ ਖੰਡ ਆਪਾਂ ਕਈ ਵਾਰ ਕਹਿੰਨੇ ਜੀ ਗੁਰੂ ਨੂੰ ਐ ਨਾ ਕਹੋ ਕਿ ਗੁਰੂ ਦਾ ਜਨਮ ਹੋਇਆ ਇਹ ਠੀਕ ਹੈ ਪ੍ਰਕਾਸ਼ ਪੁਰਬ ਬਹੁਤ ਸੋਹਣਾ ਸ਼ਬਦ ਹੈ ਪ੍ਰਕਾਸ਼ ਪੁਰਬ ਹੀ ਕਹਿਣਾ ਚਾਹੀਦਾ ਪਰ ਸਾਧ ਸੰਗਤ ਜੇ ਕੋਈ ਗੁਰੂ ਦਾ ਜਨਮ ਵੀ ਕਹਿ ਦੇ ਕਿ ਗੁਰੂ ਦਾ ਜਨਮ ਹੋਇਆ ਜਾਂ ਅਵਤਾਰ ਹੋਇਆ ਆਗਮਨ ਹੋਇਆ ਸ਼ਬਦ ਕੋਈ ਮਾੜਾ ਨਹੀਂ ਅੰਦਰ ਭਾਵਨਾ ਸਹੀ ਹੋਣੀ ਚਾਹੀਦੀ ਆਪਾਂ ਨੂੰ ਸ਼ਬਦ ਦੇ ਰੋਲੇ ਵਿੱਚ ਨਹੀਂ ਪੈਣਾ ਚਾਹੀਦਾ ਕੱਲ ਵੀ ਮੈਂ ਉੱਥੋਂ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਤੋਂ ਬੇਨਤੀ ਕੀਤੀ ਅਸੀਂ ਕਈ ਵਾਰ ਸ਼ਬਦਾਂ ਦੇ ਰੋਲੇ ਵਿੱਚ ਪੈ ਗਏ ਜੇ ਆਪਾਂ ਕਹੀਏ ਜਨਮ ਨਹੀਂ ਕਹਿਣਾ ਆਪਾਂ ਕਹਿੰਨੇ 6ਵੇਂ ਪਾਤਸ਼ਾਹ ਦੇ ਘਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਨਮ ਹੋਇਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਨਮ ਹੋਇਆ ਉਦੋਂ ਪਾਤਸ਼ਾਹ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਸੁਣ ਰਹੇ ਸੀ ਹੁਣ ਜਨਮ ਸ਼ਬਦ ਵੀ ਮਾੜਾ ਨਹੀਂ ਇਹ ਵੀ ਸਹਾਸੰਗਤ ਕਿਹਾ ਜਾ ਸਕਦਾ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੋਹਰ ਲੱਗੀ ਹੈ ਇਹਨੂੰ ਸਤਗੁਰ ਜੀ ਨੇ ਪ੍ਰਵਾਨ ਕੀਤਾ ਹੈ ਸ਼ਬਦ ਨੂੰ ਇਹ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ ਜਦੋਂ ਭੱਟ ਸਹਿ ਮੰਨ ਗੁਰੂ ਅਰਜਨ ਦੇ ਮਹਾਰਾਜ ਵਾਸਤੇ ਕਹਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਉਥੇ ਜਨਮਤ ਦਾ ਅਰਥ ਵੀ ਜਨਮ ਹੈ ਕਿ ਮਹਾਰਾਜ ਤੁਸੀਂ ਜਨਮ ਤੋਂ ਹੀ ਉਸ ਗੁਰਮਤ ਨੂੰ ਰੱਬ ਨੂੰ ਪਛਾਣਿਆ ਤੇ ਜਨਮ ਤੋਂ ਗੁਰਮਤਿ ਬ੍ਰਹਮੁ ਪਛਾਨਿ ਇੱਕ ਸ਼ਬਦ ਹੁਣੇ ਹੀ ਆਪਾਂ ਪੜਿਆ ਧੰਨ ਤਨ ਪਿਤਾ ਧੰਨ ਤਨ ਕੁਲ ਧੰਨ ਤਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ ਜਣਿਆ ਦਾ ਅਰਥ ਵੀ ਜਨਮ ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ ਹੈ ਗੁਰੂ ਦਾ ਅਵਤਾਰ ਪੁਰਬ ਕਹ ਲੋ ਗੁਰੂ ਦਾ ਪ੍ਰਕਾਸ਼ ਪੁਰਬ ਕਹ ਗੁਰੂ ਦਾ ਆਗਮਨ ਪੁਰਬ ਕਹ ਆਗਮਨ ਦਾ ਅਰਥ ਵੀ ਜੇ ਕਹੀਏ ਜਨਮ ਤੇ ਮਰਨ ਹੈ ਇਦਾਂ ਆਗਮਨ ਦਾ ਅਰਥ ਵੀ ਸਾਥ ਸੰਗਤ ਜਨਮ ਮਰਨ ਆਗਮਨ ਦਾ ਅਰਥ ਆ ਦਾ ਅਰਥ ਔਣਾ ਗਵੰਦ ਅਰਥ ਚਲੇ ਜਾਣਾ ਆਉਣਾ ਤੇ ਜਾਣਾ ਆਗਮਨ ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ ਹੈ ਤੁਸੀਂ ਅਵਤਾਰ ਪੁਰਬ ਵੀ ਕਹਿ ਸਕਦੇ ਹੋ ਪ੍ਰਕਾਸ਼ ਪੁਰਬ ਵੀ ਕਹਿ ਸਕਦੇ ਹੋ ਪਰ ਪ੍ਰਕਾਸ਼ ਪੁਰਬ ਬੜਾ ਸ਼ੋਭਨਿਕ ਸ਼ਬਦ ਹੈ ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ ਜਦੋਂ ਸਹਿਬ ਨੇ ਕਿਹਾ ਧਰਨ ਗगन ਨਵ ਖੰਡ ਮੈਂ ਜੋਤ ਸਭ ਰੂਪੀ ਰਹੋ ਭਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਅਗਲੇ ਸਵਈਏ ਵਿੱਚ ਕਿਹਾ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਅਵਤਾਰ ਸ਼ਬਦ ਗੁਰੂ ਨੇ ਪ੍ਰਵਾਨ ਕੀਤਾ ਕਿਹਾ ਜਾ ਸਕਦਾ ਕਿਉਂਕਿ ਗੁਰੂ ਵਾਸਤੇ ਵਰਤੇ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਗੁਰੂ ਵਾਸਤੇ ਅਵਤਾਰ ਪ੍ਰੋਵਿਵਰਤਿਆ ਜਾ ਸਕਦਾ ਸੋ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪ੍ਰਕਾਸ਼ ਸਨ 1621 ਈਸਵੀ ਚ ਹੋਇਆ 6ਵੇਂ ਪਾਤਸ਼ਾਹ ਨੇ ਬਚਪਨ ਤੋਂ ਹਰ ਵਕਤ ਆਪਣੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ ਹਾਲਾਂਕਿ ਛੇਵੇਂ ਪਾਤਸ਼ਾਹ ਦੇ ਚਾਰ ਪੁੱਤਰ ਹੋਰ ਸਨ ਵੱਡੇ ਬਾਬਾ ਗੁਰਦਿੱਤਾ ਸਾਹਿਬ ਉਹਨੋਂ ਤੋਂ ਬਾਅਦ ਪਾਤਸ਼ਾਹ ਦੇ ਘਰ ਇੱਕ ਧੀ ਨੇ ਜਨਮ ਲਿਆ ਬੀਬੀ ਵੀਰੋ ਜੀ ਫਿਰ ਬਾਬਾ ਅਣੀ ਰਾਏ ਬਾਬਾ ਟੱਲ ਰਾਏ ਬਾਬਾ ਸੂਰਜਮਲ ਤੇ ਸਾਧ ਸੰਗਤ ਛੇਵੀਂ ਜਗ੍ਹਾ ਉੱਤੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਬੇਨਤੀ ਹੋਰ ਅੱਗੇ ਵੀ ਮੈਂ ਕਥਾ ਵਿੱਚ ਕਹੀ ਜਿਹੜੀ ਗੱਲ ਦੁਨੀਆ ਅੱਜ ਕਹਿੰਦੀ ਹੈ ਜੀ ਧੀਆਂ ਨੂੰ ਬਰਾਬਰਤਾ ਦੇਣੀ ਚਾਹੀਦੀ ਹੈ ਧੀਆਂ ਨੂੰ ਮਾਣ ਦੇਣਾ ਚਾਹੀਦਾ ਹੈ ਅੱਜ ਥਾਂ ਥਾਂ ਤੇ ਲੋਕ ਸੈਮੀਨਾਰ ਕਰਦੇ ਨੇ ਦੀਵਾਰਾਂ ਉੱਤੇ ਸਕੂਲ ਦੀਆਂ ਕੰਧਾਂ ਤੇ ਲਿਖਿਆ ਹੁੰਦਾ ਰੱਖ ਤੇ ਕੁੱਖ ਬਚਾਓ ਧੀਆਂ ਨੂੰ ਕੁੱਖਾਂ ਜਨਾ ਮਾਰੋ ਜਿਹੜੀਆਂ ਗੱਲਾਂ ਅੱਜ ਲੋਕਾਂ ਨੂੰ ਸਮਝਾਈਆਂ ਜਾ ਰਹੀਆਂ ਨੇ ਇਹ 500 ਸਾਲ ਪਹਿਲਾਂ ਮੇਰੇ ਗੁਰੂ ਨੇ ਸਮਝਾਈ ਹੈ 500 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਦੁਨੀਆ ਦੇ ਲੋਕੋ ਪੁੱਤਰ ਭਾਵੇਂ 4-4 5-5 ਤੁਹਾਡੇ ਘਰ ਹੋ ਜਾਣ ਪਰ ਧੀਆਂ ਤੋਂ ਬਿਨਾਂ ਤੁਹਾਡਾ ਘਰ ਖਾਲੀ ਰਹੇਗਾ ਤੁਹਾਡੇ ਘਰ ਭਾਵੇਂ 4-4 5-5 ਪੁੱਤਰ ਹੋਣ ਧੀਆਂ ਤੋਂ ਬਿਨਾਂ ਘਰਾਂ ਵਿੱਚ ਰੌਣਕਾਂ ਧੀਆਂ ਤੋਂ ਬਿਨਾਂ ਘਰਾਂ ਵਿੱਚ ਸੁੱਖ ਸੁਭਦ ਸਵਾਰਥ ਨਹੀਂ ਧੀਆਂ ਤੋਂ ਬਿਨਾਂ ਤੁਹਾਡੇ ਘਰ ਵਿੱਚ ਸਕੂਨ ਨਹੀਂ ਧੀਆਂ ਤੋਂ ਬਿਨਾਂ ਘਰ ਖਾਲੀ ਰਹਿੰਦੇ ਨੇ ਇਹ ਗੱਲ ਗੁਰੂ ਨੇ ਉਪਦੇਸ਼ ਦਿੱਤਾ ਜਦੋਂ 6ਵੇਂ ਪਾਤਸ਼ਾਹ ਦੇ ਘਰ ਸਭ ਤੋਂ ਪਹਿਲਾਂ ਵੱਡੇ ਸੁਪੁੱਤਰ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਸਾਹਿਬ ਦਾ ਹਜ਼ੂਰ ਪਰਸੰਨ ਹੋਏ ਤੇ ਗੋਦੀ ਵਿੱਚ ਚੁੱਕੇ ਹੋਏ ਬਾਬਾ ਗੁਰਦਿੱਤਾ ਸਾਹਿਬ ਨੂੰ ਮਾਂ ਗੰਗਾ ਬੜਾ ਪਿਆਰ ਕਰ ਰਹੀ ਸੀ ਜਦੋਂ ਮਾਤਾ ਗੰਗਾ ਦੇ ਚਿਹਰੇ ਦੀ ਖੁਸ਼ੀ ਵੇਖੀ ਤਾਂ ਛੇਵੇਂ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਮਾਂ ਅੱਜ ਤੁਸੀਂ ਬਹੁਤ ਖੁਸ਼ ਹੋ ਤੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੀ ਮਹਿਲ ਹੈ ਤੂੰ ਮੇਰੀ ਪੀਰੀ ਦੇ ਮਾਲਕ ਦੀ ਧੰਨ ਜਨਨੀ ਮਾਂ ਹੈ ਤੇ ਮਾਂ ਗੰਗਾ ਅੱਜ ਤੁਸੀਂ ਬਹੁਤ ਖੁਸ਼ ਹੋ ਕੋਈ ਅਸੀਸ ਦਿਓ ਜਦੋਂ ਮਾਂ ਖੁਸ਼ ਹੋਵੇ ਉਦੀ ਦਿੱਤੀ ਹੋਈ ਅਸੀਸ ਪੁੱਤਾਂ ਨੂੰ ਲੱਗਦੀ ਹੈ ਇਹ ਯਾਦ ਰੱਖਿਓ ਜਦੋਂ ਮਾਪਿਓ ਬਹੁਤ ਖੁਸ਼ ਹੋਣ ਉਹਨਾਂ ਦੀ ਦਿੱਤੀ ਹੋਈ ਅਸੀਸ ਪੁੱਤਾਂ ਧੀਆਂ ਨੂੰ ਜ਼ਰੂਰ ਲੱਗਦੀ ਹੈ ਸਾਧ ਸੰਗਤ ਅੱਜ ਵੇਖਿਆ ਮਾਂ ਬੜੀ ਖੁਸ਼ ਹੈ ਤੇ ਛਵੇਂ ਪਾਤਸ਼ਾਹ ਨੇ ਕਿਹਾ ਕੋਈ ਅਸੀਸ ਦਿਓ ਤੇ ਮਹਾ ਗੰਗਾ ਨੇ ਕਿਹਾ ਖੁਸ਼ਵੇਂ ਪਤਾ ਕਿਉਂ ਮੇਰੀ ਖੁਸ਼ੀ ਦੇ ਦੋ ਕਾਰਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਤਸ਼ਾਹ ਕਹਿਣ ਲੱਗੇ ਮਾਂ ਦੋ ਕਾਰਨ ਕਿਵੇਂ ਕਹਿੰਦੇ ਇੱਕ ਕਾਰਨ ਮੇਰੀ ਖੁਸ਼ੀ ਦਾ ਇਹ ਹੈ ਕਿ ਅੱਜ ਮੈਂ ਦਾਦੀ ਬਣੀ ਆ ਜਦੋਂ ਕੋਈ ਦਾਦੀ ਬਣਦੀ ਦਾਦੀ ਨੂੰ ਪੁੱਤਰੇ ਦੀ ਬੜੀ ਖੁਸ਼ੀ ਹੁੰਦੀ ਹੈ ਤੇ ਦੂਜਾ ਮੇਰੀ ਖੁਸ਼ੀ ਦਾ ਕਾਰਨ ਪਤਾ ਕੀ ਹੈ ਜਿਹੜੇ ਮਿਹਣੇ ਮੈਂ ਲੋਕਾਂ ਦੇ ਕਦੇ ਸੁਣੇ ਨੇ ਮੇਰੀ ਨੋਂ ਨੂੰ ਉਹ ਮਿਹਣੇ ਨਹੀਂ ਸੁਣਨੇ ਪਏ ਇਸ ਲਈ ਮੈਂ ਖੁਸ਼ ਆ ਦੁਨੀਆ ਨੇ ਕਦੇ ਮੈਨੂੰ ਮਿਹਣੇ ਮਾਰੇ ਸੀ ਗੰਗਾ ਦੇ ਕਿਹੜਾ ਔਲਾਦ ਹੋਣੀ ਇਹਨੇ ਦੁਨੀਆ ਤੋਂ ਉੰਤਰੀ ਜਾਣਾ ਹੈ ਉਹ ਮਿਹਣੇ ਮਰੀਆਂ ਨੋਹਾਂ ਨੂੰ ਨਹੀਂ ਸੁਣਨੇ ਪਏ ਪਹਿਲੇ ਸਾਲ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਨਜ਼ਰ ਕਰ ਦਿੱਤੀ ਇਹ ਮਿਹਣੇ ਮਰੀਆਂ ਨੋਹਾਂ ਨੂੰ ਨਹੀਂ ਸੁਣਨੇ ਪਏ ਤਾਂ ਮੈਂ ਖੁਸ਼ ਐ ਕਿਉਂਕਿ ਸਾਥ ਸੰਗਤ ਸਭ ਤੋਂ ਵੱਡਾ ਦੁੱਖ ਇੱਕ ਵਿਅਕਤ ਔਰਤ ਵਾਸਤੇ ਸਭ ਤੋਂ ਵੱਡਾ ਦੁੱਖ ਹੈ ਉਹ ਗਰੀਬੀ ਚੱਲ ਸਕਦੀ ਹੈ ਘਰ ਦੇ ਦੁੱਖ ਚੱਲ ਸਕਦੀ ਹੈ ਪਰ ਸਾਥ ਸੰਗਤ ਕੋਈ ਉਹਨੂੰ ਮਿਹਣਾ ਮਾਰੇ ਨਾ ਇਹਨੇ ਅੰਤਰੀ ਜਾਣੇ ਇਹਦੇ ਨਹੀਂ ਔਲਾਦ ਹੋਣੀ ਉਹ ਮਿਹਣਾ ਉੱਤੋਂ ਜਰਿਆ ਨਹੀਂ ਜਾਂਦਾ ਇਹ ਸਭ ਤੋਂ ਵੱਡਾ ਦੁੱਖ ਹੈ ਕਿਸੇ ਦੇ ਔਲਾਦ ਨਾ ਹੋਵੇ ਤੇ ਉਹਨੂੰ ਮਿਹਣਾ ਮਾਰੇ ਕੋਈ ਸਾਥ ਸੰਗਤ ਤੋਂ ਲੋਕ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਨੇ ਉਹਨਾਂ ਲੋਕਾਂ ਨੂੰ ਥਾਇਰੋਇਡ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਇਦਾਂ ਦੀ ਟੈਨਸ਼ਨ ਪੈ ਜਾਂਦੀ ਆ ਹੁਣ ਇੱਕ ਬੀਬੀ ਮੈਨੂੰ ਦੋ ਤਿੰਨ ਦਿਨ ਤੋਂ ਵਿਚਾਰੀ ਫੋਨ ਕਰ ਰਹੀ ਸੀ ਉਹ ਕਹਿੰਦੀ ਭਾਈ ਸਾਹਿਬ ਜੀ ਮੇਰੇ ਨਾਲ ਤਿੰਨ ਕੁੜੀਆਂ ਹੋ ਗਈਆਂ ਪਰ ਮੈਨੂੰ ਕੁੜੀਆਂ ਦੇ ਹੋਣ ਦਾ ਧੀਆਂ ਦੇ ਹੋਣ ਦਾ ਮੈਨੂੰ ਦੁੱਖ ਨਹੀਂ ਪਰ ਮੇਰਾ ਘਰ ਸੱਸ ਸਹੁਰਾਂ ਤੇ ਹੋਰ ਆਲੇ ਦੁਆਲੇ ਨਰਾਨੀ ਜਠਾਣੇ ਤੇ ਮੇਰੇ ਘਰ ਵਾਲਾ ਕਹਿੰਦੀ ਹੁਣ ਮੈਨੂੰ ਮੈਂਟਲੀ ਟੌਰਚਰ ਕਰਨ ਲੱਗ ਪਿਆ ਕਿ ਤੇਰੇ ਲੜਕਾ ਹੋਣਾ ਹੀ ਨਹੀਂ ਹੈ ਹੁਣ ਅਸੀਂ ਕੀ ਕਰੀਏ ਤਿੰਨ ਲੜਕੀਆਂ ਹੋ ਗਈਆਂ ਤਾਂ ਕਹਿੰਦੀ ਐਨਾ ਮੈਨੂੰ ਧੀਆਂ ਨੂੰ ਜਨਮ ਦੇਣ ਦਾ ਦੁੱਖ ਨਹੀਂ ਜਿੰਨਾ ਉਹਨਾਂ ਦਾ ਮੈਂਟਲੀ ਟੌਰਚਰ ਕਰਨ ਕਰਕੇ ਬਿਮਾਰੀ ਲੱਗ ਰਹੀ ਹੈ ਸਾਥ ਸੰਗਤ ਕਿਸੇ ਦੇ ਘਰ ਧੀਆਂ ਹੋਣ ਉਹ ਬੀਬੀਆਂ ਨੂੰ ਮੈਂਟਲੀ ਟੌਰਚਰ ਨਾ ਕਰਿਓ ਇਹ ਯਾਦ ਰੱਖਿਓ ਧੀਆਂ ਨਾਲ ਤੁਹਾਡੇ ਘਰ ਚ ਬਰਕਤ ਪੈਂਦੀ ਐ ਆਪਣੇ ਲੇਖ ਲਿਖਾ ਕੇ ਆਉਂਦੀਆਂ ਨੇ ਜਿਹਦੇ ਘਰ ਵਿੱਚ ਧੀਆਂ ਨੇ ਯਾਦ ਰੱਖਿਓ ਉੱਥੇ ਕਿਸੇ ਚੀਜ਼ ਦੀ ਟੋਟ ਨਹੀਂ ਹੋ ਸਕਦੀ ਉਹ ਬੰਦੇ ਨੂੰ ਆਉਣ ਵਾਲੇ ਭੁੱਖੇ ਚ ਕਦੇ ਪਛਤਾਉਣਾ ਨਹੀਂ ਪਏਗਾ ਪਰ ਅਰਦਾਸ ਕਰਿਓ ਸਤਿਗੁਰੂ ਤੁਹਾਨੂੰ ਸਿੱਖੀ ਨਾਲ ਜੁੜੇ ਹੋਏ ਬੱਚੇ ਦੇਣ ਰੱਬ ਦਾ ਭੈ ਤੇ ਸਿਮਰਨ ਕਰਨ ਵਾਲੇ ਬੱਚੇ ਦੇਣ ਸਾਧ ਸੰਗਤ ਜਦੋਂ ਮਹਾਗੰਗਾ ਨੇ ਕਿਹਾ ਨਾ ਦੋ ਖੁਸ਼ੀਆਂ ਨੇ ਪਹਿਲਾ ਖੁਸ਼ੀ ਦਾ ਕਾਰਨ ਦਾਦੀ ਬਣੀ ਹੈ ਦੂਜਾ ਖੁਸ਼ੀ ਦਾ ਕਾਰਨ ਇਹ ਹੈ ਜਿਹੜੇ ਮਿਹਣੇ ਮੈਂ ਸੁਣੇ ਨੇ ਮੇਰੀਆਂ ਨੋਹਾਂ ਨੂੰ ਸੁਣਨੇ ਨਹੀਂ ਪਏ ਮੇਰੇ ਗੁਰੂ ਨਾਨਕ ਨੇ ਨਜ਼ਰ ਕਰ ਦਿੱਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਫਿਰ ਕੋਈ ਅਸੀਸ ਦਿਓ ਤੇ ਮਹਾਗੰਗਾ ਨੇ ਅਸੀਸ ਦਿੱਤੀ ਕਹਿੰਦੇ ਤੁਹਾਡੇ ਘਰ ਪੁੱਤਾਂ ਦੀ ਜੋੜੀ ਬਣ ਜਾਏ ਛੇਵੇਂ ਪਾਤਸ਼ਾਹ ਸੁਣ ਕੇ ਚੁੱਪ ਹੋ ਗਏ मां गंगा ਪੁੱਛਦੇ ਖੁਸ਼ ਨਹੀਂ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੇਟਾ ਤੁਸੀਂ ਖੁਸ਼ ਨਹੀਂ ਕਹਿੰਦੇ ਨਹੀਂ ਮਾਂ ਅਸੀਸ ਛੋਟੀ ਹੈ ਹੋਏ ਕੋਈ ਹੋਰ ਅਸੀਸ ਦਿਓ ਤੁਹਾਡਾ ਰਤਵਾ ਵੱਡਾ ਹੈ ਅਸੀਸ ਬਹੁਤ ਛੋਟੀ ਹੈ ਇਤੋਂ ਵੱਡੀ ਕੋਈ ਅਸੀਸ ਦਿਓ ਮਾਂ ਗੰਗਾ ਕਹਿੰਦੇ ਤੁਹਾਡੇ ਘਰ ਦੋ ਦੋ ਪੁੱਤਾਂ ਦੀਆਂ ਜੋੜੀਆਂ ਹੋ ਜਾਣ ਹੁਣ ਤਾਂ ਖੁਸ਼ ਹੋ ਕਹਿੰਦੇ ਨਹੀਂ ਫਿਰ ਮਹਾ ਗੰਗਾ ਨੇ ਕਿਹਾ ਚਲੋ ਇਸ ਤੋਂ ਵੱਡੀ ਅਸੀਸ ਮੇਰਾ ਗੁਰੂ ਨਾਨਕ ਨਦਰ ਕਰੇ ਤੁਹਾਡੇ ਘਰ ਪੰਜ ਪਰਵਾਨ ਪੰਜ ਪ੍ਰਧਾਨ ਪंचे ਭਾਵੇਂ ਦਰਗਾ ਮਾਨ ਪਰਵਾਨ ਤੇ ਹੋਏ ਪ੍ਰਧਾਨ ਹੋਏ ਦਰਗਾ ਤੋਂ ਮਾਣੇ ਹੋਏ ਤੁਹਾਡੇ ਘਰ ਪੰਜ ਪੁੱਤਰ ਹੋ ਜਾਣ ਹੁਣ ਤਾਂ ਖੁਸ਼ ਹੋ ਤੇ ਛੇਵੇਂ ਪਾਤਸ਼ਾਹ ਨੇ ਝੋਲੀ ਅੱਡ ਕੇ ਕਿਹਾ ਮਾਂ ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਮੈਨੂੰ ਇੰਜ ਲੱਗਦਾ ਜਿਵੇਂ ਗੁਰੂ ਹਰਗੋਬਿੰਦ ਦੀ ਝੋਲੀ ਖੱਲੀ ਹੋਵੇ ਮੇਰੀ ਝੋਲੀ ਭਰ ਦਿਓ ਮੇਰਾ ਵਿੜਾ ਭਰ ਦਿਓ ਮੈਨੂੰ ਪੁੱਤਾਂ ਦੀ ਅਸੀਸ ਦਿੱਤੀ ਇੱਕ ਧੀ ਦੀ ਅਸੀਸ ਦੇ ਦਿਓ ਧੀਆ ਨਾਲ ਵਿੜਾ ਭਰਦਾ ਮਾਂ ਗੰਗਾ ਨੇ ਖੁਸ਼ ਹੋ ਕੇ ਕਿਹਾ ਸਤਿਗੁਰੂ ਜਾਓ ਗੁਰੂ ਨਾਨਕ ਤੁਹਾਨੂੰ ਧੀ ਦੀ ਦਾਤ ਦੇਣ ਤੇ ਸਾਸ ਸੰਗਤ ਬਾਬਾ ਗੁਰਦਿੱਤਾ ਸਾਹਿਬ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਘਰ ਫਿਰ ਧੀ ਦਾ ਜਨਮ ਹੋਇਆ ਬੀਬੀ ਵੀਰੋਜੀ ਦਾ ਉਹਨਾਂ ਤੋਂ ਬਾਅਦ ਫਿਰ ਚਾਰ ਪੁੱਤਰ ਹੋਏ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਬਾਬਾ ਸੂਰਜਮਲ ਜੀ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਹਿ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਛੇਵੇਂ ਪਾਤਸ਼ਾਹ ਦੀ ਬੜੀ ਵੱਡੀ ਬਖਸ਼ਿਸ਼ ਰਹੀ ਹਰ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਾਲ ਰੱਖਿਆ ਇੰਨਾ ਸਾਧ ਸੰਗਤ ਦੂਜੇ ਚੋਂ ਪੁੱਤਰਾਂ ਨੂੰ ਨਾਲ ਨਹੀਂ ਰੱਖਿਆ ਜਿੰਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਿੰਨ ਕਟਨਾਵਾਂ ਦਾ ਅਸਰ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਬਚਵਨ ਵਿੱਚ ਹੀ ਪੈ ਗਿਆ ਤਾ ਸਾ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਐਡੀ ਵੱਡੀ ਕੁਰਬਾਨੀ ਦੇ ਮਾਲਕ ਨੇ ਪਹਿਲੀ ਘਟਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 1621 ਵਿੱਚ ਜਨਮ ਹੁੰਦਾ ਲਗਾਤਾਰ 10 ਸਾਲ 6ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਦੇ ਕੋਲ ਸਿੱਖਿਆ ਦਵਾਈ ਹਰ ਤਰ੍ਹਾਂ ਦੀ ਸਿੱਖਿਆ ਪੜਨਾ ਲਿਖਣਾ ਗੁਰਮਤਿ ਦੀ ਸਿੱਖਿਆ ਸਭ ਕੁਝ ਬਾਬਾ ਬੁੱਢਾ ਸਾਹਿਬ ਨੇ ਦਿੱਤੀ ਇੱਥੋਂ ਤੱਕ ਸ਼ਾਸਤਰ ਵਿਦਿਆ ਦਾ ਅਭਿਆਸ ਵੀ 10 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਸਾਹਿਬ ਨੇ ਕਰਵਾਇਆ ਬਾਬਾ ਬੁੱਢਾ ਸਾਹਿਬ ਕੋਲ 10 ਸਾਲ ਸਿੱਖਿਆ ਲੈਂਦੇ ਰਹੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਔਰ ਸਾਧ ਸੰਗਤ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ 10 ਸਾਲ ਦੀ ਉਮਰ ਹੋਈ ਉਦੋਂ ਸੰਨ 1631 ਈਸਵੀ ਵਿੱਚ ਬਾਬਾ ਬੁੱਢਾ ਸਾਹਿਬ ਦਾ ਅਕਾਲ ਚਲਾਣਾ ਹੋਇਆ। ਉਤੋਂ ਪਹਿਲਾਂ ਇੱਕ ਪ੍ਰਭਾਵ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਿਆ। ਅਜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਮਰ 8 ਸਾਲ ਦੀ ਸੀ। ਜਿੱਦਣ ਮਹਾਨ ਤਪਸਵੀ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਸਾਹਿਬ ਸਰੀਰ ਛੱਡਣ ਲੱਗੇ ਸਨ 1629 ਈਸਵੀ ਨੂੰ ਬਾਵਾ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਦੇ ਸਵਾਸ ਪੂਰੇ ਹੋਏ ਉਦੋਂ 6ਵੇਂ ਪਾਤਸ਼ਾਹ ਉਹਨਾਂ ਉਸ ਮੌਕੇ ਪਹੁੰਚੇ। ਇੱਕ ਦਿਨ ਪਹਿਲਾਂ ਬਾਬਾ ਸ਼੍ਰੀਚੰਦ ਸਾਹਿਬ ਦੇ ਕੋਲ ਚਲੇ ਗਏ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲੈ ਕੇ ਗਏ 8 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਨੂੰ ਨਾਲ ਲੈ ਕੇ ਗਏ ਉਹ ਸਭ ਕੁਝ ਅੱਖਾਂ ਦੇ ਸਾਹਮਣੇ 8 ਸਾਲ ਦੀ ਉਮਰ ਵਿੱਚ ਵੇਖਿਆ ਕਿ ਕਿਵੇਂ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਸਾਹਿਬ ਨੇ ਛੇਵੇਂ ਪਾਤਸ਼ਾਹ ਦਾ ਅਦਬ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਕਿੰਨੀ ਨਿਮਰਤਾ ਨਾਲ ਹੱਥ ਜੋੜ ਕੇ ਬਾਬਾ ਸ਼੍ਰੀਚੰਦ ਸਾਹਿਬ ਦਾ ਸਤਿਕਾਰ ਕੀਤਾ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਭਾਅ ਪਿਆ ਇੰਨੀ ਬੰਦਗੀ ਤਪੱਸਿਆ ਕਰਨ ਵਾਲਿਆਂ ਨੂੰ ਵੀ ਇੰਨਾ ਅਦਬ ਕਰਨਾ ਪੈਂਦਾ ਐ ਇੰਨੀ ਨਿਮਰਤਾ ਹੋਣੀ ਚਾਹੀਦੀ ਬਾਬਾ ਸ਼੍ਰੀ ਚੰਨ ਸਾਹਿਬ ਦੀ ਚਿਖਾ ਸੰਭਾਲਣ ਤੱਕ ਸਸਕਾਰ ਕਰਨ ਤੱਕ ਛੇਵੇਂ ਪਾਤਸ਼ਾਹ ਉੱਥੇ ਰਹੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਰਹੇ ਆਪਣੇ ਪਿਤਾ ਜੀ ਦੇ ਫਿਰ ਦੋਹਾਂ ਸਾਲਾਂ ਬਾਅਦ ਇੱਕ ਘਟਨਾ ਹੋਰ ਘਟੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ 10 ਸਾਲ ਦੀ ਉਮਰ ਪੂਰੀ ਹੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਨੂੰ 10 ਸਾਲ ਦੀ ਉਮਰ ਵਿੱਚ ਰਮਦਾਸ ਲੈ ਕੇ ਗਏ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਅਕਾਲ ਚਲਾਣਾ ਹੋਣਾ ਸੀ ਅਕਾਲ ਚਲਾਣੇ ਤੋਂ ਇੱਕ ਰਾਤ ਪਹਿਲਾਂ ਰਮਦਾਸ ਪਹੁੰਚ ਗਏ ਉੱਥੇ ਛੇਵੇਂ ਪਾਤਸ਼ਾਹ ਨੇ ਬਚਨ ਕਹਿ ਸਿੱਖੋ ਅੱਜ ਕੋਈ ਵੀ ਸਿੱਖ ਰਾਤ ਨੂੰ ਸੌਇਓ ਨਾ ਜਾਓ ਜਾ ਕੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰੋ ਕੱਲ ਸਵੇਰ ਤੱਕ ਬਾਬਾ ਬੁੱਢਾ ਸਾਡੇ ਕੋਲ ਸਰੀਰ ਵਿੱਚ ਹੈ ਜਿਹਨੇ ਸਿੱਖੀ ਕਮਾਉਣੀ ਸਿੱਖਣੀ ਹੈ ਬਾਬੇ ਬੁੱਢੇ ਕੋਲੋਂ ਸਿੱਖ ਲਓ ਸਾਰੀ ਰਾਤ ਸਿੱਖ ਬਾਬਾ ਬੁੱਢਾ ਸਾਹਿਬ ਦੀ ਸੇਵਾ ਵਿੱਚ ਰਹੇ 10 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸੇਵਾ ਵਿੱਚ ਜਾਗਦੇ ਰਹੇ ਜੋ ਕੁਝ ਉਸ ਰਾਤ ਵਿੱਚ ਘਟਨਾ ਘਟਈ ਸਾਧ ਸੰਗਤ ਤੋਂ ਅੱਖਾਂ ਨਾਲ ਸਭ ਕੁਝ ਵੇਖਿਆ 10 ਸਾਲ ਦੀ ਉਮਰ ਵਿੱਚ ਪ੍ਰਭਾਵ ਪੈ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਸਿਆਣੇ ਸੱਜਣ ਬਿਠਿਓ ਜਿਹੜੇ ਬੰਦੇ ਨੇ ਆਪਣੇ ਬੱਚੇ ਨੂੰ ਵਪਾਰੀ ਦੁਕਾਨਦਾਰ ਬਣਾਉਣਾ ਹੋਵੇ ਉਹ ਸਿਆਣਾ ਬੰਦਾ ਉਹਨੂੰ 8-10 ਸਾਲ ਦੀ ਉਮਰ ਵਿੱਚ ਦੁਕਾਨ ਤੇ ਸੱਦਣ ਲੱਗ ਪੈਂਦਾ ਹੈ 8-10 ਸਾਲ ਦੀ ਉਮਰ ਵਿੱਚ ਬੱਚੇ ਨੂੰ ਦੁਕਾਨ ਤੇ ਨਾਲ 10-10 ਮਿੰਟ ਦਾ ਘੰਟਾ ਬਿਠਾਉਣ ਲੱਗ ਪੈਂਦਾ ਜੇ ਇੰਨਾ ਹੀ ਪਿਓ ਕਵੇ ਕਾਕਾ ਤੂੰ ਕਾਊਂਟਰ ਤੇ ਬੈਠ ਮੈਂ ਰੋਟੀ ਖਾ ਲਾਂ 15-15 20-20 ਮਿੰਟ ਘੰਟਾ ਨਾਲ ਬਿਠਾਉਣ ਲੱਗ ਜਾਏ ਉਹਦੇ ਉੱਤੇ ਦੁਕਾਨ ਦੇ ਕਾਰੋਬਾਰ ਦਾ ਪ੍ਰਭਾਵ ਪੈਂਦਾ ਉਹ ਬੱਚਾ ਵੱਡਾ ਹੋ ਕੇ ਸਫਲ ਕਾਰੋਬਾਰੀ ਬਣਦਾ ਤੇ ਜਿਹੜਾ ਪਿਓ ਆਪਣੇ ਕਾਰੋਬਾਰ ਵਿੱਚ ਨਾਲ ਨਾ ਲੈ ਕੇ ਜਾਵੇ ਉਹ ਬੱਚਾ ਕਾਰੋਬਾਰ ਦਾ ਭੇਦ ਕਦੇ ਨਹੀਂ ਸਿੱਖਦਾ ਬਹੁਤੇ ਲੋਕ ਮਾਂ ਪਿਓ ਦੁਕਾਨਾਂ ਕਰਦੇ ਨੇ ਔਲਾਦ ਪਰਤ ਕੇ ਦੁਕਾਨ ਨਹੀਂ ਕਰਦੀ ਕਿਉਂ ਉਸ ਬੱਚੇ ਨੂੰ ਉਹਦੇ ਬਾਰੇ ਦੱਸਿਆ ਹੀ ਨਹੀਂ ਗਿਆ ਉਸ ਬੱਚੇ ਨੂੰ ਨਾਲ ਰੱਖਿਆ ਹੀ ਨਹੀਂ ਗਿਆ ਦੁਕਾਨ ਉੱਤੇ ਸਾਥ ਸੰਗਤ ਕੋਈ ਪਿਓ ਬੱਚੇ ਨੂੰ ਕਾਰੋਬਾਰ ਵਿੱਚ ਛੋਟੀ ਉਮਰੇ ਨਾਲ ਰੱਖਣ ਲੱਗਦਾ ਹੈ ਕਾਰੋਬਾਰ ਦਾ ਉਹਦੇ ਉੱਤੇ ਪ੍ਰਭਾਵ ਪੈ ਜਾਂਦਾ ਹੈ ਮੇਰੇ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਛੋਟੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਾਲ ਰੱਖਿਆ ਤਾਂ ਜੋ ਹਰ ਗੁਰਮਤ ਦੇ ਅੰਗ ਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਭਾਵ ਪਵੇ ਅੱਜ ਬੜਾ ਵੱਡਾ ਪ੍ਰਭਾਵ ਪਿਆ ਜਦੋਂ ਸਾਰੀ ਰਾਤ ਸਿੱਖ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰਦੇ ਰਹੇ ਜਦੋਂ ਛੇਵੇਂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਾਬੇ ਬੁੱਢੇ ਨੂੰ ਪੁੱਛਿਆ ਬਾਬਾ ਬੁੱਢਾ ਸਾਹਿਬ ਤੁਸੀਂ ਬੜੀ ਵੱਡੀ ਸੇਵਾ ਤੇ ਸਿੱਖੀ ਕਮਾਈ ਹੈ ਗੁਰੂ ਨਾਨਕ ਦੇ ਘਰ ਦੀ ਦੱਸੋ ਤੁਹਾਡੀ ਕੋਈ ਇੱਛਾ ਹੋਵੇ ਜੋ ਤੁਸੀਂ ਚਾਹੁੰਦੇ ਹੋ ਬਾਬਾ ਬੁੱਢਾ ਸਾਹਿਬ ਕੋਈ ਤੁਹਾਡੇ ਮਨ ਦੀ ਅੰਤਮ ਇੱਛਾ ਹੋਵੇ ਜਦੋਂ ਇੰਨੀ ਗੱਲ ਛੇਵੇਂ ਪਾਤਸ਼ਾਹ ਨੇ ਪੁੱਛੀ 10 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੈਠੇ ਤੇ ਵੇਖੋ ਬਾਬਾ ਬੁੱਢਾ ਸਾਹਿਬ ਨੇ ਕੀ ਕਿਹਾ 113 ਸਾਲ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ 125 ਸਾਲ ਉਮਰ ਹੋਈ ਬਾਬੇ ਬੁੱਢੇ ਦੀ ਛੇ ਪਾਤਸ਼ਾਹੀਆਂ ਵਿੱਚੋਂ ਪੰਜ ਪਾਤਸ਼ਾਹੀਆਂ ਨੂੰ ਗੱਦੀ ਨਿਸ਼ਿਣ ਤਿਲਕ ਦਿੱਤਾ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਤੱਕ ਗੁਰਿਆਈ ਤੱਕ ਬਾਬਾ ਬੁੱਢਾ ਸਾਹਿਬ ਸਰੀਰ ਵਿੱਚ ਰਹੇ ਤੇ ਹੋਰ ਇਤਿਹਾਸ ਪੜੋ ਅੱਠ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਨੇ ਬਾਬੇ ਬੁੱਢੇ ਨੇ ਕਿਵੇਂ ਉਸ ਵਕਤ ਜਦੋਂ 1631 ਵਿੱਚ ਬਾਬਾ ਬੁੱਢਾ ਸਾਹਿਬ ਅਕਾਲ ਚਲਾਣਾ ਕਰਦੇ ਨੇ ਇਤਿਹਾਸ ਪੜਿਓ ਉਦੋਂ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਹੈ ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਪ੍ਰਕਾਸ਼ ਹੋ ਚੁੱਕਾ ਹੈ 8 ਗੁਰੂਆਂ ਦੇ ਦਰਸ਼ਨ ਕੀਤੇ ਅੱਖਾਂ ਨਾਲ 6 ਗੁਰੂ ਸਹਿਬਾਨਾਂ ਤੱਕ ਜੀਵਨ ਕਾਲ ਚ ਸੇਵਾ ਕੀਤੀ 5 ਗੁਰੂ ਸਹਿਬਾਨਾਂ ਨੂੰ ਗੱਦੀ ਤਿਲਕ ਗੁਰੂ ਅੰਗਦ ਸਹਿ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਬਾਬੇ ਬੁੱਢੇ ਨੇ ਦਿੱਤੇ 113 ਸਾਲ ਸਿੱਖੀ ਕਮਾਈ ਅੱਜ ਜਦੋਂ 6ਵੇਂ ਪਾਤਸ਼ਾਹ ਨੇ ਕਿਹਾ ਨਾ ਬਾਬਾ ਬੁੱਢਾ ਸਾਹਿਬ ਮੰਗੋ ਕੁਝ ਚਾਹੀਦਾ ਹੋਵੇ ਤੁਸੀਂ 113 ਸਾਲ ਸਿੱਖੀ ਸਿਦਕ ਸੇਵਾ ਦੀ ਕਮਾਈ ਕੀਤੀ ਹੈ ਬਾਬਾ ਬੁੱਢਾ ਸਾਹਿਬ ਕੋਈ ਮਨ ਦੀ ਇੱਛਾ ਦੱਸੋ ਤੇ ਸਾਰੇ ਸਿੱਖ ਸੁਣਦੇ ਸਨ 10 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੁਣ ਰਹੇ ਸੀ ਬਾਬੇ ਬੁੱਢੇ ਨੇ ਹੱਥ ਜੋੜ ਕੇ ਕੋ ਗੱਲ ਕਹੀ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਬੁੱਢੇ ਤੇ ਕੋਈ ਤਰਸ ਕਰਨੈ ਨਾ ਜੇ ਇਸ ਬੁੱਢੇ ਦੀ ਅੰਤਮ ਇੱਛਾ ਪੁੱਛੀ ਹੈ ਫਿਰ ਅੰਤਮ ਇੱਛਾ ਇੱਕੋ ਹੀ ਹੈ ਇਸ ਬੁੱਢੇ ਦੀ 113 ਸਾਲ ਗੁਰੂ ਨਾਨਕ ਦੇ ਘਰ ਵਿੱਚ ਧੋਡੀ ਕਿਰਪਾ ਨਾਲ ਸੇਵਾ ਕਮਾਈ ਹੈ 113 ਸਾਲਾਂ ਵਿੱਚ ਪਤਾ ਨਹੀਂ ਕਰੋੜਾਂ ਗਲਤੀਆਂ ਹੋਈਆਂ ਹੋਣਗੀਆਂ ਬਸ ਇਸ ਬੁੱਢੇ ਨੂੰ ਬਖਸ਼ ਕੇ ਆਪਣੇ ਚਰਨਾਂ ਚ ਥਾਂ ਦੇ ਦਿਓ ਉਸ ਦਿਨ ਪ੍ਰਭਾਪਿਆ ਉਹ ਮਨਾ ਇੰਨੀ ਸਿੱਖੀ ਕਮਾਉਣ ਵਾਲੇ ਦੇ ਅੰਦਰ ਇੰਨੀ ਨਿਮਰਤਾ ਇੰਨੀ ਸਿੱਖੀ ਕਮਾਉਣ ਵਾਲੇ ਦੇ ਅੰਦਰ ਇੰਨੀ ਨਿਰਮਨਤਾ ਸ਼ੇਵੇਂ ਬਾਤਿਆਂ ਨੇ ਕਿਹਾ ਬਾਬਾ ਬੁੱਢਾ ਤੋਂ ਸਿੱਖੀ ਦੀ ਹੱਦ ਐ ਬਾਬਾ ਬੁੱਢਾ ਤੋਂ ਸਿੱਖੀ ਦਾ ਰੂਪ ਐ ਤੇਰੇ ਜੀਵਨ ਤੋਂ ਸਿੱਖ ਸਿੱਖਣਗੇ ਬਾਬੇ ਬੁੱਢੇ ਤੋਂ ਕਿਵੇਂ ਸਿੱਖੀ ਕਮਾਈਦੀ ਐ ਬਾਬਾ ਬੁੱਢਾ ਤੈਨੂੰ ਚਰਨਾਂ ਵਿੱਚ ਥਾਂ ਮੰਗਣ ਦੀ ਲੋੜ ਨਹੀਂ ਤੈਨੂੰ ਗੁਰੂ ਨਾਨਕ ਨੇ ਪਹਿਲਾਂ ਹੀ ਥਾਂ ਦਿੱਤੀ ਐ ਤੇਰੇ ਵਰਗੇ ਗੁਰਸਿੱਖਾਂ ਦੀ ਚਰਨ ਧੂੜ ਨਾਲ ਤਾਂ ਪਾਪੀਆਂ ਦਾ ਵੀ ਉਦਾਰ ਹੋਇਆ ਕਰੇਗਾ ਸਾਧ ਸੰਗਤ ਉੱਦਣ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਪ੍ਰਵਾਹ ਪਿਆ ਕੋਈ ਕਿੰਨਾ ਵੱਡਾ ਤਪਸਵੀ ਹੋਵੇ ਕੋਈ 100 ਸਾਲ 200 ਸਾਲ ਸੇਵਾ ਵੀ ਕਮਾ ਲੇ ਪਰ ਗੁਰੂ ਦੇ ਘਰੋਂ ਪਰਵਾਹ ਨਹੀਂ ਜਿਹਦੇ ਅੰਦਰ ਇੰਨੀ ਨਿਮਰਤਾ ਹੋਵੇ ਇੱਥੇ ਸੇਵਾ ਕਰਕੇ ਅਹੰਕਾਰ ਨਾ ਕਰੇ ਜਿਹੜਾ ਆਪਣੇ ਆਪ ਨੂੰ ਅਹੰਕਾਰ ਤੇ ਹਉਮੇ ਵਿੱਚ ਰੱਖੇ ਉਹਦੀ ਸੇਵਾ ਦੀ ਕੋਈ ਕੀਮਤ ਨਹੀਂ ਜੇ ਪੈਂਦੀ ਸਾਹ ਸੰਗਤ ਤਾਂ ਜੋ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਬਾਣੀ ਉਚਾਰਨ ਕੀਤੀ ਉਦੋਂ ਇਹ ਸ਼ਲੋਕ ਕਹਿਣਾ ਪਿਆ ਤੀਰਥ ਵਰਤਿ ਅਰਦਾਨ ਕਰ ਮਨ ਮੈਂ ਧਰੇ ਗਮਾਨ ਕੋਈ ਬੰਦਾ ਤੀਰਥਾਂ ਤੇ ਜਾਵੇ ਵਰਤ ਕਰੇ ਪੂਜਾ ਪਾਠ ਕਰੇ ਪਰ ਗਮਾਨ ਕਰ ਲੈ ਮਨ ਵਿੱਚ ਤੇ ਕਹਿੰਦੇ ਉਹਦਾ ਪੂਜਾ ਪਾਠ ਪਤਾ ਕਿਵੇਂ ਆ ਜਿਵੇਂ ਹਾਥੀ ਨੇ ਨਦੀ ਵਿੱਚ ਨਹਾ ਕੇ ਮੁੜ ਕੇ ਗੰਦਗੀ ਫਿਰ ਉੱਪਰ ਪਾ ਲਈ ਹੋਵੇ ਜਿਵੇਂ दान ਪੁੰਨ ਸੇਵਾ ਸਿਮਰਨ ਕਰਕੇ ਕੋਈ ਹੰਕਾਰ ਕਰ ਲੇ ਇਸ ਤਰ੍ਹਾਂ ਹੈ ਜਿਵੇਂ ਹਾਥੀ ਨੇ ਨਹਾ ਕੇ ਫਿਰ ਗੰਦਗੀ ਉੱਪਰ ਪਾ ਲਈ ਹੋਵੇ ਭਾਈ ਇੰਨੀ ਸੇਵਾ ਕਰਕੇ ਵੀ ਨਿਮਰਤਾ ਚ ਰਹਿਣਾ ਪੈਂਦਾ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਉਹ ਦੁਨੀਆਂ ਦੇ ਲੋਕੋ ਤੀਰਥ ਵਰਤੇ ਅਰ ਦਾਨ ਕਰ ਪੜੋ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚ ਰੇਸ਼ਨਾਣ ਉਸ ਦਿਨ ਪ੍ਰਭਾਪਿਆ 10 ਸਾਲ ਦੀ ਉਮਰ ਵਿੱਚ ਕਿ ਨਹੀਂ ਉੱਚਾ ਪਤਾ ਕੌਣ ਹੈ ਜਿਹੜਾ ਆਪਣੇ ਆਪ ਨੂੰ ਨੀਮਾ ਜਾਣਦਾ ਹੈ ਗੁਰੂ ਨਾਨਕ ਦੀ ਨਜ਼ਰ ਵਿੱਚ ਉਹ ਉੱਚ ਹੈ ਜਿਹੜਾ ਬਾਬੇ ਬੁੱਢੇ ਦੀ ਤਰ੍ਹਾਂ ਸੇਵਾ ਕਰਕੇ ਐਨਾ ਮਨ ਨੂੰ ਨੀਮਾ ਰੱਖੇ ਉਦਣ ਪ੍ਰਵਾਪਿਆ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਐ ਸਭ ਤੇ ਉੱਚਾ ਉਦਣ ਪ੍ਰਵਾਪਿਆ ਇਸ ਗੱਲ ਦਾ ਕਿ ਨਹੀਂ ਜੇ ਕੋ ਆਪਣੀ ਸੋਭਾ ਲੋਰੈ ਜੇ ਕੋਈ ਬੰਦਾ ਵਡਿਆਈ ਚਾਹੁੰਦਾ ਸਾਧ ਸੰਗੋ ਹਮੇ ਸ਼ੋਰੈ ਉਹ ਸੰਗਤ ਵਿੱਚ ਆ ਕੇ ਆਪਣਾ ਹੰਕਾਰ ਛੱਡੇ ਸੰਗਤ ਵਿੱਚ ਆ ਕੇ ਆਪਣੇ ਆਪ ਦਾ ਹਮੇ ਗਮਹਾਨ ਅਹੰਕਾਰ ਤੇ ਅੱਗੇ ਉਹਨੂੰ ਗੁਰੂ ਬਹੁਤ ਵੱਡੀ ਸੋਭਾ ਦਿੰਦਾ ਹੈ ਆਪਣੇ ਆਪ ਵੀ ਬੰਦਾ ਸੋਭਾ ਕਈ ਵਾਰ ਕਰਵਾ ਲੈਂਦਾ ਪਰ ਉਹ ਸੋਭਾ ਰੁੱਲ ਜਾਂਦੀ ਹੈ ਜੇ ਚਾਹੁੰਦੇ ਹੋ ਵਡਿਆਈ ਲੋਕ ਤੇ ਪਰਲੋਕ ਤੱਕ ਰਵੇ ਫਿਰ ਸਾਥ ਸੰਗਤ ਆਪਣੇ ਆਪ ਨੂੰ ਨਿਮਰਤਾ ਚ ਰੱਖਣਾ ਪੈਂਦਾ ਸਭ ਕੁਝ ਕਰ ਕਰਾ ਕੇ ਕਹਿਣਾ ਪੈਂਦਾ ਕਿ ਮੇਰਾ ਮੁਜ ਮੈਂ ਕਛ ਨਹੀਂ ਜੋ ਕਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇੱਥੇ ਬੰਦਾ 500 ਦੇ ਕੇ ਕਥਾ ਕੀਰਤਨ ਭਾਵੇਂ ਨਾ ਸੁਣੇ ਬਾਅਦ ਵਿੱਚ ਜ਼ਰੂਰ ਸੁਣਨਾ ਚਾਹੁੰਦਾ ਹੈ ਨਾਂ ਕਦੋਂ ਬੋਲਣੇ ਨੇ ਸੈਕਟਰੀ ਨੇ ਕਦੋਂ ਕਹਿਣਾ ਵੀ ਘੋ ਦਾ ਟੀਨ ਤੇ ਖੰਡ ਦੀ ਬੋਰੀ ਫਲਾਨੇ ਪਰਿਵਾਰ ਵੱਲੋਂ ਸਾਥ ਸੰਗਤ ਉਹ ਤਾਂ ਤੁਸੀਂ ਸੁਣ ਲਓਗੇ ਇਹ ਤੇ ਠੀਕ ਹੈ 500 ਬੰਦੇ ਵਿੱਚ ਉਹ ਸੁਣਾਇਆ ਜਾ ਸਕਦਾ ਹੈ ਫਲਾਨੇ ਪਰਿਵਾਰ ਵੱਲੋਂ ਆ ਸੇਵਾ ਇੰਨਾ ਪੈਸਾ ਇੰਨਾ ਘੋ ਦਾ ਟੀਨ ਤੇ ਖੰਡ ਦੀ ਬੋਰੀ ਆਈ ਹੈ ਲੋਕਾਂ ਵਿੱਚ ਤਾਂ ਸੁਣ ਲਓਗੇ ਪਰ ਗੁਰੂ ਦੇ ਰਜਿਸਟਰ ਵਿੱਚੋਂ ਉਸੇ ਵਕਤ ਕੱਟ ਹੋ ਜਾਣਾ ਕਿਉਂ ਉਹ ਸੁਣ ਕੇ ਘਮਾਨ ਹੁੰਦਾ ਹੈ ਉਹ ਸੁਣ ਕੇ ਹਮੇ ਪੈਦਾ ਹੁੰਦੀ ਹੈ ਸੁਖ ਹਮੇ ਤੋਂ ਬਚਣਾ ਸਭ ਤੋਂ ਔਖ ਹੈ ਕਿਉਂਕਿ ਸਭ ਤੋਂ ਵੱਡਾ ਦੀਰਗ ਵੱਡਾ ਰੋਗ ਪਤਾ ਕਿਹੜਾ ਹੈ ਹਮੇ ਇਹਨੂੰ ਸਹਿਬ ਨੇ ਕਿਹਾ ਹਮੇ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਭਾਈ ਇਹ ਹਮੇ ਤਾਂ ਜਾਂਦੀ ਐ ਜੇ ਗੁਰੂ ਕਿਰਪਾ ਕਰੇ ਕੋਈ ਗੁਰੂ ਦਾ ਸ਼ਬਦ ਕਮਾਈ ਕਰੇ ਉਸ ਤੋਂ ਬਾਅਦ ਫਿਰ ਸਭ ਤੋਂ ਵੱਡਾ ਪ੍ਰਭਾਵ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ 15 ਸਾਲ ਦੀ ਉਮਰ ਵਿੱਚ ਪਿਆ ਜਦੋਂ ਉਮਰ 15 ਸਾਲ ਦੀ ਹੋਏ ਸੰਨ 1636 ਇਸ ਵੀ ਵਿੱਚ ਸਿੱਖ ਕੌਮ ਦੀ ਇੱਕ ਮਹਾਨ ਹਸਤੀ ਦਾ ਅਕਾਲ ਚਲਾਣਾ ਹੋਇਆ ਜਿਸ ਨੂੰ ਬਹੁਤ ਵੱਡੀ ਬਖਸ਼ਿਸ਼ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ ਭਾਵ ਭਾਈ ਗੁਰਦਾਸ ਸਾਹਿਬ ਜੀ 1636 ਈਸਵੀ ਵਿੱਚ ਭਾਈ ਗੁਰਦਾਸ ਜੀ ਦਾ ਕਾਲ ਚਲਾਣਾ ਹੋਇਆ ਉਸ ਵਕਤ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ 15 ਸਾਲ ਦੀ ਉਮਰ ਵਿੱਚ ਨਾਲ ਲੈ ਕੇ ਆਏ ਤੇ ਸਾਧ ਸੰਗਤ ਉਦਣ ਵੇਖਿਆ ਸਿੱਖ ਕਿਹਨੂੰ ਕਹਿੰਦੇ ਨੇ ਉਦਣ ਵੇਖਿਆ ਸਿੱਖੀ ਕਿਵੇਂ ਕਮਾਈਦੀ ਹੈ ਉਦਣ ਵੇਖਿਆ ਕਿ ਗੁਰਸਿੱਖ ਕਿਵੇਂ ਅਸਮਾਨ ਤੇ ਉੱਚੀ ਚੋਟੀ ਗੁਰੂ ਦੇ ਦਰ ਉੱਤੇ ਪਰਵਾਣ ਹੁੰਦਾ ਹੈ ਉਦਣ ਇੱਕ ਅਵਕਟ ਘਾਟੀ RAM ਦੀ ਗੁਰੂ ਦਾ ਸਿੱਖ ਕਿਵੇਂ ਚੜਦਾ ਉਸ ਦਿਨ ਪ੍ਰਭਾਪਿਆ ਇੰਨਾ ਔਖਾ ਹੈ ਪਰ ਸਿੱਖੀ ਕਮਾਉਣ ਵਾਸਤੇ ਅਗ ਉਚਾਈਦੈ ਭਾਈ ਗੁਰਦਾਸ ਸਾਹਿਬ ਦਾ ਅੰਤਮ ਸਮਾਂ ਆਇਆ ਛੇਵੇਂ ਪਾਤਸ਼ਾਹ ਹਾਜ਼ਰ ਸਨ ਹਜ਼ੂਰ ਨੇ ਕਿਹਾ ਭਾਈ ਗੁਰਦਾਸ ਜੀ ਤੁਸੀਂ ਬੜੀ ਵੱਡੀ ਸੇਵਾ ਕੀਤੀ ਤੁਹਾਡੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਖਵਾਈ ਹੈ ਤੁਹਾਡੇ ਹੱਥੀਂ ਕਾਲ ਤਖ਼ਤ ਸਾਹਿਬ ਦੀ ਨੀਂ ਰਖਵਾਈ ਗਈ ਹੈ ਭਾਈ ਗੁਰਦਾਸ ਸਾਹਿਬ ਸਿੱਖੀ ਨੂੰ ਸਮਝਣ ਵਾਸਤੇ ਤੁਹਾਡੀਆਂ ਰਚਨਾਵਾਂ ਸਾਰਥਕ ਨੇ ਤੁਸੀਂ 3 350 ਤੋਂ ਵੱਧ ਕਵਿਤਰਚੇ ਤੁਸੀਂ ਭਾਈ 12 ਬਾਣੀ ਦੇ ਸਿਧਾਂਤ ਉੱਤੇ ਰਚੀਆਂ ਨੇ ਇੰਨਾ ਵੱਡਾ ਗਿਆਨ ਇੰਨੀ ਵੱਡੀ ਸੇਵਾ ਭਾਈ ਗੁਰਦਾਸ ਜੀ ਤੁਹਾਡਾ ਨਾਮ ਕਿਤੇ ਇਹ ਨਾ ਮਨ ਚ ਹੋਵੇ ਮੇਰਾ ਨਾਮ ਕੋਈ ਮੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਹੀਂ ਆਇਆ ਦੱਸੋ ਤੁਹਾਡਾ ਨਾਮ ਬਣਾ ਦਈਏ ਤੁਹਾਡੇ ਵਾਸਤੇ ਕੀ ਕਰੀਏ ਦੱਸੋ ਕੋਈ ਅੰਤਮ ਇੱਛਾ ਮੰਤ ਰਹਿ ਗਈ ਹੋਵੇ ਕਿ ਇੰਨੀ ਵੱਡੀ ਸੇਵਾ ਇੰਨਾ ਗਿਆਨ ਇੰਦਾ ਵਿਦਵਾਨ ਤੇ ਮੈਂ ਦੁਨੀਆ ਤੋਂ ਚੱਲਿਆ ਭਾਈ ਗੁਰਦਾਸ ਫਿਰ ਤੁਹਾਡਾ ਆਪਣਾ ਕੋਈ ਪੁੱਤਰ ਧੀ ਪਰਿਵਾਰ ਨਹੀਂ ਕਿਉਂਕਿ ਭਾਈ ਗੁਰਦਾਸ ਸਾਹਿਬ ਗ੍ਰਸਤ ਆਸ਼ਰਮ ਵਿੱਚ ਨਹੀਂ ਆਏ ਉਹਨਾਂ ਵਿਆਹ ਸ਼ਾਦੀ ਨਹੀਂ ਕਰਵਾਈ ਭਾਈ ਗੁਰਦਾਸ ਕਿਤੇ ਮਨ ਵਿੱਚ ਇਹ ਨਾ ਹਜੇ ਮੇਰਾ ਕਿਹੜਾ ਕੋਈ ਪੁੱਤਰ ਧੀ ਹੈ ਮੇਰਾ ਕਿਹੜਾ ਕੋਈ ਨਾਮ ਰਹਿਣਾ ਐਡੀ ਵੱਡੀ ਗੁਰੂ ਦੀ ਸੇਵਾ ਕੀਤੀ ਹੈ 10 ਭਾਈ ਗੁਰਦਾਸ ਤੇਰਾ ਨਾਮ ਰਹਿ ਜਾ ਕੋਈ ਗੱਲ ਦੱਸ ਕੋਈ ਮਨ ਚ ਇੱਛਾ ਹੋਵੇ ਉਹ ਕਰ ਦੇਈ ਉਦੋਂ ਸਭ ਸਿੱਖ ਸੁਣਦੇ ਸੀ ਭਾਈ ਗੁਰਦਾਸ ਕੀ ਮੰਗਣਗੇ ਗੁਰੂ ਕਹਿ ਰਿਹਾ ਹੋਵੇ ਇੰਨੀ ਸੇਵਾ ਕੀਤੀ ਹੈ ਮੰਗ ਕੀ ਚਾਹੀਦਾ ਗੁਰੂ ਨੇ ਇੱਕ ਵਾਰ ਟੋਕੇ ਵੇਖਿਆ ਤੇਰੀ ਕੋਈ اولاد ਪੁੱਤਰ ਧੀਆਂ ਨਹੀਂ ਤੂੰ ਵਿਆਹ ਨਹੀਂ ਕਰਾਇਆ ਭਾਈ ਗੁਰਦਾਸ ਪਰ ਤੂੰ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਹੈ ਆਪ ਗ੍ਰਸਤੀ ਨਹੀਂ ਫਿਰ ਵੀ ਗੁਰੂ ਦੀ ਗੱਲ ਲੋਕਾਂ ਨੂੰ ਕਹੀ ਹੈ ਕਿ ਗਿਆਨਨੰ ਮੈਂ ਗਿਆਨ ਅਰ ਧਿਆਨਨੰ ਮੈਂ ਧਿਆਨ ਗੁਰ ਸકલ ਧਰਮ ਮੈਂ ਗ੍ਰਸਥ ਪ੍ਰਧਾਨ ਹੈ ਭਾਈ ਗੁਰਦਾਸ ਤੇਰੀ ਸੇਵਾ ਬਹੁਤ ਹੈ ਦੱਸ ਇੱਛਾ ਤੇ ਹੁਣ ਭਾਈ ਗੁਰਦਾਸ ਵੱਲ ਸਭ ਸਿੱਖ ਵੇਖਦੇ ਨੇ ਕੀ ਮੰਗਣਗੇ 15 ਸਾਲ ਦੀ ਉਮਰ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਵੇਖ ਰਹੇ ਨੇ ਕੀ ਮੰਗਣਗੇ ਗੁਰੂ ਕੋਲੋਂ ਭਾਈ ਗੁਰਦਾਸ ਸਾਹਿਬ ਨੇ ਤੇ ਹੱਥ ਹੀ ਮੁਕਾਕੇ ਰੱਖ ਦਿੱਤੀ ਹੱਥ ਜੋੜ ਕੇ ਬੈਠ ਗਏ ਜੀ ਕੁਝ ਘੜੀਆਂ ਦੇ ਸੁਆਸ ਰਹਿ ਗਏ ਨੇ ਇੱਕ ਤੁਹਾਡੇ ਚਰਨਾਂ ਵਿੱਚੋਂ ਮੰਗ ਹੈ ਜੇ ਅਜ ਤਰੁੱਠ ਕੇ ਕਹਿੰਦੇ ਹੋ ਭਾਈ ਗੁਰਦਾਸ ਕੁਝ ਮੰਗ ਲੈ ਕਹਿੰਦੇ ਮਹਾਰਾਜ ਇੱਕ ਕੋਈ ਤੁਹਾਡੇ ਚਰਨਾਂ ਵਿੱਚੋਂ ਮੰਗ ਹੈ ਆਹ ਸਰੀਰ ਔਗਣਾ ਨਾਲ ਭਰਿਆ ਹੈ ਐਸਾ ਦੁਨੀਆ ਦਾ ਕੋਈ ਔਗਣ ਨਹੀਂ ਜਿਹੜਾ ਮੇਰੇ ਵਿੱਚ ਨਾ ਹੋਵੇ ਪਰ ਤੁਸੀਂ ਬਖਸ਼ੰਦੋ ਮੈਨੂੰ ਬਖਸ਼ ਦਿੱਤਾਏ ਇੱਕ ਕੋਈ ਬੇਨਤੀ ਹੈ ਮੈਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਨੇ ਕਹੀ ਉਹ ਪੌੜੀ ਉਹਨਾਂ ਪਹਿਲਾਂ ਰਚੀ ਅੱਜ ਛੇਵੇਂ ਪਾਤਸ਼ਾਹ ਨੂੰ ਕਿਹਾ ਦੁਨੀਆ ਦਾ ਕੋਈ ਐਸਾ ਔਗਣ ਨਹੀਂ ਜਿਹੜਾ ਮੇਰੇ 'ਚ ਨਾ ਹੋਵੇ ਇੰਨੀ ਨਿਮਰਤਾ ਸਾਹ ਸੰਗਤ ਇੱਥੇ ਬੰਦੇ ਵਿੱਚ ਕੋਈ ਗੁਣ ਨਾ ਹੋਵੇ ਤਾਂ ਵੀ ਉਹ ਕਹਿੰਦਾ ਮੇਰੇ 'ਚ ਗੁਣੇ-ਗੁਣਾ ਔਗਣ ਦੱਸਦਾ ਹੀ ਨਹੀਂ ਕਿਸੇ ਨੂੰ ਔਗਣ ਹੋਵੇ ਵੀ ਤਾਂ ਵੀ ਆਪਾਂ ਐਡਮਿਟ ਨਹੀਂ ਕਰਦੇ ਕਿ ਔਗਣ ਹੈ ਭਾਈ ਗੁਰਦਾਸ ਸਾਹਿਬ ਵਿੱਚ ਕੋਈ ਔਗਣ ਨਹੀਂ ਗੁਣ ਨਿਹਾਨ ਨਾਲ ਜੁੜੇ ਹੋਏ ਗੁਣਾ ਨਾਲ ਭਰੇ ਨੇ ਪਰ ਅੱਜ ਗੁਰੂ ਕੋਲ ਕਹਿੰਦੇ ਮੇਰੇ ਕੋਲ ਔਗਣ ਨਹੀਂ ਔਗਣ ਨੇ हे ਦਾਤਿਆ ਜੇ ਮੰਗਣ ਵਾਸਤੇ ਕੈਨੇ ਫਿਰ ਚਰਨਾ ਵਿੱਚ ਥਾਂ ਦੇ ਦਿਓ ਬਖਸ਼ ਕੇ ਭਾਈ ਗੁਰਦਾਸ ਸਾਹਿਬ ਨੇ ਕੋ ਪੌੜੀ ਵਿੱਚ 20 ਔਗਣ ਗਿਣੇ ਔਰ ਦੁਨੀਆਂ ਦੇ ਤਮਾਮ ਔਗਣ ਨੇ ਇਤੋਂ ਵੱਡਾ ਹੋਰ ਕੋਈ ਔਗਣ ਨਹੀਂ ਹੋ ਸਕਦਾ ਹੱਥ ਜੋੜ ਕੇ ਕਹਿੰਦੇ ਹੋਂ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ ਚੋਰ ਜਾਰ ਜਵਾਰ ਹੋਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਥਗਦੇ ਛਤੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੋਰੀ ਦਾ ਢਾਡੀਆਂ ਸਤ ਗੁਰ ਬਖਸ਼ੰਦਾ ਪਰ ਪਾਦਸ਼ਾ ਤੁਸੀਂ ਬਖਸ਼ਿੰਦੋ ਮੈਨੂੰ ਔਗਣਾ ਨਾਲ ਭਰੇ ਹੋਏ ਨੂੰ ਬਖਸ਼ ਕੇ ਆਪਣੀ ਸੇਵਾ ਵਿੱਚ ਲਾ ਲਿਆ। ਮਹਾਰਾਜ ਮੈਨੂੰ ਬਖਸ਼ ਕੇ ਆਪਣੇ ਚਰਨਾਂ 'ਚ ਥਾਂ ਦੇ ਦਿਓ। ਛੇਵੇਂ ਪਾਤਸ਼ਾਹ ਨੇ ਬਚਨ ਕਹੇ ਭਾਈ ਗੁਰਦਾਸ ਤੇਰੇ ਵਰਗੇ ਗੁਰਸਿੱਖਾਂ ਦੀ ਚਰਨ ਧੂੜ ਨਾਲ ਪਾਪੀਆਂ ਦਾ ਵੀ ਉਧਾਰ ਹੋਏਗਾ ਤੂੰ ਕਿਉਂ ਨਹੀਂ ਮੁਕਤ ਹੋਏਂਗਾ? ਭਾਈ ਗੁਰਦਾਸ ਸਾਦ ਸ਼ਾਬਾਸ਼ ਤੁਸੀਂ ਸਿੱਖੀ ਦਾ ਸਿਖਰ ਛੂ ਲਿਆ। ਸਿੱਖੀ ਦਾ ਸ਼ਿਖਰ ਪਤਾ ਕੀ ਹੈ? ਕਿਉਂਕਿ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰਸਿੱਖੀ ਕਮਾਉਣੀ ਬਹੁਤ ਬਾਰੀਕ ਹੈ ਕੱਲਾ ਬਾਣਾ ਪਹਿਨ ਲੈਣਾ ਕੱਪੜੇ ਪਹਿਨ ਲੈਣੇ ਕੇਸ ਧਾਰਨ ਕਰਕੇ ਕਕਾਰ ਧਾਰਨ ਕਰਕੇ ਇਹ ਸਾਧ ਸੰਗਤ ਸਿੱਖੀ ਦਾ ਪਹਿਰਾਵਾ ਐਡਮਿਸ਼ਨ ਹੋ ਸਕਦੀ ਹੈ ਪਰ ਇਹ ਸਿੱਖੀ ਦੀ ਕਲਾ ਇਸ ਤੋਂ ਅੱਗੇ ਤੁਰਦੀ ਹੈ ਸਿੱਖੀ ਦਾ ਸ਼ਿਖਰ ਬਹੁਤ ਉੱਚਾ ਹੈ ਜਿੱਥੇ ਸਭ ਕੁਝ ਕਰ ਕਰਾ ਕੇ ਖਾਕ ਰਹਿਣਾ ਪੈਂਦਾ ਰੰਚਕ ਮੱਤਰ ਵੀ ਹੋਂ ਮੇ ਨਹੀਂ ਗੁਨਾ ਨਾਲ ਸਿੱਖ ਭਰਿਆ ਹੋਵੇ ਪਰ 24 ਘੰਟੇ ਗੁਰੂ ਨੂੰ ਕਹਿੰਦਾ ਰਵੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਣ ਭਰੇ ਕੀ ਰੱਖੋ ਸ਼ਰਮਾ ਛੇਵੇਂ ਪਾਤਸ਼ਾਹ ਨੇ ਕਿਹਾ ਗੁਰ ਸਿੱਖੀ ਪਾਣਾ ਮੰਨੇ ਆ ਤੁਸੀਂ ਉਹ ਗੁਰ ਸਿੱਖੋ ਜਿਨਾ ਪਾਣੇ ਵਿੱਚ ਰੱਖ ਕੇ ਸਿੱਖੀ ਦੇ ਸ਼ਿਖਰ ਨੂੰ ਛੂਲਿਆ ਭਾਈ ਗੁਰਦਾਸ ਤੁਸੀਂ ਸਿੱਖੀ ਦੇ ਸ਼ਿਖਰ ਨੂੰ ਛੂਲਿਆ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਬੜਾ ਪ੍ਰਭਾਵ ਪਿਆ ਇੰਨੀ ਨਿਰਮਾਨਤਾ ਇੰਨੀ ਨਿਮਰਤਾ ਜਿਨ੍ਹਾਂ ਨੇ ਸਿੱਖੀ ਦੇ ਸ਼ਿਖਰ ਨੂੰ ਛੋਇਆ ਉਹ ਬੰਦੇ ਅਤ ਦੀ ਨਿਮਰਤਾ ਵਿੱਚ ਰਹੇ ਸਾ ਸੰਗਤ ਇਹ ਪ੍ਰਭਾਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਿਆ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਹੋਰ ਘਟਨਾ ਕੱਢੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਸ਼ਾਦੀ ਆਨੰਦ ਕਾਰਜ ਰੱਖਿਆ ਨਾ ਉਸ ਦਿਨ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਤਾਰਪੁਰ ਬਿਆਨ ਆਏ ਭਾਈ ਲਾਲਚੰਦ ਦੀ ਸੁਪੁੱਤਰੀ ਧੰਨ ਮਾਤਾ ਗੁਜਰੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਤੇ ਜਦੋਂ ਸਾਧ ਸੰਗਤ ਛੇਵੇਂ ਪਾਤਸ਼ਾਹ ਬਰਾਤ ਲੈ ਕੇ ਪਹੁੰਚੇ ਨਾ ਆਪਣੇ ਪੁੱਤਰ ਦੀ ਤੇ ਸਾਹਮਣੇ ਲਾਲਚੰਦ ਪਿੰਡ ਦੇ ਪਤਵੰਤ ਤੇ ਬੰਦਿਆਂ ਨਾਲ ਬਰਾਤ ਦਾ ਸਤਿਕਾਰ ਕਰਨ ਲਈ ਖੜਾ ਹੈ ਸਤਿਗੁਰੂ ਆਕੇ ਬਰਾਤ ਲੈ ਕੇ ਪੁੱਤਰ ਦੀ ਸਜਣਾ ਨਾਲ ਪਹੁੰਚ ਕੇ ਹੋਰ ਗੁਰੂ ਦੇ ਪਿਆਰ ਵਾਲੇ ਸਿੱਖਾਂ ਨਾਲ ਲਾਲਚੰਦ ਅਦਬ ਨਾਲ ਗੱਲ ਵਿੱਚ ਭਰਨਾ ਪਾ ਕੇ ਅੱਗੇ ਹੋਇਆ ਹਜ਼ੂਰ ਦੇ ਚਰਨਾਂ ਵਿੱਚ ਹੱਥ ਜੋੜ ਕੇ ਮੱਥਾ ਟੇਕਣ ਲੱਗਾ ਮਹਾਰਾਜ ਇੱਕ ਗਰੀਬ ਸਿੱਖ ਨੂੰ ਮਾਣ ਦਿੱਤਾ ਮਹਾਰਾਜ ਤੁਹਾਡਾ ਪੁੱਤਰ ਸੱਚੇ ਪਾਤਸ਼ਾਹ ਤੁਸੀਂ ਇੰਨੀ ਵੱਡੀ ਹਸਤੀ ਗੁਰੂ ਦੀ ਪਦਵੀ ਤੇ ਮੈਂ ਇੱਕ ਗਰੀਬ ਜਿਹਾ ਸਿੱਖ ਮੇਰੀ ਬੱਚੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਲੈ ਕੇ ਬੜਾ ਵੱਡਾ ਮਾਣ ਦਿੱਤਾ ਮਹਾਰਾਜ ਜਦੋਂ ਹੱਥ ਜੋੜ ਕੇ ਸਿਰ ਝੁਕਾਉਣ ਲੱਗੇ ਬਾਹਾਂ ਪਕੜ ਕੇ ਛੇਵੇਂ ਪਾਤਸ਼ਾਹ ਨੇ ਰੋਕ ਲਿਆ ਕਹਿੰਦੇ ਨਹੀਂ ਅੱਜ ਤੁਸੀਂ ਲਾਲ ਚੰਦ ਜੀ ਸਾਡੇ ਸਿੱਖ ਨਹੀਂ ਅੱਜ ਤੁਸੀਂ ਕੁੜਮੂ ਕੁੜਮਾਂ ਦੀ ਥਾਂ ਪੈਰਾਂ ਵਿੱਚ ਨਹੀਂ ਕੁੜਮਾਂ ਦੀ ਥਾਂ ਸੀਨੇ ਵਿੱਚ ਹੁੰਦੀ ਹੈ। ਹਜ਼ੂਰ ਨੇ ਸਾਰੀ ਸੰਗਤ ਦੇ ਸਾਹਮਣੇ ਉਹ ਗਰੀਬ ਸਿੱਖ ਪਾਹੀ ਲਾਲ ਚੰਦਰ ਨੂੰ ਮੋਢਿਆਂ ਤੋਂ ਪਕੜ ਕੇ ਗੱਲ ਨਾਲ ਲਾਇਆ ਕਹਿੰਦੇ ਕੁੜਮਾਂ ਦੀ ਜਗ੍ਹਾ ਪੈਰਾਂ ਵਿੱਚ ਨਹੀਂ ਕੁੜਮਾਂ ਦੀ ਥਾਂ ਸੀਨੇ ਵਿੱਚ ਹੁੰਦੀ ਹੈ ਇਹ ਸਾਨੂੰ ਦੱਸਣਾ ਸੀ ਦੁਨੀਆਂ ਦੇ ਲੋਕੋ ਕਿੰਨੇ ਵੀ ਅਮੀਰ ਹੋ ਜਾਓ ਵੱਡੇ ਹੋ ਜਾਓ ਰਿਸ਼ਤਿਆਂ ਦਾ ਸਤਕਾਰ ਕਰਨਾ ਨਾ ਭੁੱਲਿਓ ਜਿਹੜਾ ਬੰਦਾ ਕਹੇ ਨਾ ਫਲਾਨਾ ਰਿਸ਼ਤੇਦਾਰ ਤੇ ਛੋਟਾ ਹੈ ਉਹ ਕੁੜਮਾ ਨੇ ਦਿੱਤਾ ਕੀ ਹੈ ਉਹਨਾਂ ਕੋਲ ਹੈ ਕੀ ਹੈ ਮਾਫ ਕਰਿਓ ਉਹ ਬੰਦੇ ਰਿਸ਼ਤੇ ਤੋੜ ਬੈਂਦੇ ਨੇ ਨਾ ਉਹ ਗੁਰੂ ਦੀ ਨਜ਼ਰ ਵਿੱਚ ਪਰਵਾਨੇ ਨਾ ਉਹ ਦੁਨੀਆ ਦੀ ਨਜ਼ਰ ਵਿੱਚ ਜਦੋਂ ਵਿਆਹ ਸ਼ਾਦੀ ਆਨੰਦ ਕਾਰਜ ਹੋ ਗਿਆ ਡੋਲਾ ਤੋੜਨ ਲੱਗੇ ਨਾ ਤੇ ਸ਼ਿਵੇਂ ਪਾਤਸ਼ਾਹ ਦੀ ਅੱਖਾਂ ਦੇ ਸਾਹਮਣੇ ਲਾਲਚਨ ਆਪਣੀ ਧੀ ਦਾ ਡੋਲਾ ਤੋੜਨ ਲੱਗਾ ਹੱਥ ਜੋੜ ਕੇ ਕਹਿਆ ਸੱਚੇ ਪਾਤਸ਼ਾਹ ਮੇਰੀ ਔਕਾਤ ਨਹੀਂ ਸੀ ਤੁਹਾਡੇ ਨਾਲ ਰਿਸ਼ਤਾ ਜੋੜਨ ਦੀ ਮੈਨੂੰ ਗਰੀਬ ਨੂੰ ਤੁਸੀਂ ਮਾਣ ਦਿੱਤਾ ਮਹਾਰਾਜ ਕਿੱਥੇ ਮੈਂ ਗਰੀਬ ਸਿੱਖ ਕਿੱਥੇ ਤੁਸੀਂ ਮੇਰੀ ਪੀਰੀ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ ਮੇਰੀ ਔਕਾਤ ਨਹੀਂ ਸੀ ਤੁਹਾਡੇ ਨਾਲ ਰਿਸ਼ਤਾ ਜੋੜਨ ਦੀ ਮਹਾਰਾਜ ਤੁਸੀਂ ਕਿਰਪਾ ਕਰਕੇ ਜੋੜਿਆ ਇੱਕ ਗਰੀਬ ਦੀ ਬੇਨਤੀ ਹੈ ਮੈਂ ਕੋਈ ਦਾਜ ਨਹੀਂ ਦੇ ਸਕਿਆ ਸਿਰਫ ਰੁੱਖਾ ਮਿੱਸਾ ਭੋਜਨ ਪ੍ਰਸ਼ਾਦਾ ਸ਼ਕਾਇਆ ਹੈ ਮਹਾਰਜ ਧੀ ਤੋਂ ਸਬਾਏ ਮੇਰੇ ਕੋਲ ਦੇਣ ਵਾਸਤੇ ਹੋਰ ਕੁਝ ਨਹੀਂ ਛੇਵੇਂ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾਇਆ ਅੱਖਾਂ ਪੁੰਝ ਕੇ ਲਾਲ ਚੰਦਿਆ ਇੱਕ ਗੱਲ ਕਹੀ ਤੂੰ ਬਹੁਤ ਵੱਡਾ ਧਾਨ ਦਿੱਤਾ ਹੈ ਲਾਲ ਚੰਦ ਜਿਹੜਾ ਧੀਆ ਨੂੰ ਪਾਲ ਕੇ ਦੂਜੇ ਦੇ ਭਲੇ ਵਾਸਤੇ ਵਿਆਹ ਦਿੰਦਾ ਦੂਜੇ ਘਰ ਪਾਲਿਆ ਖੁਦ ਤੇ ਉਹ ਧੀ ਨੇ ਘਰ ਕਿਸੇ ਦੂਜੇ ਦਾ ਬਸਾਉਣਾ ਉਹਦਾ ਘਰ ਬਸਾਉਣਾ ਉਹਦਾ ਘਰ ਸਵਾਰਨੇ ਇਤੋਂ ਵੱਡਾ ਦੁਨੀਆ ਵਿੱਚ ਧਾਨ ਨਹੀਂ ਹੈ ਕੋਈ ਸਤਗੁਰਾਂ ਕਹਿਆ ਲਾਲਚੰਦ ਜਿਨੇ ਧੀ ਪਾਲ ਕੇ ਵਿਆਹ ਦਿੱਤੀ ਇਤੋਂ ਵੱਡਾ ਧੀ ਤੋਂ ਵੱਡਾ ਹੋਰ ਕੀ ਧਾਨ ਹੋ ਸਕਦਾ ਇਹਨੂੰ ਲੋਕ ਪਹਿਲਾਂ ਕੰਨਿਆ ਧਾਨ ਕਹਿੰਦੇ ਸੀ ਜਦੋਂ ਲੋਕਾਂ ਨੂੰ ਸੋਝੀ ਸਮਝ ਸੀ ਉਦੋਂ ਲੋਕ ਅਦਬ ਸਤਕਾਰ ਕਰਦੇ ਸੀ ਸਾਹ ਸੰਗਤ ਛੇਵੇਂ ਪਾਤਸ਼ਾਹ ਨੇ ਖੁਦ ਬਚਨ ਕਹੇ ਜਿਨ ਤਨ ਜਾਇ ਅਰਪਣ ਕੀਨੰ ਭਾਈ ਜਿਹਨੇ ਧੀ ਪਾਲ ਕੇ ਵਿਆਹੀ ਐ ਸਾਡਾ ਘਰ ਵਸਾਉਣ ਲਈ ਸਾਡੀ ਵੰਸ਼ ਵਧਾਉਣ ਲਈ ਸਾਡਾ ਘਰ ਸਵਾਰਨ ਲਈ ਇਸ ਤੋਂ ਵੱਡਾ ਲਾਲਜੰਦ ਹੋਰ ਕੀ ਹੋ ਸਕਦਾ ਧਾਨ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਧਾਨ ਤੇ ਦਾਹਜ ਸਹਿਬ ਨੇ ਕਿਹਾ ਜਿਨ ਤਨੁ ਜਾ ਅਰਪਣ ਕੀਨੰ ਤਨੁ ਜਾ ਦਾ ਅਰਥ ਹੁੰਦਾ ਧੀ ਤਿੰਨ ਪਾਛੈ ਕਿਆ ਰਖਲੀਨੰ ਭਾਈ ਉਹਨੇ ਪਿੱਛੇ ਕੀ ਰਖ ਲਿਆ ਸਤਿਗੁਰਾਂ ਇੰਨਾ ਵੱਡਾ ਮਾਣ ਦਿੱਤਾ ਇਹ ਪ੍ਰਭਾਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਬੜਾ ਗਹਿਰਾ ਪਿਆ ਇਹਨੂੰ ਗੁਰੂ ਕਹਿੰਦੇ ਨੇ ਜਿਹੜਾ ਇੰਨਾ ਵੱਡਾ ਮਾਣ ਬਖਸ਼ਿਸ਼ ਕਰੇ ਤੇ ਸਾਧ ਸੰਗਤ ਮੈਂ ਕਈ ਵਾਰ ਬੇਨਤੀ ਕੀਤੀ ਪਹਿਲਾਂ ਇੱਕ ਵਿੱਚ ਦੌਰ ਆਇਆ ਜਦੋਂ ਧੀਆਂ ਨੂੰ ਲੋਕ ਸੜਨ ਲੱਗ ਪਏ ਧੀਆਂ ਨੂੰ ਲੋਕ ਦਾਜ ਦੀ ਬਲੀ ਦੇਣ ਲੱਗ ਪਏ ਬੜਾ ਰੌਲਾ ਪਿਆ ਧੀਆਂ ਦਾਜ ਦੀ ਬਲੀ ਚੜ ਗਈਆਂ ਕਿਤੇ ਸਟੋਪ ਫਟ ਗਿਆ ਕਿਤੇ ਗੈਸ ਫਟ ਗਿਆ ਕਿਤੇ ਧੀਆਂ ਨੂੰ ਮਾਰ ਦਿੱਤਾ ਦਾਜ ਦੇ ਲੋਭੀਆਂ ਨੇ ਇਹ ਰੌਲਾ ਰਿਹਾ ਸਮਾਜ ਵਿੱਚ ਇਹ ਗੱਲ ਸੱਚੀ ਰਹੀ ਹੈ ਕਿ ਦਾਜ ਦੇ ਲੋਭੀਆਂ ਨੇ ਕਈ ਧੀਆਂ ਮਾਰੀਆਂ ਨੇ ਗਵਰਨਮੈਂਟ ਨੂੰ ਕਾਨੂੰਨ ਬਣਾਉਣਾ ਪਿਆ ਫਿਰ ਵਿਆਹ ਸ਼ਾਦੀ ਤੋਂ 7 ਸਾਲ ਤੱਕ ਹੁਣ ਡੋਰੀ ਦਾ ਕੇਸ ਪੈਂਦਾ ਤੁਹਾਨੂੰ ਸਭ ਕੁਝ ਪਤਾ ਹੈ ਡੋਲੀ ਦੇ ਕੇਸ ਵਿੱਚ 3-4 ਬੰਦਿਆਂ ਨੂੰ ਸਜ਼ਾ ਹੋ ਸਕਦੀ ਹੈ ਕਰਦਿਆਂ। ਗਵਰਨਮੈਂਟ ਨੂੰ ਕਾਨੂੰਨ ਬਣਾਉਣੇ ਪਏ ਗਏ। ਪਰ ਹੁਣ ਹਾਲਾਤ ਬਦਲ ਗਏ। ਧੋਡੀ ਕੀ ਸਲਾਹ ਹੁਣ ਲੋਕ ਦਾਜ ਲੈਣੋਂ ਹਟ ਗਏ ਨੇ। ਹੁਣ ਦਾਜ ਸਾਧ ਸੰਗਤ ਲੈਂਦੇ ਨੇ ਚੱਲਦਾ। ਹੁਣ ਵੀ ਉਸੇ ਤਰ੍ਹਾਂ ਪਰ ਹੁਣ ਟ੍ਰੈਂਡ ਦੂਜੇ ਤਰ੍ਹਾਂ ਬਦਲ ਗਿਆ ਹੈ। ਪਹਿਲੇ ਲੜਕੇ ਵਾਲੇ ਦਾਜ ਮੰਗਦੇ ਸੀ। ਧੀਆਂ ਵਾਲਿਆਂ ਨੂੰ ਦਾਜ ਦੇਣਾ ਪੈਂਦਾ ਸੀ। ਹੁਣ ਮਾਫ ਕਰਿਓ। ਹੋਣ ਲੜਕੇ ਵਾਲੇ ਨਹੀਂ ਮੰਗਦੇ ਗੁਣ ਧੀਆ ਵਾਲੇ ਦਾਜ ਮੰਗਦੇ ਨੇ 6.5 ਬੈਂਡ ਐ ਲੜਕੀ ਦੇ ਦੱਸੋ ਕੀ ਦਿੰਦੇ ਹੋ ਇਹ ਦਾਜ ਨਹੀਂ ਤੇ ਫਿਰ ਹੋਰ ਕੀ ਐ 6.5 ਬੈਂਡ ਨੇ ਉਹ ਬੱਚੀ ਬਾਰੇ ਉਹਦੇ ਹਨਮਨਾਂ ਦਾ ਕੋਈ ਨਹੀਂ ਕੋਈ ਸੋਚਦਾ ਸਾਥ ਸੰਗਤ ਬੱਚਿਆਂ ਦੇ ਅਰਮਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਬੱਚੀਆਂ ਦੇ ਮਨ ਦੇ ਉਹਨਾਂ ਦੀ ਵਿਚਾਰ ਦੇ ਉਲਟ ਸਿਰਫ ਪੈਸਿਆਂ ਦੇ ਲਾਲਚ ਕਰਕੇ ਅੱਧੇ ਅੱਧੇ ਪੈਸੇ ਲਾ ਦਿਓ ਜੀ ਇਹ ਵਪਾਰ ਬਿਜ਼ਨਸ ਨਹੀਂ ਤੇ ਹੋਰ ਕੀ ਐ ਸਾਥ ਸੰਗਤ ਹੁਣ ਫਿਰ ਹਾਲਾਤ ਇੰਨੇ ਭੇੜੇ ਹੋ ਗਏ ਨੇ ਉਹ ਬੱਚੀਆਂ ਮਜਬੂਰੀ ਵਸ ਪਿੱਕਿਆਂ ਦਾ ਕਹਿਣਾ ਮੰਨ ਕੇ ਲੜਕੇ ਵਾਲਿਆਂ ਤੋਂ ਪੈਸਾ ਲਵਾ ਕੇ ਚਲੀਆਂ ਜਾਂਦੀਆਂ ਨੇ ਤੇ ਉੱਧਰ ਜਾ ਕੇ ਜੋ ਕੋਈ ਕਰਕੇ ਉਹ ਛੜ ਦਿੰਦੀਆਂ ਨੇ ਪਰ ਤੱਕੇ ਫੋਨ ਨਹੀਂ ਹੁੰਦਾ ਲੋਕ ਡਿਪਰੈਸ਼ਨ ਵਿੱਚ ਜਾਣ ਲੱਗ ਪਏ 16-16 ਲੱਖ ਲਾ ਕੇ ਲੜਕੇ ਵਾਲੇ ਇੱਥੇ ਰੁੱਲਦੇ ਫਿਰਦੇ ਨੇ 16-16 ਲੱਖ ਲੜਕੀਆਂ ਦੇ ਥਾਂ ਤੇ ਭਰੇ ਐ ਲੜਕੇ ਵਾਲੇ ਇੱਥੇ ਘੁੰਮਦੇ ਨੇ ਪਰਤ ਕਿ ਉਹਨਾਂ ਫੋਨ ਕਰਨਾ ਬੰਦ ਕਰ ਦਿੱਤਾ ਹੈ ਇੱਧਰ ਘੁੰਮੀ ਜੋ ਸਾਥ ਸੰਗਤ ਇਹ ਸਭ ਕੁਝ ਬਿਜ਼ਨਸ ਵਪਾਰ ਜਿੰਨੀ ਦੇਰ ਤੁਸੀਂ ਰਿਸ਼ਤਿਆਂ ਨੂੰ ਬਿਜ਼ਨਸ ਵਪਾਰ ਬਣਾਓਗੇ ਉੰਨੀ ਦੇਰ ਦੁਖੀ ਹੁੰਦੇ ਰਹੋਗੇ ਰਿਸ਼ਤਾ ਵਪਾਰ ਨਾਲ ਨਹੀਂ ਰਿਸ਼ਤਾ ਪਿਆਰ ਨਾਲ ਨਿਭਦਾ ਹੈ ਔਰ ਜਿੱਥੇ ਪਿਆਰ ਹੋਵੇ ਉੱਥੇ ਵਪਾਰ ਦੀ ਕੋਈ ਗੱਲ ਨਹੀਂ ਉੱਥੇ ਪਲੇਟਾਂ ਗਿਣ ਕੇ ਖਰਚਾ ਦੋ ਅੱਦੀ ਨਹੀਂ ਹੁੰਦਾ ਜਿੱਥੇ ਪਿਆਰ ਹੋਵੇ ਉੱਥੇ ਕਾਦਾ ਵਪਾਰ ਹੈ ਸਾਸ ਜੀ ਜਿੱਥੇ ਵਪਾਰ ਹੈ ਉੱਥੇ ਪਿਆਰ ਹੋਏ ਨਹੀਂ ਸਕਦਾ ਇਹ ਬਿਲਕੁਲ ਅਲੱਗ-ਅਲੱਗ ਚੀਜ਼ਾਂ ਨੇ ਇਹ ਤੇ ਗੱਲ ਸਹਿਬ ਨੇ ਬਾਣੀ ਅੰਦਰ ਵੀ ਕਹੀ ਜੇ ਤੂੰ ਰੱਬ ਨਾਲ ਵਪਾਰ ਕਰਨ ਆਉਣਾ ਹੈ ਲੋਭ ਦੇ ਵਸ ਹੋ ਕੇ ਮੈਨੂੰ ਆਹ ਕੁਝ ਦਿਓਗੇ ਤੇ ਮੈਂ ਆਵਾਂਗਾ ਫਿਰ ਤੇਰਾ ਗੁਰੂ ਨਾਲ ਕੋਈ ਪਿਆਰ ਨਹੀਂ ਜੇ ਸ਼ਰਤਾਂ ਰੱਖ ਕੇ ਬਾਣੀ ਪੜਨੇ ਫਿਰ ਉਹ ਬਾਣੀ ਪੜੀ ਹੋਈ ਗੁਰੂ ਨਾਲ ਕੋਈ ਪਿਆਰ ਨਹੀਂ ਜੇ ਤੂੰ ਲਾਲਚ ਰੱਖ ਕੇ ਗੁਰੂ ਕੋਲ ਆਉਣਾ ਨਾ ਮਿਲੇਗਾ ਤੇ ਆਵਾਂਗਾ ਤੇ ਫਿਰ ਗੁਰੂ ਨਾਲ ਪਿਆਰ ਨਹੀਂ ਕੋਈ ਜਿੱਦਣ ਕੋਈ ਵੱਡਾ ਦੁੱਖ ਹੋਣੇ ਤੂੰ ਟੁੱਟ ਜਾਣਾ ਗੁਰੂ ਨਾਲ ਜਿੱਦਣ ਕੋਈ ਵੱਡੀ ਘਟਨਾ ਕੱਢਣੀ ਫਿਰ ਤੂੰ ਗੁਰੂ ਤੋਂ ਕੋਸਾਂ ਦੂਰ ਚਲੇ ਜਾਣਾ ਉਹ ਬੰਦੇ ਮੈਂ ਗੁਰੂ ਦਰ ਤੋਂ ਟੁੱਟਦੇ ਵੇਖੇ ਨੇ ਜਿਹੜੇ ਬਾਹਰੋਂ ਪਹਿਲਾਂ ਬੜਾ ਰੌਲਾ ਸੀ ਤੇ ਪੱਕਾ ਹੀ ਗੁਰਦਾਰਿਆ ਉਹਨੇ ਇੱਥੇ ਸਾਰੇ ਘਰ ਨੇ ਅੰਮ੍ਰਿਤ ਛਕਿਆ ਹੋਇਆ ਸਾਰੇ ਬੱਚੇ ਅੰਮ੍ਰਿਤਧਾਰੀ ਨੇ ਤੇ ਟੁੱਟ ਪਤਾ ਕਿਉਂ ਗਏ ਉਹਨਾਂ ਦਾ ਰੋਜ਼ ਆਉਣਾ ਗੁਰੂ ਨਾਲ ਵਪਾਰ ਸੀ ਉਹਨਾਂ ਦਾ ਹਰ ਰੋਜ਼ ਬਾਣੀ ਪੜ੍ਹਨੀ ਗੁਰੂ ਨਾਲ ਲਾਲਚ ਕਰਕੇ ਲੋਭ ਸੀ ਤੇ ਉਹ ਹਰ ਰੋਜ਼ ਕਿਸੇ ਲਾਲਚ ਕਿਸੇ ਵਪਾਰ ਕਰਕੇ ਆਉਂਦੇ ਰਹੇ ਤੇ ਜਿੱਦਣ ਕੋਈ ਵੱਡੀ ਘਟਨਾ ਕੋਈ ਵੱਡਾ ਦੁੱਖ ਆਇਆ ਉਸ ਦਿਨ ਗੁਰੂ ਨਾਲੋਂ ਟੁੱਟ ਕੇ ਖੰਡ ਗਏ ਇਸ ਲਈ ਸਾ ਸੰਗਤ ਹਰ ਰੋਜ਼ ਨਿਤਨੇਮ ਕਰਕੇ ਗੁਰੂ ਕੋਲੋਂ ਪਦਾਰਥ ਨਹੀਂ ਮੰਗਣੇ ਚਾਹੀਦੇ ਗੁਰੂ ਕੋਲੋਂ ਪਿਆਰ ਵੀ ਮੰਗਣਾ ਚਾਹੀਦਾ ਜਿੱਦਣ ਸਿੱਖ ਗੁਰੂ ਕੋਲੋਂ ਪਿਆਰ ਮੰਗਦਾ ਹੈ ਉਦਣ ਗੁਰੂ ਫਿਰ ਉਹ ਪਿਆਰ ਟੁੱਟਣ ਨਹੀਂ ਦਿੰਦਾ ਕਹਿਣਾ ਪੈਂਦਾ ਜਿਨ ਲਈ ਪ੍ਰੀਤ ਸੋਈ ਫਿਰ ਖਾਇਆ ਮਹਾਰਾਜੇ ਪ੍ਰੀਤ ਲਾਓ ਤੁਸੀਂ ਮਹਾਰਾਜ ਐਦਾਂ ਪਿਆਰ ਕਰੋ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ ਹੈ ਮਾਂ ਨੂੰ ਬੱਚੇ ਤੇ ਕੋਈ ਸੁਆਰਥ ਨਹੀਂ ਤੇ ਸਾਥ ਸੰਗਤ ਬੱਚਾ ਵੀ ਫਿਰ ਇਸ ਤਰ੍ਹਾਂ ਪਿਆਰ ਕਰੇ ਨਾ ਮਾਂ ਨੂੰ ਸਤਗੁਰ ਦੇ ਨਾਲ ਲਾਲਚ ਰੱਖ ਕੇ ਲੋਭ ਰੱਖ ਕੇ ਪਿਆਰ ਕਰੋਗੇ ਬਹੁਤੀ دیر ਨਹੀਂ ਨਿਵੇਗਾ ਸਹਿਬ ਨੇ ਬਾਣੀ ਅੰਦਰ ਕਿਹਾ ਮੀਂ ਪੈਂਦਾ ਛਪਰਾ ਕਿੰਨੀਂ ਦਿਨ ਰਹਿ ਸਕਦਾ ਉਹਨੇ ਚੋ ਜਾਣਾ ਲਾਲਚ ਕਰਕੇ ਗੁਰੂ ਕੋਲ ਆਉਨੇ ਇੱਕ ਦਿਨ ਰਿਸ਼ਤਾ ਟੁੱਟ ਜਾਣਾ ਫਰੀਦਾ ਜਾਨ ਲੱਭ ਤਾਂ ਨੇਹੋ ਕਿਹਾ ਲੱਭ ਤਾਂ ਕੂੜਾ ਨੇ ਕਿਚਰ ਝੱਤ ਲੰਗਾਈ ਛੱਪਰ ਟੁੱਟੇ ਮੈਂ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ਿਸ਼ ਕੀਤੀ ਇੱਕ ਗੱਲ ਯਾਦ ਰੱਖਿਓ ਬਿਨਾਂ ਸੁਹਾਰਥ ਤੋਂ ਥੋੜੀ ਕੀਤੀ ਸੇਵਾ ਵੀ ਗੁਰੂ ਨੂੰ ਪਰਵਾਨ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਇੱਕ ਜਪਤੀ ਸਾਹਿਬ ਵੀ ਤੂੰ ਪੜ ਲੈਣਾ ਇੱਕ ਕਦਮ ਵੀ ਗੁਰੂਵਾਲ ਦੇ ਪਾਸੇ ਤੁਰ ਲੈ ਅੰਦਰ ਕੋਈ ਲੋਭ ਲਾਲ ਚ ਕੋਈ ਸ਼ਰਤ ਨਾ ਹੋਵੇ ਉਹ ਪੜਿਆ ਜਪਤੀ ਸਾਹਿਬ ਤੇਰੇ ਕਈ ਸਾਲ ਕੰਮ ਆ ਸਕਦਾ ਹੈ। ਤੇਰਾ ਉਹਦੇ ਬਦਲੇ ਚ ਸੁਹਾਰਥ ਨਾ ਹੋਵੇ ਕੋਈ। ਇਹ ਠੀਕ ਹੈ ਦੁਨੀਆ ਦੇ ਪਦਾਰਥ ਸੁੱਖ ਚਾਹੀਦੇ ਨੇ। ਪਰ ਕਦੇ ਗੁਰੂ ਕੋਲੋਂ ਇਹ ਵੀ ਮੰਗਿਆ ਕਰਦਾ ਤਾਂ ਅੱਜ ਬਾਣੀ ਪੜੀ ਇਹਦੇ ਬਦਲੇ ਵਿੱਚ ਕੁਝ ਨਹੀਂ ਚਾਹੀਦਾ ਅੱਜ ਬਸ ਆਪਣਾ ਪਿਆਰ ਬਖਸ਼ਿਸ਼ ਕਰੋ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਵੇਖਿਓ ਜੋ ਆਨੰਦ ਅਗਲੇ ਦਿਨ ਆਏਗਾ ਉਹ ਕਦੇ ਵੀ ਨਹੀਂ ਆਇਆ ਹੋਣਾ ਕਿਉਂਕਿ ਅੱਜ ਤੁਸੀਂ ਮੰਗ ਕੇ ਨਹੀਂ ਗਏ ਕੁਝ ਅੱਜ ਸਿਰਫ ਗੁਰੂ ਕੋਲੋਂ ਪਿਆਰ ਮੰਗਿਆ ਇੱਕ ਗੁਰੂ ਦੇ ਕੀਰਤਨੀਏ ਤਿੰਨੇ ਹੀ ਭਰਾ ਦਰਬਾਰ ਸਾਹਿਬ ਦੇ ਰਾਗੀ ਨੇ ਉਹ ਵਿਚਾਰਿਆਂ ਕੋਲ ਆਪਣਾ ਘਰ ਵੀ ਨਹੀਂ ਸੀ ਘਰੋਂ ਬੜੇ ਗਰੀਬ ਇੱਥੇ ਬੱਚੇ ਉਹਨਾਂ ਦੇ ਵੱਡੇ ਹੋਣ ਲੱਗ ਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਟਰਾਂ ਵਿੱਚ ਰਹਿੰਦੇ ਸੀ ਜਦੋਂ ਬੱਚੇ ਵੱਡੇ ਹੋਣ ਲੱਗ ਪਣ ਫਿਰ ਬੰਦੇ ਨੂੰ ਚਿੰਤਾ ਪੈਂਦੀ ਹੈ ਘਰ ਵੀ ਚਾਹੀਦਾ ਆਪਣੀ ਜਗ੍ਹਾ ਚਾਹੀਦੀ ਹੈ ਕੱਲ ਨੂੰ ਬੱਚੇ ਵਿਆਹਣੇ ਨੇ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ ਗ੍ਰਸਤੀ ਦੇ ਖਰਚੇ ਵੀ ਵੱਧਦੇ ਨੇ ਬੰਦੇ ਦੇ ਪੜਾਈਆਂ ਦੇ ਖਰਚੇ ਵੱਧ ਜਾਂਦੇ ਨੇ ਉਹ ਵਿਚਾਰੇ ਬੜੀ ਟੈਨਸ਼ਨ ਵਿੱਚ ਰਹਿਣ ਲੱਗ ਪਏ ਆਪਣਾ ਘਰ ਨਹੀਂ ਬਣ ਰਿਹਾ ਮਾੜਾ ਮੋਟਾ ਰੋਟੀ ਦਾ ਖਰਚਾ ਚੱਲ ਰਿਹਾ ਹੈ ਬੱਚਿਆਂ ਨੂੰ ਪਾਲ ਰਹੇ ਨੇ ਘਰ ਕਿਵੇਂ ਬਣਾਵਾਂਗੇ ਬੱਚੇ ਬੱਚੀਆਂ ਵੱਡੇ ਹੋ ਰਹੇ ਨੇ ਘਰ ਚਾਹੀਦਾ ਕੱਲੋਂ ਬੱਚੇ ਵਿਹੋਣੇ ਨੇ ਬੱਚਿਆਂ ਦਾ ਖਰਚਾ ਵੱਧ ਰਿਹਾ ਹੈ ਤਾਂ ਚਿੰਤਾ ਵਿੱਚ ਰਹਿਣ ਲੱਗ ਪਏ ਇੱਕ ਦਿਨ ਕੋਈ ਗੁਰਮੁਖ ਪਿਆਰਾ ਜਦੋਂ ਉਹਨਾਂ ਦੇ ਕੋਲ ਉਹਨਾਂ ਬਚਨ ਗਿਆ ਨਾ ਉਹ ਕਹਿੰਦੇ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕਰਦੇ ਹੋ ਉਦਾਸ ਕਿਉਂ ਰਹਿੰਦੇ ਹੋ ਕਿਉਂਕਿ ਸਾਧ ਸੰਗਤ ਜਿਹੜੇ ਜਪਣ ਵਾਲੇ ਹੁੰਦੇ ਨਾ ਉਹ ਤੁਹਾਡੇ ਬਾਹਰਲਾ ਜਿਹੜਾ ਆਰਟੀਫੀਸ਼ੀਅਲ ਹਾਸਾ ਹੈ ਨਾ ਉਹ ਤੋਂ ਅੱਗੇ ਤੱਕ ਵੇਖ ਲੈਂਦੇ ਨੇ ਦੁਨੀਆ ਝੂਠਾ ਮੂਠਾ ਮੁਸਕਰਾਉਂਦੀ ਹੈ ਬਾਹਰ ਵਿਦੇਸ਼ਾਂ ਵਿੱਚ ਲੋਕ ਇੱਕ ਦੂਜੇ ਨੂੰ ਮਿਲਣਗੇ ਨਾ ਸੈਰ ਕਰਦੇ ਗੋਰੇ ਨਕਲੀ ਜਿਹਾ ਹਾਸਾ ਉਹ ਇੱਕ ਦੂਜੇ ਨੂੰ ਹੱਸ ਕੇ ਵਿਸ਼ ਕਰਕੇ ਲੰਘ ਜਾਂਦੇ ਨੇ ਹੈਲੋ ਹਾਈ ਕਹਿ ਕੇ ਲੰਘ ਜਾਂਦੇ ਅੰਦਰ ਬਹੁਤ ਕੁਝ ਭਰਿਆ ਹੈ ਅੰਦਰੋਂ ਖੁਸ਼ ਨਹੀਂ ਕਈ ਵਾਰ ਬਾਹਰੋਂ ਖੁਸ਼ ਤੇ ਸੁਲਦੇ ਹੋਏ ਲੋਕ ਅੰਦਰੋਂ ਬੜੇ ਉਲਝੇ ਹੋਏ ਤੁਹਾਨੂੰ ਨਜ਼ਰ ਆਉਣਗੇ ਉੱਤੇ ਟੈਂਪਰੇਰੀ ਬਾਹਰੋਂ ਹਾਸਾ ਮਾਰਾ ਜਿਹਾ ਉਹ ਤਾਂ ਟੈਂਪਰੇਰੀ ਹਰ ਬੰਦਾ ਕਹਿੰਦਾ ਠੀਕ ਹੈ ਜੀ ਹੋਰ ਸੁਣਾਓ ਥੋੜੇ ਜਿਹਾ ਹੱਸ ਕੇ ਅਗਲੇ ਨੂੰ ਵਖਾਉਣੇ ਬਲਾਉਣੇ ਕਿਉਂ ਉਹ ਤਾਂ ਫੋਲ ਕੇ ਵੇਖੋ ਫਿਰ ਦੁੱਖ ਕੀ ਆ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਇੱਕ ਗੱਲ ਸ਼ੁਰੂ ਕਰਕੇ ਵੇਖੋ 50 ਸੁਣਾ ਦੇਗਾ ਮੈਂ ਤੇ ਆਪ ਦੁਖੀ ਹਾਂ ਤੇ ਸਾਥ ਸੰਗਤ ਜਦੋਂ ਉਹ ਨਾਮ ਜਪਣ ਵਾਲੇ ਉਹਨਾਂ ਨੇ ਬਾਹਰੋਂ ਵੇਖਿਆ ਕਹਿੰਦੇ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕਰਦੇ ਹੋ ਉਦਾਸ ਹੋ ਕਹਿੰਦੇ ਨਹੀਂ ਨਹੀਂ ਕੋਈ ਉਦਾਸ ਨਹੀਂ ਚੜਦੀ ਕਲਾ ਕਹਿੰਦੇ ਨਹੀਂ ਦੱਸੋ ਨਾ ਭਾਵੇਂ ਪਰ ਮੇਰਾ ਮਨ ਕਹਿੰਦਾ ਤੁਸੀਂ ਉਦਾਸ ਹੋ ਦੱਸੋ ਕੀ ਗੱਲ ਹੈ ਤਾਂ ਉਹਨਾਂ ਦੱਸ ਦਿੱਤਾ ਉਹ ਕਹਿੰਦੇ ਚਿੰਤਾ ਵਿੱਚ ਹੈ ਕਵਟਰਾਂ ਵਿੱਚ ਹੀ ਰਹਿੰਦੇ ਆ ਘਰ ਨਹੀਂ ਬਣਿਆ ਬੱਚੇ ਵੱਡੇ ਹੋ ਰਹੇ ਨੇ ਖਰਚੇ ਵੱਧ ਰਹੇ ਨੇ ਕੀਰਤਨ ਵਿੱਚ ਕਿੱਥੇ ਪੂਰੀ ਪੈਂਦੀ ਹੈ ਕੀਰਤਨ ਕਰਦੇ ਆ ਬਸ ਜਿੰਨੀ ਕਿ ਤਨਖਾਹ ਮਿਲਦੀ ਉਹਨਾਂ ਕੋ ਖਰਚਾ ਖੜਾ ਹੁੰਦਾ ਹੈ ਜਿੰਨੇ ਕੁ ਬਾਹਰੋਂ ਕੀਰਤਨ ਦੇ ਪੈਸੇ ਬਣਦੇ ਉਹਨੇ ਦੁੱਧ ਫੀਸਾਂ ਦੇ ਹੋਰ ਬਣੇ ਹੁੰਦੇ ਨੇ ਜੇ ਕੋਈ ਵਿਆਹ ਸ਼ਾਦੀ ਦੁੱਖ ਸੁੱਖ ਰਿਸ਼ਤੇਦਾਰੀ ਚਾਜੇ ਤਾਂ ਜਿਹੜਾ ਮਾੜਾ ਮੋਟਾ 5 10000 ਜੁੜਿਆ ਹੁੰਦਾ ਉਧਰ ਖਰਚ ਹੋ ਜਾਂਦਾ ਐਦਾਂ ਕਰਕੇ ਬਰਕਤ ਨਹੀਂ ਪੈ ਰਹੀ ਘਰ ਨਹੀਂ ਬਣ ਰਿਹਾ ਬੱਚੇ ਵੱਡੇ ਹੋ ਰਹੇ ਨੇ ਚਿੰਤਾ ਵਿੱਚ ਤੇ ਸਾਧ ਸੰਗਤ ਤੋਂ ਨਾਮ ਜਪਣ ਵਾਲਾ ਗੁਰਸੇ ਗੁਰਸਿੱਖਾਂ ਕੋਲ ਰਾਹ ਹੁੰਦਾ ਹੈ ਹੋਰ ਕਾਦੇ ਵਾਸਤੇ ਗੁਰਸਿੱਖਾਂ ਦੀ ਸੰਗਤ ਕਰਨੀ ਉ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਗੁਰਸਿੱਖਾਂ ਕੋਲ ਗੁਰੂ ਦੇ ਦਰ ਦਾ ਰਾਹ ਹੈ ਕਿਸੇ ਦੀ ਸੰਗਤ ਕਰਕੇ ਉਹ ਤੁਹਾਨੂੰ ਰਾਹ ਪਾ ਸਕਦਾ ਹੈ ਸਾਧ ਸੰਗਤ ਉਸ ਰਸਤੇ ਤੇ ਤੁਰਿਆਂ ਬਹੁਤ ਕੁਝ ਮਿਲ ਜਾਂਦਾ ਹੈ ਇਸੇ ਲਈ ਅਰਦਾਸ ਵਿੱਚ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਉਹ ਮਿਲਣ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਜਦੋਂ ਨਾਮ ਚਿੱਤੇ ਹੁੰਦਾ ਉਹਨਾਂ ਦੇ ਮਿਲਿਆਂ ਰਾਹ ਵੀ ਲੱਭ ਪੈਂਦਾ ਗੁਰੂ ਉਹਨਾਂ ਦੇ ਰਾਹੀ ਰਸਤਾ ਦੱਸਦਾ ਹੈ ਤਾਈਓ ਰੱਬ ਨੂੰ ਕਿਹਾ ਕਰਨ ਕਾਰਨ ਪ੍ਰਭ ਏਕ ਹੈ ਰੱਬ ਕਾਰਨ ਪੈਦਾ ਕਰਦਾ ਉਹ ਆਪ ਨਹੀਂ ਸਾਹਮਣੇ ਆਉਂਦਾ ਕਿਸੇ ਗੁਰਸਿੱਖ ਦੇ ਰਾਹੀ ਤੁਹਾਨੂੰ ਰਾਹ ਦੱਸਦਾ ਹੈ ਭਾਈ ਇੱਧਰ ਚਲਾ ਜਾ ਉੱਥੇ ਮਿਲ ਜਾਣਾ ਜਦੋਂ ਕੀਰਤਨੀਆਂ ਨੇ ਕਿਹਾ ਜੀ ਇਸ ਕਰਕੇ ਦੁਖੀਆਂ ਘਰ ਨਹੀਂ ਬਣ ਰਿਹਾ ਖਰਚਾ ਨਹੀਂ ਪੂਰਾ ਪੈਂਦਾ ਕੀਰਤਨ ਵਿੱਚ ਕਿੱਥੇ ਕੰਮ ਚੱਲਦਾ ਤਾਂ ਸਾਥ ਸੰਗਤ ਜਦੋਂ ਨਹੀਂ ਆਪਣੇ ਮਨ ਦੀ ਗੱਲ ਕਹੀਂ ਤਾਂ ਗੁਰਮੁਖ ਪਿਆਰੇ ਗੁਰਸੇ ਕਹਿੰਦੇ ਫਿਰ ਤੁਸੀਂ ਘਰ ਲੈਣਾ ਚਾਹੁੰਦੇ ਹੋ ਆਪਣਾ ਕਹਿੰਦੇ ਹਾਂਜੀ ਤੇ ਆਪਣਾ ਘਰ ਬਣ ਜਾਏ ਤਿੰਨਾਂ ਭਰਾਵਾਂ ਦਾ ਵਧੀਆ ਬੱਚੇ ਵੱਡੇ ਹੋ ਰਹੇ ਨੇ ਕਹਿੰਦੇ ਜਿਹੜੀ ਗੱਲ ਮੈਨੂੰ ਕਹੀ ਹੈ ਨਾ ਇਹਨਾਂ ਸ਼ਬਦਾਂ ਵਿੱਚ ਇਈਓ ਗੱਲ ਜਦੋਂ ਕੱਲ ਅਸਾਂ ਦੀ ਵਾਰ ਲਾ ਕੇ ਹਟੋਂ ਤਾਂ ਗੁਰੂ ਤਖਤ ਤੇ ਵਿਰਾਜਮਾਨ ਹੈ ਗੁਰੂ ਦਾ ਕੀਰਤਨ ਕਥਾ ਸੇਵਾ ਕਰਕੇ ਕੋਈ ਹਟੇ ਉਦੋਂ ਗੁਰੂ ਇੱਛਾ ਰੱਖਦਾ ਹੁਣ ਮੰਗੇ ਕੀ ਮੰਗਣੇ ਕਹਿੰਦੇ ਭਾਈ ਸਾਹਿਬ ਇੰਨੇ ਸਾਲ ਕੀਰਤਨ ਕਰਦੇ ਆ ਹੋ ਗਿਆ ਤੁਸੀਂ ਕੀਰਤਨ ਕਰਕੇ ਗੁਰੂਵਾਲ ਮੂੰਹ ਕਰਕੇ ਮੰਗਿਆ ਨਹੀਂ ਕੀਰਤਨ ਕਰਕੇ ਧਿਆਨ ਪਤਾ ਕਿਹਦੇ ਵੱਲ ਹੁੰਦਾ ਕਿੰਨੇ ਲੋਕ ਕਹਿਣ ਬਾਹਰ ਆ ਕੇ ਭਾਈ ਸਾਹਿਬ ਇਤਨਾ ਕਮਾਲ ਹੀ ਕਰਦੇ ਅੱਜ ਤੇ ਨੰਦੀ ਆ ਗਿਆ ਉਹ ਚੀਜ਼ ਦੀ ਹੋਂਮੇ ਰਹਿੰਦੀ ਮੇਰੇ ਕੀਰਤਨ ਤੋਂ ਬਾਅਦ ਕਿੰਨੇ ਲੋਕ ਉੱਠ ਖੜਦੇ ਨੇ ਇਸ ਗੱਲ ਦੀ ਹੋਂਮੇ ਰਹਿੰਦੀ ਹੈ ਮੇਰੇ ਕੀਰਤਨ ਤੋਂ ਬਾਅਦ ਤਾਂ ਹਾਲ ਹੀ ਖਾਲੀ ਹੋ ਗਿਆ ਜੀ ਮੇਰੇ ਕੀਰਤਨ ਤੋਂ ਬਾਅਦ ਤਾਂ ਬਾਹਰ 20-50 ਬੰਦੇ ਮਿਲੇ ਇਹੋ ਇੱਛਾ ਰਹਿੰਦੀ ਹੈ ਗੁਰੂ ਵੱਲ ਤੇ ਸਾਥ ਸੰਗਤ ਉਦੋਂ ਮੁੱਖ ਹੀ ਨਹੀਂ ਰਹਿੰਦਾ ਉਹ ਗੁਰਮੁਖ ਨੇ ਰਾਹ ਦੱਸਿਆ ਜਦੋਂ ਕੀਰਤਨ ਕਰਕੇ ਸਵੇਰੇ ਆਸਾਂ ਦੀ ਵਾਰ ਲਾ ਕੇ ਹਟੋਂ ਉਦੋਂ ਸੰਗਤ ਵੱਲ ਨਾ ਵੇਖਿਓ ਕੌਣ ਉੱਠਿਆ ਕਿਹਨੇ ਤੁਹਾਨੂੰ ਵਾਹ ਵਾਹ ਕਹਿਣਾ ਕਿਹਨੇ ਤੁਹਾਨੂੰ ਸ਼ਾਬਾਸ਼ ਦੇਣੀ ਬਸ ਸਿੱਧੇ ਗੁਰੂ ਅੱਗੇ ਹੱਥ ਜੋੜ ਕੇ ਕਿਉਂ ਦਹਾਤਾ ਅੱਜ ਤੇਰੀ ਕੀਰਤੀ ਕੀਤੀ ਹੈ ਕਰਪਾ ਤਰਸ ਕਰੋ ਸਾਨੂੰ ਰਹਿਣ ਵਾਸਤੇ ਆਪਣਾ ਤਾਂ ਬਖਸ਼ ਦਿਓ ਉਹ ਗੁਰਮਖ ਨੇ ਰਾਹ ਦੱਸਿਆ ਤੇ ਗੁਰੂ ਦੇ ਕੀਰਤਨੀਆਂ ਨੇ ਜਿੱਦਣ ਅਗਲੇ ਦਿਨ ਆਸਾ ਦੀ ਵਾਰ ਕੀਤੀ ਨਾ ਸੰਗਤ ਵੱਲ ਨਹੀਂ ਵੇਖਿਆ ਕੌਣ ਸੁਣਦਾ ਕੌਣ ਉੱਠਦਾ ਕੌਣ ਵਾਹ ਵਾਹ ਕਹਿੰਦਾ ਕੀਰਤਨ ਸਮਾਪਤੀ ਤੋਂ ਬਾਅਦ ਸਿੱਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਮਹਾਰਾਜ ਸਾਡਾ ਘਰ ਬਣਾ ਦਿਓ ਸਾਨੂੰ ਵੀ ਥੋੜੀ ਬਹੁਤੀ ਜਗ੍ਹਾ ਬਖਸ਼ ਦਿਓ ਬੱਚੇ ਵੱਡੇ ਹੋ ਰਹੇ ਨੇ ਲੋੜਾਂ ਨੇ ਮਹਾਰਾਜ ਇੰਨੀ ਗੱਲ ਕਹਿ ਕੇ ਤਿੰਨੇ ਭਰਾ ਅਰਦਾਸ ਕਰਕੇ ਬਾਹਰ ਨਿਕਲੇ ਤੁਸੀਂ ਹੈਰਾਨ ਹੋਮੋਗੇ ਕੋਈ 400 ਫੁੱਟ ਤੋਂ ਬਾਹਰ ਆਇ ਦਰਵਾਰ ਤੋਂ ਜਦੋਂ ਪ੍ਰਕਰਮਾ ਕਰਕੇ ਸ਼੍ਰੀ ਕਾਲ ਤੱਕ ਸਭ ਦੇ ਕੋਲ ਦਰਸ਼ਣ ਜੋੜੀ ਲੰਘ ਕੇ ਆਏ ਨਾ ਮਾਰੋ ਉਹ ਕਹਿੰਦੇ ਭਾਈ ਸਾਹਿਬ ਜੀ ਇਹ ਕਨਜਾਨ ਬੰਦਾ ਮਿਲਿਆ ਅਸੀਂ ਨਹੀਂ ਉਹਨੂੰ ਜਾਣਦੇ ਉਹ ਨਿਸ਼ਾਨ ਸਾਹਿਬ ਦੇ ਕੋਲ ਮਿਲਿਆ ਤੇ ਨਿਸ਼ਾਨ ਸਾਹਿਬ ਕੋਲ ਮਿਲ ਕੇ ਕਹਿੰਦਾ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕੀਤਾ ਕਹਿੰਦਾ ਸਾਡੀਆਂ ਅੱਖਾਂ ਲਾਲ ਹੋਈਆਂ ਸੀ ਰੋ ਕੇ ਮਨ ਵਿਰਾਗ ਨਾਲ ਭਰਿਆ ਅੱਖਾਂ ਭਰੀਆਂ ਸੀ ਕਿਉਂਕਿ ਜਿਹੜੀ ਰੋਜ ਸੰਗਤ ਵਾਹ ਵਾਹ ਕਹਿਣ ਵਾਲੀ ਹੋ ਤਾਂ ਜਾ ਚੁੱਕੀ ਸੀ ਅਸੀਂ ਤਾਂ ਕਿੰਨਾ ਚਿਰ ਖਲੋ ਕੇ ਬਹਿ ਕੇ ਅਰਦਾਸ ਕਰਕੇ ਬਾਹਰ ਨਿਕਲੇ ਕਹਿੰਦਾ ਉਹ ਸੱਜਣ ਮਿਲਿਆ ਉਹ ਕਹਿੰਦਾ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕੀਤਾ ਤੇ ਨਾਲ ਉਹ ਬੋਲਿਆ ਕਿ ਨਾ ਭਾਈ ਸਾਹਿਬ ਬਾਹਰ ਗਏ ਉਹ ਵਿਦੇਸ਼ ਉਹ ਕਹਿੰਦੇ ਨਹੀਂ ਜੀ ਬਾਹਰ ਨਹੀਂ ਗਏ ਕਹਿੰਦੇ ਭਾਈ ਸਾਹਿਬ ਐਂ ਕਰੋ ਮੈਨੂੰ ਆਪਣਾ ਨੰਬਰ ਦਿਓ ਉਹ ਕਹਿੰਦਾ ਮੋਬਾਈਲ ਨੰਬਰ ਲੈ ਗਿਆ ਸੀ ਕਿ ਐ ਲੋਕ ਬਹੁਤ ਲੈ ਜਾਂਦੇ ਨੇ ਪਰ ਕਹਿੰਦਾ ਹੈਰਾਨ ਹੋਮੋਗੇ ਉਹ ਸ਼ਾਮਾ ਨੂੰ ਨੰਬਰ ਫੋਨ ਕਰਕੇ ਘਰ ਆ ਗਿਆ ਉਹਨੇ ਕਿਹਾ ਪੇਪਰ ਦਿਓ ਚੋਂ ਪੰਜਾਂ ਦਿਨਾਂ ਬਾਅਦ ਉਹਦੀ ਫਲਾਈਟ ਸੀ ਪਾਸਪੋਰਟ ਦੀਆਂ ਕਾਪੀਆਂ ਲੈ ਗਿਆ ਤੇ ਸਾਥ ਸੰਗਤ ਜੰਦੇ ਉਹਨੇ ਇੱਕ ਹਫਤੇ ਵਿੱਚ ਪੇਪਰ ਭੇਜ ਦਿੱਤੇ ਅਰਦਾਸ ਕਰਨ ਤੋਂ 21 ਦਿਨ ਪੂਰੇ ਨਹੀਂ ਹੋਏ ਜਿੱਦਣ ਵੀਜ਼ਾ ਲੱਗ ਗਿਆ ਉਹ ਬੰਦੇ ਬਾਹਰ ਕੈਨੇਡਾ ਚ ਬਹਿ ਕੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਨੇ ਨਦਰ ਕੀਤੀ ਉਹ ਕਹਿੰਦਾ ਕੈਨੇਡਾ ਦਾ ਤਾਂ ਐ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਬਹਾਨਾ ਹੀ ਬਣਾਇਆ ਹੋਵੇ ਲੋਕਾਂ ਨੂੰ ਪਤਾ ਨਹੀਂ 6 6 ਲੱਖ 88 ਬਣਦਾ ਹੋਣਾ ਕਹਿੰਦਾ ਭਾਈ ਸਾਹਿਬ ਸਾਨੂੰ ਨਹੀਂ ਪਤਾ ਕਿੰਨੀ ਗਿਣਤੀ ਹੋਈ ਸਾਨੂੰ 20 22 ਲੱਖ ਰੁਪਈਆ ਉਹ ਟੂਰ ਵਿੱਚ ਬਣਿਆ ਆਉਂਦੇ ਹੀ ਅਸੀਂ ਆਪਣੇ ਘਰ ਕੋਠੀਆਂ ਲੈ ਲਈਆਂ ਉਹ ਦਿਨ ਹੱਦ ਤੇ ਅੱਜ ਅੱਜ ਉਹਨਾਂ ਦਾ ਘਰ ਮੈਂ ਤੁਹਾਨੂੰ ਦਿਖਾਵਾਂ ਤੇ ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ ਇਟਲੀ ਤੋਂ ਪੱਥਰ ਲਿਆ ਕੇ ਉਹਨੇ ਆਪਣੇ ਘਰ ਚ ਲਾਇਆ ਕਿੰਨੇ ਅਮੀਰ ਹੋ ਗਏ ਹੋਣਗੇ ਜਿਹੜਾ ਬਾਹਲ ਇੰਟਰਸ ਦਾ ਪੱਥਰ ਹੈ ਨਾ ਉਹ ਇਟਲੀ ਤੋਂ ਉੱਥੋਂ ਲੰਗੋਗੇ ਹੈ ਲੱਗਦਾ ਜਿਵੇਂ ਸ਼ੀਸ਼ਾ ਲੱਗਾ ਹੋਇਆ ਪਰ ਉਹ ਪੱਥਰ ਉੱਥੋਂ ਮਹੰਗਾ ਕੇ ਲਾਇਆ ਇੰਨਾ ਅਮੀਰ ਜਦੋਂ ਮੈਂ ਅੱਜ ਵੀ ਆ ਪਿਛਲੇ ਮਹੀਨੇ ਉਹਨਾਂ ਦੇ ਘਰ ਹੁਣ ਵੀ ਗਿਆ ਤੇ ਸਾਥ ਸੰਗਤ ਉਦੋਂ ਉਹ ਗੱਲ ਅਸੀਂ ਯਾਦ ਕੀਤੀ ਤਾਂ ਉਹ ਗੁਰੂ ਕਾ ਕੀਰਤਨੀਆਂ ਉਹਦੇ ਘਰ ਵਾਲੀ ਬੱਚੇ ਅੱਖਾਂ ਭਰ ਕੇ ਰੋਪੇ ਉਹ ਕਹਿੰਦੇ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦਾ ਹੈ ਦਾਤੇ ਨੇ ਇੰਨਾ ਸ਼ੀਸ਼ੇ ਵਰਗਾ ਪੱਥਰ ਇਟਲੀ ਤੋਂ ਲਿਆ ਕੇ ਇੰਨੇ ਮਹਿਲ ਸਾਨੂੰ ਬਖਸ਼ ਦਿੱਤੇ ਇਹਦੇ ਵਿੱਚ ਖਲੋਕ ਕੇ ਕੋਈ ਅਰਦਾਸ ਹੈ हे ਗੁਰੂ ਰਾਮਦਾਸ ਸਾਹਿਬ ਕਦੇ ਇਹਨਾਂ ਚੀਜ਼ਾਂ ਦਾ ਮਾਣ ਨਾ ਆ ਜਾ ਸਾਡੇ ਮਨ 'ਚ ਅਸੀਂ ਯਾਦ ਰੱਖੀਏ ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ ਹੈ ਇਹ ਸਾਨੂੰ ਯਾਦ ਰਵੇ ਇਸ ਘਰ ਦੀ ਇੱਕ ਇੱਕ ਇੱਟ ਗੁਰੂ ਰਾਮਦਾਸ ਮਹਾਰਾਜ ਦੀ ਦੇਣ ਹੈ ਇਹ ਸਭ ਕੁਝ ਗੁਰੂ ਰਾਮ ਦਾ ਸਾਹਿਬ ਨੇ ਦਿੱਤਾ ਓ ਸਿੱਖੋ ਇੰਨਾ ਹੀ ਕੋਈ ਯਾਦ ਰੱਖ ਲੈ ਗੁਰੂ ਕਦੇ ਸੇਵਾ ਵਿਅਰਥ ਨਹੀਂ ਜਾਣ ਦਿੰਦਾ ਜਿਹੜੇ ਗੁਰੂ ਦਾ ਜਪੁਰਮ ਮਨਹਾ ਰਹੇ ਹੋ ਨਾ ਮੈਂ ਛੋਟੀ ਜਿਹੀ ਗੱਲ ਕਰਨੀ ਭਾਈ ਗੁਰਦਾਸ ਸਾਹਿਬ ਨੇ ਕਿਹਾ ਭਾਵਨੀ ਭਗਤ ਭਾਏ ਕੋਢੀ ਅਗਰ ਭਾਗ ਰੱਖੇ ਤਾਂਹੇ ਗੁਰ ਸਰਬ ਨਿਧਾਨਦਨ ਦੇਤ ਹੈ ਜੇ ਕੋਈ ਸਤਗੁਰੂ ਦੇ ਦਰ ਤੇ ਭਾਵਨਾ ਨਾਲ ਇੱਕ ਕੋਢੀ ਅਰਪਣ ਕਰੇ ਗੁਰੂ ਕਰੋੜਾਂ ਦੇ ਦਿੰਦਾ ਹੈ ਜੇ ਕੋਈ ਭਾਵਨਾ ਨਾਲ ਇੱਕ ਕਦਮ ਗੁਰੂ ਵੱਲ ਆਵੇ ਗੁਰੂ ਕਰੋੜਾਂ ਕਦਮ ਅੱਗੇ ਹੁੰਦਾ ਹੈ ਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਨਾਰਸ ਤੋਂ ਅੱਗੇ ਗਏ ਉਹ ਸ਼ਹਿਰ ਦਾ ਨਾਮ ਹੈ ਸਸਰਾਮ ਇਹ ਸ਼ੇਰ ਸ਼ਾ ਸੂਰੀ ਦੀ ਜਨਮ ਭੂਮੀ ਹੈ ਜਿਹਦੇ ਨਾਮ ਉੱਤੇ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇਹ ਰਸਤਾ ਬਣਿਆ ਹੋਇਆ ਜਿਹੜੇ ਮਾਰਗ ਤੇ ਤੁਸੀਂ ਬੈਠੇ ਹੋ ਇਹ ਦਿੱਲੀ ਅੰਮ੍ਰਿਤਸਰ ਰੋਡ ਇਹਨੂੰ ਸ਼ੇਰ ਸ਼ਾ ਸੂਰੀ ਮਾਰਗ ਕਹਿੰਦੇ ਨੇ ਸ਼ੇਰ ਸ਼ਾ ਸ਼ਾ ਸੂਰੀ ਦਾ ਜਨਮ ਸਸਰਾਮ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿੱਖ ਉੱਥੇ ਰਹਿੰਦਾ ਹੈ ਉਹਦਾ ਨਾਮ ਹੈ ਭਾਈ ਫੱਗੂ ਸੰਗਤ ਉਹਨੂੰ ਚਾਚਾ ਫੱਗੂ ਕਹਿੰਦੀ ਹੈ ਤੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਮਸੰਦ ਹੈ ਮਹਾਰਾਜ ਉਹਦੇ ਘਰ ਵਿੱਚ ਗਏ ਤੁਸੀਂ ਸਾਖੀ ਸੁਣੀ ਹੋਣੀ ਉਹਨੇ ਦਰਵਾਜ਼ਾ ਬਹੁਤ ਵੱਡਾ ਬਣਾਇਆ ਤਾਂ ਜੋ ਮੇਰੇ ਗੁਰੂ ਨੂੰ ਉਤਰਨਾ ਨਾ ਪਵੇ ਘੋੜੇ ਤੇ ਸਵਾਰ ਸਤਿਗੁਰੂ ਆਉਣ ਇਸੇ ਤਰ੍ਹਾਂ ਪਾਤਸ਼ਾਹ ਦੇ ਘਰ ਵਿੱਚ ਗਏ ਜਦੋਂ 2 ਦਿਨ ਹੋ ਗਏ ਨਾ ਰਹਿੰਦਿਆਂ ਤੀਜੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਕਿਹਾ ਭਾਈ ਫਗੂ ਤੂੰ ਗੁਰੂ ਘਰ ਦਾ ਮਸੰਦ ਹੈ ਬਈ ਤੇਰੇ ਵੱਲ ਭੇਟਾ ਰਹਿੰਦੀ ਹੈ ਗੁਰੂ ਦੀ ਉਹ ਦਿਓ ਹੱਥ ਜੋੜ ਕੇ ਕਹਿੰਦਾ ਮਹਾਰਾਜ ਜਦੋਂ ਵੀ ਕੋਈ ਭੇਟਾ ਇਕੱਠੀ ਹੁੰਦੀ ਹੈ ਮਹਾਰਾਜੋ ਮੈਂ ਹੁੰਡੀ ਬਣਾ ਕੇ ਜਿੱਥੇ ਤੁਸੀਂ ਹੁੰਦੇ ਹੋ ਭੇਜ ਦਿੰਨੇ ਹਾਂ ਕੋਈ 2 1/2 ਮਹੀਨੇ ਦੀ ਭੇਟਾ ਜ਼ਰੂਰ ਮੇਰੇ ਵੱਲ ਐ ਮਹਾਰਾਜ ਉਹ ਮੈਂ ਸਹਾਵ ਕਰਕੇ ਦੇ ਦਿੰਨੇ ਜਿੰਨਾ ਸੰਗਤ ਦਾ ਦਸਵੰਦ ਭੇਟਾ ਸੀ ਉਹਨੇ ਗੁਰੂ ਨੂੰ ਲਿਆ ਕੇ ਭੇਂਟ ਕਰ ਦਿੱਤੀ ਮਹਾਰਾਜ ਆ ਦਸਵੰਦ ਭੇਟ ਮੇਰੇ ਵੱਲ ਰਹਿੰਦੀ ਐ 1 1/2 2 ਮਹੀਨਿਆਂ ਦੀ ਆ ਅਲੱਗੇ ਵਿੱਚੋਂ ਮਾਇਆ ਜਿਹੜੀ ਸੰਗਤ ਦੀ ਆਈ ਐ ਆ ਲਓ ਮਹਾਰਾਜ ਜਦੋਂ ਅਰਪਣ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਕੋਈ ਹੋਰ ਭੇਟਾ ਵੀ ਰਹਿੰਦੀ ਹੈ ਕਹਿੰਦਾ ਮਹਾਰਾਜ ਨਹੀਂ ਹੋਰ ਤੇ ਨਹੀਂ ਰਹਿੰਦੀ ਡੇਢ ਦੋ ਮਹੀਨੇ ਦੀ ਇਹ ਮਾਇਆ ਸੀ ਸੰਗਤ ਦੀ ਇਹ ਮੈਂ ਅਲੱਗ ਰੱਖਨੇ ਮਹਾਰਾਜ ਦਸਵੰਦ ਮਹਾਰਾਜ ਇਹੋ ਦਸਵੰਦ ਹੀ ਭੇਟਾ ਹੈ ਹੋਰ ਨਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਨਹੀਂ ਉਹ 5-7 ਸਾਲ ਪੁਰਾਣੀ ਭੇਟਾ ਤੇਰੇ ਵੱਲ ਰਹਿੰਦੀ ਹੁਣ ਤਾਂ ਸੋਚਾਂ ਚ ਪੈ ਗਿਆ ਨਾ 5-7 ਸਾਲ ਪਹਿਲਾਂ ਕਿਸੇ ਦੀ ਭੇਟਾ ਆਈ ਹੋਵੇ ਮੈਂ ਗੁਰੂ ਨੂੰ ਦਿੱਤੀ ਨਾ ਹੋਵੇ ਬੇਟਾ ਸੋਚਣ ਲੱਗ ਪਿਆ ਐਨੇ ਸਾਲ ਪਹਿਲਾਂ ਕਿੱਥੇ ਕੋਈ ਯਾਦ ਰਹਿੰਦਾ ਹੱਥ ਜੋੜ ਕੇ ਸੋਚ ਕੇ ਅੱਖਾਂ ਭਰ ਕੇ ਕਹਿੰਦਾ ਮਹਾਰਾਜ ਮੈਂ ਗੁਨਾਹਗਾਰ ਹਾਂ ਪਰ ਮੈਨੂੰ ਯਾਦ ਨਹੀਂ ਐਨੇ ਸਾਲ ਪਹਿਲਾਂ ਬੇਟਾ ਤਾਂ ਮੈਂ ਨਾਲ ਦੀ ਨਾਲ ਸੰਗਤ ਦੀ ਭੇਜ ਦਿੱੰਨਾ ਹੈ ਅੱਜ ਤੱਕ ਕਿਸੇ ਦੀ ਮਾਇਆ ਰੱਖੀ ਨਹੀਂ ਮਹਾਰਾਜ ਫੇਰ ਵੀ ਮੈਂ ਅਣਜਾਣ ਹਾਂ ਭੁੱਲਣ ਹਾਰ ਐ ਮਹਾਰਾਜ ਬਖਸ਼ ਦਿਓ ਮੈਨੂੰ ਭੇਟਾ ਯਾਦ ਕਰਾ ਦਿਓ ਕਿਹੜੀ ਭੇਟਾ ਨਹੀਂ ਦਿੱਤੀ ਮਹਾਰਾਜ ਮੈਨੂੰ ਭੁੱਲ ਗਿਆ ਹੋਣਾ ਸੱਚੇ ਬਾਦਸ਼ਾਹ ਮੈਨੂੰ ਭੁੱਲ ਗਿਆ ਹੋਣਾ ਇੱਕ ਬੇਨਤੀ ਸਮਝਿਓ ਸਿੱਖੀ ਕਮਾਉਣੀ ਬਹੁਤ ਔਖੀ ਹੈ ਇੱਥੇ ਕਿਸੇ ਸੱਜਣ ਨੂੰ ਸੇਵਾ ਕਰਦਿਆਂ ਕਹਿ ਦੋ ਵੀ ਤੇਰੇ ਵੱਲ ਗੁਰਦੁਆਰੇ ਦੇ ਪੈਸੇ ਰਹਿੰਦੇ ਨੇ ਉਹ ਕਹਿੰਦਾ ਸੀ ਚੋਰ ਤੂੰ ਕਿਵੇਂ ਹੁੰਦਾ ਕਹਿਣ ਵਾਲਾ ਸੇਵਾ ਕਮਾਉਣੀ ਬਹੁਤ ਔਖੀ ਹੈ ਹੋ ਸਕਦਾ ਕਿਸੇ ਤੋਂ ਕੋਈ ਪੈਸਾ ਭੁੱਲ ਗਿਆ ਹੋਵੇ ਜਿਹਨੇ ਸੇਵਾ ਕਰਨੀ ਹੈ ਉਹਨੂੰ ਕਈ ਵਾਰ ਭੁੱਲਣਾ ਵਿਸਰਨਾ ਉਹਦੇ ਕੋਲੋਂ ਇੱਧਰ ਵੱਧ ਘੱਟ ਕਈ ਵਾਰ ਪੈਸਾ 2-4 ਰੁਪਏ ਹੋ ਜਾਂਦੇ ਨੇ ਕਦੇ ਹੰਕਾਰ ਵਿੱਚ ਨਹੀਂ ਕਹਿਣਾ ਚਾਹੀਦਾ ਸਿਕੜਾ ਚੋਰ ਐ ਸਾਨੂੰ ਕਿਉਂ ਕਹਿ ਰਹੇ ਹੋ ਸਾ ਸੰਗਤ ਇਸ ਲਈ ਸੇਵਾ ਕਰਨੀ ਓਕੀਏ ਸਤਗੁਰੂ ਕੀ ਸੇਵਾ ਗਖੜੀ ਜਿਨ੍ਹਾਂ ਨੇ ਗੁਰੂ ਦਾ ਮਹਿਲ ਸਥਾਨ ਬਣਾਇਆ ਨਾ ਜਿੱਥੇ ਬਾਦਸ਼ਾਹ ਦਾ ਪ੍ਰਕਾਸ਼ ਹੋਇਆ ਉਹ ਸੰਤਾਂ ਦਾ ਨਾਮ ਹੈ શ્રીਮਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਵਾਲੇ ਉਹ ਘਰ ਸੇਵਾ ਵਾਲੇ ਜਦੋਂ ਬਾਬਾ ਸੇਵਾ ਸਿੰਘ ਜੀ ਨੇ ਅੰਤਮ ਸਮਾ ਕਾਲ ਚਲਾਣਾ ਕੀਤਾ ਨਾ ਇੱਕ ਦਿਨ ਪਹਿਲਾਂ ਉਹਨੇ ਕਿਹਾ ਪੱਗ ਲਾਭ ਸਿੰਘ ਨੂੰ ਬੰਦ ਦਿਓ ਅੱਜ ਤੋਂ ਬਾਅਦ ਸੇਵਾ ਬਾਬਾ ਲਾਭ ਸਿੰਘ ਕਰਨਗੇ ਤੇ ਸਰੀਰ ਛੱਡਣ ਤੋਂ ਪਹਿਲਾਂ ਨਾ ਉਹਨਾਂ ਦੇ ਪੰਜ ਸੱਤ ਖੱਦਰ ਦੇ ਚੋਲੇ ਟੰਗੇ ਹੋਏ ਸੀ ਉਹ ਸਾਰੇ ਸੇਵਾਦਾਰਾਂ ਦੇ ਸਾਹਮਣੇ ਕਹਿੰਦੇ ਲਾਭ ਸਿੰਘ ਜੀ ਸਾਰੇ ਚੋਲਿਆਂ ਦੀਆਂ ਜੇਬਾਂ ਵੇਖੋ ਕਿਸੇ ਜੇਬ ਵਿੱਚ ਕੋਈ ਪੈਸਾ ਨਾ ਹੋਵੇ ਸਾਰੇ ਚੋਲਿਆਂ ਵਿੱਚ ਕੋਈ ਰੁਪਈਆ 2 ਰੁਪਏ 4 ਰੁਪਏ ਜਿੱਥੇ ਪੈਸੇ ਸੀ ਸਾਰੇ ਚੋਲਿਆਂ ਦੀਆਂ ਜੇਬਾਂ ਖਾਲੀ ਕਰ ਲਈਆਂ ਤੇ ਫਿਰ ਬਾਬਾ ਸੇਵਾ ਸਿੰਘ ਕਹਿੰਦੇ ਲਾਭ ਸਿੰਘ ਜੀ ਆ ਜਿਹੜੀ ਕੁਰਤੀ ਚੋਲੇ ਮੈਂ ਪਾਏ ਨਾ ਮੇਰੀ ਵੀ ਤਲਾਸ਼ੀ ਲਾਓ ਕੋਈ ਮੇਰੀ ਖਿਸੇ ਵਿੱਚ ਕੋਈ ਝੱਗੀ ਵਿੱਚ ਕੋਈ ਪੈਸਾ ਨਾ ਰਹਿ ਜਾਏ ਉਹ ਕਹਿੰਦੇ ਬਾਬਾ ਜੀ ਐ ਕਿਉਂ ਕਰਦੇ ਹੋ ਤੁਹਾਡੀ ਤਲਾਸ਼ੀ ਅਸੀਂ ਕਿਵੇਂ ਲੈ ਸਕਨੇ ਮਾਰੇ ਤੁਸੀਂ ਐਡੇ ਵੱਡੇ ਸੰਤ ਤੁਹਾਡੀ ਤਲਾਸ਼ੀ ਕਿਵੇਂ ਲੈ ਸਕਨੇ ਕਹਿੰਦੇ ਨਹੀਂ ਅੱਜ ਤੋਂ ਬਾਅਦ ਸੇਵਾ ਤੈਨੂੰ ਦੇ ਦਿੱਤੀ ਐ ਆ ਮੇਰੇ ਪਹਿਨੇ ਹੋਏ ਕੱਪੜਿਆਂ ਦੀ ਤਲਾਸ਼ੀ ਲੈ ਕਿਸੇ ਜੇਬ ਖਿਸੇ ਝੱਗੀ ਵਿੱਚ 1 ਰੁਪਇਆ 20ਵਾਂ ਪਾਤਸ਼ਾਹ ਦਾ ਨਾਂ ਰਹਿ ਜਾਏ ਨਹੀਂ ਤੇ ਮੈਨੂੰ ਦਰਗਾਹ ਵਿੱਚ ਗੁਰੂ ਨੇ ਥਾਂ ਨਹੀਂ ਦੇਣੀ ਸਾਹ ਸੰਗਤ ਉਹ ਪਏ ਹੋਏ ਸੰਤਾਂ ਦੇ ਨਾ ਚੋਲਾ ਝੱਗੀ ਸਾਰੇ ਖਿਸੇ ਹੁਕਮ ਮੰਨ ਕੇ ਨਾਲਿਓਂ ਨਹੀਂ ਖਿਸੇ ਜੇਬਾਂ ਟੋਕੇ ਜਿੱਦਾਂ ਤਲਾਸ਼ੀ ਲੈਂਦੇ ਤੇ ਨਾਲੇ ਅੱਖਾਂ ਭਰ ਕੇ ਰੋ ਪਏ ਸਾਧ ਸੰਗਤ ਸਭ ਸੇਵਾਦਾਰਾਂ ਦੇ ਅੱਖਾਂ ਵਿੱਚ ਹੰਝੂ ਸੀ ਦਾਤਾ ਸੰਤ ਇਹਨੂੰ ਕਹਿੰਦੇ ਨੇ ਇੰਨੀ ਸੇਵਾ ਕਰਕੇ ਵੀ ਕਹਿੰਦੇ ਨੇ ਮੇਰੀ ਤਲਾਸ਼ੀ ਲੈ ਲਓ ਕੋਈ ਪੈਸਾ ਨਾ ਦੇ ਜਾਏ ਇੱਥੇ ਸਾਧ ਸੰਗਤ ਕਈ ਵਾਰ ਪ੍ਰਬੰਧਕ ਕਮੇਟੀ ਬਦਲਦੀ ਉਹ ਹਿਸਾਬ ਹੀ ਨਹੀਂ ਦਿੰਦੇ ਉਹ ਕਹਿੰਦੇ ਲਾਓ ਫਿਰ ਲੈ ਲਓ ਜੇ ਤੋ ਹਿਸਾਬ ਲੈਣਾ ਨਹੀਂ ਹੱਥ ਬੰਨ ਕੇ ਹਿਸਾਬ ਬੰਦਿਆਂ ਦਾ ਥੋੜੀ ਹੈ ਹਿਸਾਬ ਤੁਸੀਂ ਗੁਰੂ ਦਾ ਦੇਣਾ ਅਸੀਂ ਗੁਰੂ ਦੇ ਦੇਣਦਾਰ ਉਸ ਹੱਥ ਬੰਨ ਕੇ ਦੇਣਾ ਚਾਹੀਦਾ ਹੈ ਬਈ ਆ ਸਭ ਕੁਝ ਲਿਖਿਆ ਹੈ ਇਤੋਂ ਇਲਾਵਾ ਕੋਈ ਚੀਜ਼ ਭੁੱਲ ਗਈ ਹੋਵੇ ਤਾਂ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਸਾਹ ਸੰਗਤ ਉਹਨੂੰ ਫਿਰ ਮਹਾਨ ਬੜਾ ਮਿਲਦਾ ਹੈ ਅੱਜ ਭਾਈ ਫੱਗੂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਮਹਾਰਾਜ ਪੰਜ ਸੱਤ ਸਾਲ ਪਹਿਲਾਂ ਹੋ ਸਕਦਾ ਕੋਈ ਭੁੱਲ ਗਿਆ ਹੋਵੇ ਮਹਾਰਾਜ ਹੋ ਸਕਦਾ ਮੇਤੋਂ ਭੁੱਲ ਹੋ ਗਈ ਹੋਵੇ ਕੋਈ ਪੇਟਾ ਦੇਣੀ ਰਹਿ ਗਈ ਹੋਵੇ ਮਹਾਰਾਜ ਬਖਸ਼ ਦਿਓ ਤੋ ਸਿੰਘ ਬਖਸ਼ਣ ਹਾਰੋ ਜਦੋਂ ਹੱਥ ਜੋੜ ਕੇ ਕਿਹਾ ਕਿ ਲੇਖੇ ਕਤੈ ਨਾ ਛੁੱਟੀ ਐ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਭਾਈ ਫੱਗੂ ਦੀ ਅੱਖਾਂ ਭਰ ਗਈਆਂ ਇਹ ਨਹੀਂ ਕਿ ਹਮਾਰਾ ਜੀ ਇੰਨੇ ਸਾਲਾਂ ਤੋਂ ਮੈਂ ਸੇਵਾ ਕਰਦਾ ਚੱਟਾ ਦਾੜਾ ਹੋ ਗਿਆ ਤੁਸੀਂ ਸਾਰਿਆਂ ਦੇ ਸਾਹਮਣੇ ਚੋਰ ਕਹਿੰਦੇ ਹੋ ਮੈਨੂੰ ਐ ਨਹੀਂ ਕਿਹਾ ਚਰਨੀ ਟਹਿ ਕੇ ਕਿ ਮਹਾਰਾਜ ਭੁੱਲੋ ਹੋ ਗਈ ਹੋਣੀ ਕੋਈ ਭੁੱਲ ਗਿਆ ਹੋਣਾ ਮਹਾਰਾਜ ਕਿਰਪਾ ਕਰਕੇ ਯਾਦ ਕਰਾ ਦਿਓ ਮਹਾਰਾਜ ਮੈਂ ਭੁੱਲਣ ਹਾਰਾਂ ਤੁਸੀਂ ਬਖਸ਼ਣ ਹਾਰੋ ਜਦੋਂ ਅੱਖਾਂ ਭਰ ਕੇ ਰੋ ਪਏ ਨੌਵੇਂ ਪਾਤਸ਼ਾਹ ਨੇ ਹੰਝੂ ਆਪਣੇ ਹੱਥਾਂ ਨਾਲ ਸਾਫ਼ ਕੀਤੇ ਤੇ ਗਲ ਕਲਾਵੇ ਵਿੱਚ ਲੈ ਕੇ ਨਾ ਇਸ ਤਰ੍ਹਾਂ ਗਲ ਨਾਲ ਲਾ ਕੇ ਕਹਿੰਦੇ ਫਗੂ ਉਹ ਭੇਟਾ ਰਹਿੰਦੀ ਐ ਭਾਈ ਯਾਦ ਕਰ 5-7 ਸਾਲ ਪਹਿਲਾਂ ਕਿਸੇ ਸਿੱਖ ਦੇ ਘਰ ਭੇਟਾ ਲੈਣ ਗਿਆ ਸੀ ਉਹ ਗੁਰਸਿੱਖ ਤੇ ਉਹਦੇ ਘਰ ਵਾਲੀ ਆਪਸ ਵਿੱਚ ਝਗੜਾ ਕਰਕੇ ਹਟੇ ਸਨ ਸਿੱਖ ਘਰ ਦੇ ਵਿੱਚੋਂ ਬਾਹਰ ਚਲਾ ਗਿਆ ਤੇ ਤੂੰ ਜਾ ਕੇ ਉਸੇ ਵਕਤ ਜਦੋਂ ਭੇਟਾ ਮੰਗੀ ਉਹਦੇ ਘਰ ਵਾਲੀ ਗੁੱਸੇ ਵਿੱਚ ਸੀ ਤੂੰ ਕਹਿ ਜੀ ਦਸਵੰਦ ਭੇਟਾ ਕੋਈ ਗੁਰੂ ਦੀ ਤੇ ਉਹ ਕਹਿੰਦੀ ਘਰ ਨਹੀਂ ਹੈ ਮੇਰੇ ਘਰ ਵਾਲਾ ਕਹਿੰਦੇ ਫਿਰ ਤੂੰ ਕਹਿ ਜੀ ਜੋ ਭੈਣ ਜੀ ਦੇਣਾ ਹੈ ਭੇਟਾ ਦੇ ਦਿਓ ਕੋਈ ਤੇ ਕਹਿੰਦੇ ਉਹ ਮਾਈ ਨੇ ਗੁੱਸੇ ਵਿੱਚ ਕੀ ਦਿੱਤਾ ਸੀ ਉਦੋਂ ਭਾਈ ਫੇਰੂ ਨੂੰ ਯਾਦ ਆਇਆ ਕਹਿੰਦਾ ਹਾਂ ਮਹਾਰਾਜ ਭੇਟਾ ਤਾਂ ਬਹੁਤ ਲੋਕਾਂ ਤੋਂ ਲਈ ਪਰ ਉਹ ਭੇਟਾ ਮੈਨੂੰ ਕਦੇ ਨਹੀਂ ਭੁੱਲ ਸਕਦੀ ਮਹਾਰਾਜ ਉਹ ਘਰ ਵਾਲੀ ਆਪਣੇ ਘਰ ਵਾਲੇ ਨਾਲ ਲੜ ਕੇ ਹੱਟੀ ਸੀ ਤੇ ਉਹਨੂੰ ਗੁੱਸਾ ਸੀ ਵਿਚਾਰੀ ਨੂੰ ਜਦੋਂ ਮੈਂ ਕਿਹਾ ਕੋਈ ਦਸੰਦ ਭੇਟਾ ਦਿਓ ਉਹਨੇ ਗੁੱਸੇ ਵਿੱਚ ਘਰ ਦਾ ਝਾੜੂ ਲਾ ਕੇ ਹੱਟੀ ਸੀ ਬੇੜੇ 'ਚ ਕੂੜਾ ਚੁੱਕ ਕੇ ਮੇਰੀ ਝੋਲੀ ਪਾ ਦਿੱਤਾ ਤੇ ਬਾਦਸ਼ਾ ਉਹ ਕੂੜਾ ਲਿਆ ਕੇ ਨਾ ਮੈਂ ਵਿੜੇ ਵਿੱਚ ਰੱਖ ਦਿੱਤਾ ਮੈਂ ਉਸ ਮਾਈ ਨੂੰ ਕੋ ਬੁਰਾ ਭਲਾ ਮੋਹਰੋਂ ਬੋਲਿਆ ਨਹੀਂ ਇਹ ਸਿੱਖੀ ਦੀ ਨਿਸ਼ਾਨੀ ਸੀ ਲਿਆ ਕੇ ਉਹ ਕੂੜਾ ਆਪਣੇ ਵਿੜੇ ਵਿੱਚ ਰੱਖ ਦਿੱਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਫਿਰ ਜਿੱਥੇ ਕੂੜਾ ਰੱਖਿਆ ਨੂੰ ਤੋਂ ਵਿੜੇ ਵਿੱਚ ਜਿਹੜੇ ਸਿੱਖ ਦੇ ਘਰੋਂ ਉਹ ਬਾਣੀ ਪੜਨ ਵਾਲੇ ਸਿੱਖ ਸੀ ਇਹ ਠੀਕ ਹੈ ਗ੍ਰਸਤੀ ਵਿੱਚ ਕਈ ਵਾਰ ਝਗੜਾ ਹੋ ਜਾਂਦਾ ਹੈ ਪਰ ਬਾਣੀ ਦਾ ਪ੍ਰਭਾਵ ਤੁਹਾਡੇ ਘਰ ਚ ਰਹਿੰਦਾ ਐ ਤੁਹਾਨੂੰ ਮਨਮੁਖ ਨਹੀਂ ਕੋਈ ਕਹਿ ਸਕਦਾ ਐ ਥੋੜੀ ਵੀ ਜੇ ਕੋਈ ਬਾਣੀ ਪੜ੍ਹਦਾ ਉਹਦੇ ਘਰ ਕਦੇ ਮਾੜਾ ਮੋਟਾ ਝਗੜਾ ਹੀ ਨਹੀਂ ਹੁੰਦਾ ਪਰ ਬਾਣੀ ਦਾ ਪ੍ਰਭਾਵ ਰਹਿੰਦਾ ਉਹ ਝਗੜਾ ਸਾਕਤਾਂ ਵਾਲਾ ਨਹੀਂ ਹੁੰਦਾ ਜਿਵੇਂ ਸਾਕਤ ਲੋਕ ਕਰਦੇ ਐ ਇਦਾਂ ਗੁਰਮੁਖਾਂ ਦਾ ਝਗੜਾ ਨਹੀਂ ਗੁਰਮੁਖਾਂ ਦਾ ਝਗੜਾ ਪਤਾ ਕਿਵੇਂ ਐ ਜਿਵੇਂ ਸਾਥ ਸੰਗਤ ਨਦੀ ਦੇ ਕੰਡੇ ਰੇਤੇ ਵਿੱਚ ਕੋਈ ਲੀਕ ਮਾਰ ਦਿਓ ਇੱਕ ਪਲ ਵਿੱਚ ਜਿਵੇਂ ਪਾਣੀ ਫਿਰਦਾ ਤੇ ਲੀਕ ਫਿਰ ਖਤਮ ਹੋ ਜਾਂਦੀ ਪਾਣੀ ਵਿੱਚ ਲੀਕ ਖਿੱਚਦੇ ਹੋ ਪਿੱਛੋਂ ਨਾਲ ਦੀ ਨਾਲ ਮਿੱਟਦੀ ਜਾਂਦੀ ਐਦਾਂ ਗੁਰਮਖੰਦ ਦਾ ਝਗੜਾ ਮਾੜਾ ਜਿਹਾ ਹੋਇਆ ਜਦੇ ਖਤਮ ਥੋੜਾ ਬੋਤਾ ਬੋਰ ਬਲਾਲਾ ਹੋਇਆ ਘੜੀ ਬਾਦ ਫਿਰ ਖੁਸ਼ ਹੋ ਗਏ ਗੁਰਸਿੱਖਾਂ ਦਾ ਤਾਂ ਝਗੜਾ ਬੜਾ ਸੁਆਦਲਾ ਹੁੰਦਾ ਉਹ ਕਿਤੇ ਮੈਂ ਤੁਹਾਨੂੰ ਕਥਾ ਵੀ ਸੁਣਾਵਾਂਗਾ ਕਿ ਗੁਰਸਿੱਖਾਂ ਦਾ ਤਾਂ ਝਗੜਾ ਹੀ ਬੜਾ ਸੁਆਦਲਾ ਹੈ ਉਹਨਾਂ ਨੂੰ ਤਾਂ ਝਗੜੇ ਤੋਂ ਬਾਅਦ ਬਾਣੀ 'ਚ ਰਾਸ ਹੀ ਬਹੁਤ ਆਉਂਦਾ ਹੈ ਪਰ ਉਹ ਸਾਖਦਾਂ ਦੀ ਤਰ੍ਹਾਂ ਮਿਹਣੇ ਨਹੀਂ ਮਾਰਦੇ ਦੋਸ਼ ਨਹੀਂ ਲਾਉਂਦੇ ਇੱਕ ਦੂਜੇ ਨੂੰ ਅਪਸ਼ਬਦ ਨਹੀਂ ਕਹਿੰਦੇ ਇੱਕ ਦੂਜੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਗੁਰਸਿੱਖਾਂ ਦਾ ਝਗੜਾ ਐ ਹੈ ਜਿਵੇਂ ਪਾਣੀ ਵਿੱਚ ਲੀਕ ਹੈ ਕਹਿੰਦੇ ਉਹ ਗੁਰਸਿੱਖ ਬਾਣੀ ਪੜਨ ਵਾਲੇ ਸੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਭਾਵੇਂ ਉਹ ਮਾਈ ਨੇ ਗੁੱਸੇ 'ਚ ਕੂੜਾ ਦਿੱਤਾ ਪਰ ਉਹ ਸੀ ਬਾਣੀ ਪੜਨ ਵਾਲੇ ਕਹਿੰਦੇ ਮਹਾਰਾਜ ਫਿਰ ਕਹਿੰਦੇ ਉਹਦਾ ਦਿੱਤਾ ਦਾਨ ਫਲਿਆ ਭਾਈ ਫਿਰ ਕਹਿੰਦੇ ਸੱਚੇ ਬਾਦਸ਼ਾਹ ਸਮਝ ਨਹੀਂ ਆਈ। ਹਜ਼ੂਰ ਨੇ ਕਿਹਾ ਕੂੜਾ ਲਿਆ ਕੇ ਕਿੱਥੇ ਰੱਖਿਆ ਸੀ? ਕਹਿੰਦਾ ਮਹਾਰਾਜ ਉਹ ਤਾਂ ਮੇਰੇ ਬੇੜੇ ਵਿੱਚ ਰੱਖਿਆ ਸੀ। ਕਹਿੰਦੇ ਪਰ ਤਕ ਉਸੇ ਕੂੜੇ ਉੱਤੇ ਮੀਂਹ ਪਿਆ ਤੇ ਸਲਾਬ ਨਾਲ ਉਸੇ ਕੂੜੇ ਵਿੱਚੋਂ ਇੱਕ ਦਰਖਤ ਉੱਗ ਗਿਆ। ਆਹ ਜਿਹੜਾ ਤੇਰੇ ਬੇੜੇ ਵਿੱਚ 베ਰੀ ਦਾ ਦਰਖਤ ਲੱਗਾ ਨਾ ਉਸੇ ਕੂੜੇ ਵਿੱਚੋਂ 베ਰੇ 베ਰੀ ਦਾ ਬੀਜ ਗਿਟਕ ਸੀ ਜਿਹੜੀ ਤੇਰੇ ਬੇੜੇ ਚ ਉੱਗ ਗਏ। ਕਹਿੰਦੇ ਹਾਂ ਮਹਾਰਾਜ ਇਹ ਮੈਂ 베ਰੀ ਲਾਈ ਨਹੀਂ ਆਪੇ ਹੀ ਹੋਈ ਹੈ। ਕਹਿੰਦੇ ਆਪੇ ਨਹੀਂ ਹੋਈ? ਉਸੇ ਗੁਰਸਿੱਖ ਦੇ ਘਰ ਕੂੜੇ ਵਿੱਚ 베ਰ ਦੀ ਢਟਕ ਆ ਗਈ। ਉਹ ਤੇਰੇ ਘਰ ਵਿੱਚ ਬਿੱਜੀ ਗਈ। ਅੱਜ ਇਹ ਤੇਰੇ ਬੇੜੇ ਵਿੱਚ ਇੰਨੀ ਭਾਰੀ 베ਰੀ ਹੈ। ਤੇ ਪਾਤਸ਼ਾਹ ਨੇ ਕਿਹਾ, "ਉਹ ਪੇਟਾ ਤੇਰੇ ਵੱਲ ਰਹਿੰਦੀ ਹੈ। ਹੁਣ ਉਹ ਗੁਰਸਿੱਖਾਂ ਦਾ ਦਿੱਤਾ ਭਾਵੇਂ ਕੂੜਾ ਹੀ ਸੀ, ਵੀ ਤੋਂ 베ਰੀ ਬਣ ਗਈ। ਕਹਿੰਦੇ ਹੁਣ 베ਰੀ ਦੇ 베ਰ ਨਹੀਂ ਖਲਾਏਗਾ।" ਚਰਨੀ ਟੈਪਿਆ ਮਹਾਰਾਜ, "ਇਹ ਸਭ ਕੋਈ ਤੁਹਾਡੇ 베ਰ ਤੋੜ ਕੇ ਨਵੇਂ ਪਾਤਸ਼ਾਹ ਨੂੰ ਭੇਂਟ ਕੀਤੇ। ਅੱਜ ਵੀ ਜਦੋਂ ਤੁਸੀਂ ਸਸਰਾਮ ਜਾਓ ਉਹ 베ਰੀ ਦਾ ਦਰਖਤ ਅੱਜ ਵੀ ਉਹ ਗੁਰਦੁਆਰੇ ਵਿੱਚ ਹੈ ਉੱਥੇ ਅੱਜ ਵੀ 베ਰੀ ਦੇ 베ਰਾਂ ਦਾ ਪ੍ਰਸ਼ਾਦ ਸੰਗਤਾਂ ਲੈਂਦੀਆਂ ਨੇ ਸਾਧ ਸੰਗਤ ਗੁਰਸਿੱਖ ਦਾ ਘਰ ਦੇ ਵਿੱਚੋਂ ਕੋਈ ਛੋਟੀ ਜਿਹੀ ਵੀ ਚੀਜ਼ ਸੇਵਾ ਚੱਲੀ ਜਾਏ ਉਹ ਗੁਰੂ ਪਰਮਾਨੰ ਕਰਦਾ ਪਰ ਸ਼ਰਤ ਹੈ ਉਹ ਸਿੱਖ ਸਦਾ ਗੁਰੂ ਦਾ ਰਿਣੀ ਰਹੇ ਆਓ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੀਏ ਮਹਾਰਾਜ ਜੇ ਮੱਖਣ ਸ਼ਾ ਲਵਾਣੇ ਦਾ ਬੇੜਾ ਭਾਰ ਲਾਇਆ ਹੈ ਸਤਿਗੁਰੂ ਸਾਡਾ ਵੀ ਰੰਦਾ ਜੀਵਨ ਇਹ ਬੇੜਾ ਪਾਰ ਲਾ ਦਿਓ ਅਰਦਾਸ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਇੱਕ ਨੁਕਤਾ ਹੋਰ ਕਹਿੰਦਾ ਤੁਹਾਡੇ ਕੰਮ ਆਏਗਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜਾ ਮਿੱਠਾ ਜਿਹਾ ਮੀਣਾ ਮਾਰਿਆ ਕਿਤੇ ਸ਼ਾਇਦ ਸਾਡੇ ਦਿਲ ਤੇ ਲੱਗ ਜਾਏ ਮਹਾਰਾਜ ਇੱਕ ਸ਼ਲੋਕ ਵਿੱਚ ਕਹਿੰਦੇ ਹੋ ਬੰਦਿਆ ਤੂੰ ਬੁੱਢਾ ਹੋ ਰਿਹਾ ਤੈਨੂੰ ਸਮਝ ਨਹੀਂ ਆਉਂਦੀ ਦੇਖੋ ਕਿੰਨੀ ਸਿੱਧੀ ਗੱਲ ਹੈ ਕਹਿੰਦੇ ਬਚਪਨ ਸੀ ਬੰਦੇ ਨੂੰ ਆਸ ਹੁੰਦੀ ਹੈ ਜਵਨੀ ਹੋਣੀ ਹੈ ਜਵਨੀ ਆ ਗਈ ਤੇ ਹੁਣ ਆਸ ਉਹ ਕਹਿੰਦਾ ਅਜੇ ਕਿਹੜਾ ਬੁੱਢੇ ਹੋ ਗਏ ਆ ਅਜੇ ਖਾਣ ਪੀਣ ਦੀ ਉਮਰ ਹੈ ਪਰ ਜਦੋਂ ਉਮਰ ਬੁਢੇਪੇ ਤੋਂ 30 35 40 ਤੋਂ ਟੱਪਦੀ ਹੈ ਹੁਣ ਸਾਥ ਸੰਗਤ ਆਪਾਂ ਬੁਢੇਪੇ ਵੱਲ ਜਾ ਰਹੇ ਆ ਬੁੱਢੇ ਹੋ ਰਹੇ ਆ ਹੁਣ ਬੁਢੇਪੇ ਤੋਂ ਬਾਅਦ ਕੁਝ ਵੀ ਨਹੀਂ ਹੋਣਾ ਇੱਕੋ ਚੀਜ਼ ਆਉਣੀ ਹੈ ਉਹ ਪਤਾ ਕੀ ਮੌਤ ਕਦੇ ਵੀ ਆ ਜਾਏ ਬੁਢੇਪੇ ਤੋਂ ਬਾਅਦ ਕੀ ਆਉਣਾ ਹੁਣ ਹਜ਼ੂਰ ਕਹਿੰਦੇ ਤੂੰ ਬੁੱਢਾ ਹੋ ਰਿਹਾ ਹੈ ਤੂੰ ਕਾਲ ਵੱਲ ਜਾ ਰਿਹਾ ਤੇ ਕਾਲ ਤੇਰੇ ਵੱਲ ਆ ਰਿਹਾ ਹੁਣ ਤੈਨੂੰ ਸਮਝ ਨਹੀਂ ਆਉਂਦੀ ਇਹ ਤੋਂ ਪਹਿਲਾਂ ਕਿ ਬੁੱਢਾ ਹੁੰਦਿਆਂ ਕਾਲ ਤੇਰੇ ਵੱਲ ਆ ਜਾਏ ਮੌਤ ਆ ਜਾਏ ਜਪ ਲਿਆ ਕਰ ਓਏ ਸਤਨਾਮ ਸ੍ਰੀ ਓਏ ਬਾਵਰੇ ਬੰਦੇ ਹੁਣ ਤਾਂ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਤੂੰ ਬੁੱਢਾ ਹੋ ਰਿਹਾ ਹੈ ਤੇ ਕਈ ਬੰਦੇ ਸਾਧ ਸੰਗਤ ਬੁੱਢੇ ਹੋ ਰਹੇ ਨੇ ਪਰ ਦੱਸਣਾ ਨਹੀਂ ਚਾਹੁੰਦੇ ਕਾਲੇ ਕੋਲੇ ਕਰਕੇ ਹੀ ਬਚਦੇ ਰਹਿੰਦੇ ਪਤਾ ਹੀ ਨਾ ਲੱਗੇ ਮਾਫ ਕਰਿਓ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹ ਬੁਢੇਪੇ ਨੂੰ ਤੁਸੀਂ ਰੋਕ ਨਹੀਂ ਸਕਦੇ ਲੱਖ ਕੋਸ਼ਿਸ਼ਾਂ ਕਰਕੇ ਵੀ ਇਹ ਬੁਢੇਪੇ ਨੇ ਚਮਕ ਪੈਣੇ ਹਜ਼ੂਰ ਦੇ ਕਹਿਣ ਦਾ ਭਾਵ ਇੱਕੋ ਹੀ ਆ ਉਹ ਬੰਦਿਆ ਬੁੱਢਾ ਹੋ ਰਿਹਾ ਹੈ ਇਤੋਂ ਪਹਿਲਾਂ ਕਿ ਮੌਤ ਆ ਜਾਏ ਹੁਣ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਇੱਕ ਕਿਤੇ ਲੁਧਿਆਣਾ ਦੇ ਡੈਂਟਲ ਡਾਕਟਰ ਹੈ ਲੇਡੀਜ਼ ਉਹਨਾਂ ਦੇ ਟ੍ਰੀਟਮੈਂਟ ਚੱਲਦਾ ਸੀ ਅਸੀਂ ਗਏ ਤੇ ਉਹਨੇ ਬੜਾ ਵੱਡਾ ਬੋਰਡ ਲਾਇਆ ਤੇ ਉਹ ਮੈਂ ਕਿਹਾ ਭੈਣ ਜੀ ਤੁਸੀਂ ਤਾਂ ਦੰਦਾਂ ਦਾ ਡਾਕਟਰ ਹੋ ਤੁਸੀਂ ਡੈਂਟਲਿਸਟ ਹੋ ਤੇ ਆਹ ਬੋਰਡ ਉਹ ਕਹਿੰਦੀ ਇਹ ਨਵਾਂ ਕੋਰਸ ਕੀਤਾ ਮੈਂ ਭਾਈ ਸਾਹਿਬ ਇਹ ਮੈਂ ਕੋਰਸ ਯੂਐਸ ਤੋਂ ਕਰਕੇ ਆਈ ਮੈਂ ਉਹਨੂੰ ਕਿਹਾ ਇਹ ਕਾਹਦਾ ਕੋਰਸ ਹੈ ਉਹ ਕਹਿੰਦੀ ਜੀ ਅੱਜਕੱਲ ਇਹ ਵੀ ਚੱਲਦਾ ਹੈ ਇਹਦੇ ਉੱਤੇ ਹਜ਼ਾਰਾਂ ਲੱਖਾਂ ਰੁਪਈਆ ਲੱਗਦਾ ਹੈ ਕੱਲੇ ਮੈਂ ਦੰਦਾਂ ਦਾ ਟ੍ਰੀਟਮੈਂਟ ਨਹੀਂ ਕਰਦੀ ਹੁਣ ਮੈਂ ਪਲਾਸਟਿਕ ਸਰਜਰੀ ਕਰਦੀ ਐ ਇੰਜੈਕਸ਼ਨ ਲਗਦੇ ਨੇ ਜਿਨ੍ਹਾਂ ਦੇ ਚਿਹਰਿਆਂ ਤੇ ਝੁਰੜੀਆਂ ਪੈ ਜਾਣੀਆਂ ਨਾ ਕਹਿੰਦੀ ਇੰਜੈਕਸ਼ਨ ਲਾਈਦਾ ਝੁਰੜੀਆਂ ਪਤਾ ਨਹੀਂ ਲੱਗਦਾ ਬੰਦਾ ਬੁੱਢਾ ਹੈ ਕਿੰਨਾ ਕਚਿਰ ਝੁਰੜੀਆਂ ਤੋਂ ਬਚਾ ਲੋਂਗੇ ਸਾਥ ਸੰਗਤ ਲੋਕ ਐਵੇਂ ਵੀ ਲੱਖਾਂ ਰੁਪਈਆ ਲਾਉਂਦੇ ਨੇ ਉਹਨਾਂ ਨਾਲ ਜੋ ਕੁਝ ਹੁੰਦਾ ਫਿਰ ਉਹ ਤੁਸੀਂ ਬਾਲੀਵੁੱਡ ਦਾ ਇਤਿਹਾਸ ਕੱਢ ਕੇ ਵੇਖ ਲਿਓ ਮੈਂ ਉਹ ਡਿਟੇਲ ਵਿੱਚ ਕਹਿਣਾ ਨਹੀਂ ਮੇਰੀ ਜ਼ੁਬਾਨ ਤੋਂ ਸ਼ਾਇਦ ਚੰਗਾ ਨਹੀਂ ਇਸ ਤਰ੍ਹਾਂ ਕਹਿਣਾ ਜਿਹੜੇ ਬੰਦਿਆਂ ਨੇ ਕੁਦਰਤ ਦੇ ਨਿਯਮ ਦੇ ਉਲਟੇ ਕੰਮ ਕੀਤਾ ਉਹਨਾਂ ਨੂੰ ਆਹ ਪ੍ਰੋਬਲਮ ਬਹੁਤ ਵੱਡੀ ਆਈ ਹੈ ਉੱਥੇ ਇਤਿਹਾਸ ਦੇਖ ਲਿਓ ਉਹਨਾਂ ਨੂੰ ਸਤਗੁਰਾਂ ਇੱਕੋ ਗੱਲ ਕਹੀ ਕੌਣ ਬੁਢੇਪੇ ਤੋਂ ਬਚਾ ਸਕਦਾ ਹੈ ਇਹ ਬੁਢੇਪਾ ਆ ਰਿਹਾ ਜਦ ਲੰਗ ਜਰਾ ਰੋਗ ਨਹੀਂ ਆਇਆ ਜਦ ਲੰਗ ਕਾਲ ਗਰਸੀ ਨੇ ਕਾਇਆ ਜਦ ਲੰਗ ਬਿਕਲ ਭਈ ਨੇ ਬਾਣੀ ਭਜ ਲੈ ਰੇਮਨ ਸਾਰੰਗ ਪਾਣੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੁੱਢਾ ਹੋ ਰਿਹਾ ਤੈਨੂੰ ਸਮਝ ਨਹੀਂ ਆਉਂਦੀ ਹੁਣ ਤਾਂ ਮੌਤ ਹੀ ਆਉਣੀ ਐ ਇਤੋਂ ਪਹਿਲਾਂ ਕਿ ਮੌਤ ਤੇਰੇ ਵੱਲ ਆ ਜਾਏ ਤੂੰ ਅਕਾਲ ਪੁਰਖ ਨੂੰ ਜਪਿਆ ਕਰ ਸਤਨਾਮ ਸ੍ਰੀ ਜਪਿਆ ਕਰ ਵਾਹਿਗੁਰੂ 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 ਕਿਉਂ ਇਹ ਤੇਰੇ ਕੰਮ ਆਏਗਾ ਹਜ਼ੂਰ ਨੇ ਬਚਨ ਕਿਆ ਵਿਰਦ ਭਇਓ ਸੂਜੈ ਨਹੀਂ ਪੜੋ ਵਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਪਗ ਬੜੋ ਸਾਰੇ ਕਹੋ ਨਾਨਕ ਨਰਬਾਵਰੇ ਕਿਉਂ ਨਾ ਬਜੇ ਬਗ ਇਹ ਬਾਵਰੇ ਬੰਦੇ ਹੁਣ ਕਿਉਂ ਨਹੀਂ ਵਾਹਿਗੁਰੂ ਕਹਿੰਦਾ ਹੁਣ ਤੇ ਬੁਢੇਪਾ ਆ ਗਿਆ ਜਿਨ੍ਹਾਂ ਦੀ ਉਮਰ 40 ਸਾਲ ਤੋਂ ਟੱਪ ਰਹੀ ਹੈ ਹੁਣ ਨਾ ਢਿਲ ਕਰਿਆ ਕਰੋ ਆਖੋ ਸਤਨਾਮ ਸ੍ਰੀ ਹਜ਼ੂਰ ਕਹਿੰਦੇ ਬਿਰਦ ਪੈ ਉਹ ਸੂਜੈ ਨਹੀਂ ਕਾਲ ਪਹੁੰਚਿਆ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਪੜੋ ਗੱਜ ਕੇ ਪਿਆਰ ਨਾਲ ਕਿਉਂ ਨਾ ਭਜੈ ਕਿਉਂ ਨਾ ਭਜੈ ਭਗਵਾਨ ਬਾਵਰੇ ਕਿਉਂ ਨਾ ਭਜੈ ਕਿਉਂ ਨਾ ਭਜੈ ਕਿਉਂ ਨਾ ਭਜੈ ਭਗਵਾਨ ਬਾਵਰੇ ਕਿਉਂ ਨਾ ਭਜੈ ਕਿਉਂ ਨਾ

ਕੋਹ ਨਾਨਕ ਨਰਬਾਵਰੇ ਕੋਹ ਨਾਨਕ ਨਰਬਾਵਰੇ ਕੋਹ ਨਾਨਕ ਨਰਬਾਵ ਕਉ ਨਾਨਕ ਨਰਵਾਵਰੇ ਕਉ ਨਾਨਕ ਨਰਵਾਵਰੇ ਕਉ ਨਾਨਕ ਨਰਵਾਵ ਕਉ ਨਾਨਕ ਕਿਉ ਨ ਬਜੈ ਭਗਵਾਨ ਬਾvre ਕਿਉ ਨ ਬਜੈ ਕਿਉ ਨ ਬਜੈ ਕਿਉਂ ਨਾ ਭਜੇ ਭਗਵਾਨ ਬਾਬre ਕਿਉਂ ਨਾ ਭਜੇ ਕਿਉਂ ਨਾ ਭਜੇ ਕਿਉਂ ਨਾ ਭਜੇ ਭਗਵਾਨ ਬਾਤਰੇ ਕਿਉਂ ਨਾ ਭਜੇ ਕਿਉਂ ਨਾ ਭਜੇ ਕਿਉਂ ਨਾ ਭਜੇ ਭਗਵਾਨ ਬਾਤਰੇ ਕਿਉਂ ਨਾ ਭਜੇ ਅੱਖੋ ਸਤਨਾਮ ਸ੍ਰੀ ਕੀ ਜਪਿਆ ਹੋਇਆ ਵਹਿਗੁਰੂ ਕੰਮ ਆਉਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਾਇ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਸਰ ਵੀ ਤਿਓ ਜਾਤ ਹੈ ਕਹਿੋ ਮਾਨ ਲੈ ਮੇਰੋ ਅਗਲੀ ਪੰਕਤੀ ਬੜੀ ਪਿਆਰੀ ਹੈ ਸ਼ਾਇਦ ਆਪਣੇ ਕੰਮ ਆਵੇ ਅਜਹੂ ਕਸ਼ ਬਿਗਰਿਓ ਨਹੀਂ ਤੇਰਾ ਕੁਝ ਵੀ ਨਹੀਂ ਵਿਗੜਿਆ ਅਜੇ ਤੇ ਸਰੀਰ ਚੱਲਦਾ ਹੈ ਸਵਾਸ ਚੱਲਦੇ ਨੇ ਤੂੰ ਤੁਰ ਸਕਨੇ ਵੇਖ ਸਕਨੇ ਬੋਲ ਸਕਨੇ ਅਜੇ ਕੀ ਵਿਗੜਿਆ ਤੇਰਾ ਕੁਝ ਵੀ ਨਹੀਂ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਹਜੇ ਤੂੰ ਗਾ ਸਕਨੇ ਪਰ ਇਸ ਤੋਂ ਬਾਅਦ ਫਿਰ ਹਜ਼ੂਰ ਕਹਿਣਗੇ ਜਾਣ ਬੁੱਝ ਕੇ ਬਾਵਰੇ ਤੈ ਕਾਜ ਬਿਗਾਰੇ ਹੋ ਕਿਸੇ ਨੇ ਤੇਰਾ ਕੰਮ ਨਹੀਂ ਵਿਗਾੜਿਆ ਤੂੰ ਜਾਣ ਬੁੱਝ ਕੇ ਆਪਣਾ ਵਿਗਾੜ ਲਿਆ ਕਿਸੇ ਨੇ ਨਹੀਂ ਵਿਗਾੜਿਆ ਰੱਬ ਨੇ ਸਾਨੂੰ ਦੁਖੀ ਨਹੀਂ ਕੀਤਾ ਅਸੀਂ ਆਪੇ ਦੁਖੀ ਹੋਏ ਹਾਂ ਰੱਬ ਨੇ ਰੋਗ ਨਹੀਂ ਲਾਏ ਸਾਨੂੰ ਆਪੇ ਲੱਗੇ ਨੇ ਕਿਉਂ ਤੋੜਾ ਖਾਣਾ ਪੀਣਾ ਸੌਣਾ ਗਲਤ ਹੋ ਗਿਆ ਹੈ ਜਾਗਣਾ ਗਲਤ ਹੋ ਗਿਆ ਹੈ ਕਦੇ ਪੰਛੀਆਂ ਦੇ ਕੋਈ ਹਸਪੀਟਲ ਵੇਖੇ ਨੇ ਸੂਰਜ ਡੁੱਬਦਾ ਉਹ ਆਪਣੇ ਆਲਣੇ ਵਿੱਚ ਆ ਜਾਂਦੇ ਨੇ ਸੂਰਜ ਚੜ੍ਹਦਾ ਸਵੇਰੇ ਉੱਠ ਕੇ ਪੰਛੀ ਤੁਹਾਡੇ ਬਨੇਰਿਆਂ ਤੇ ਗਾਣ ਲੱਗ ਪੈਂਦੇ ਨੇ ਉਹ ਭਲਿਆ ਤੂੰ ਆਪਣਾ ਸੌਣਾ ਖਾਣਾ ਵਿਗਾੜ ਲਿਆ 2-2 ਵਜੇ ਤੱਕ ਮੋਬਾਈਲ ਵੇਖਣੇ ਨੇ ਬਿਮਾਰ ਨਹੀਂ ਹੋਣਾ ਤੇ ਕੀ ਹੋਣਾ ਰਾਤ ਨੂੰ ਡਾਕਟਰ ਕਹਿੰਦੇ ਨੇ ਖਾਣਾ ਹਲਕਾ ਖਾਓ ਉਹਦੇ ਲਿਖਿਓ ਤੁਸੀਂ ਕਹਿੰਦੇ ਨੇ ਨਾ ਰਾਤ ਦਾ ਭੋਜਨ ਹਲਕਾ ਭੋਜਨ ਹੋਣਾ ਚਾਹੀਦਾ ਪਰ ਜੇ ਰਾਤ ਨੂੰ 10 10 11 11 ਵਜੇ ਚੰਪਾਂ ਤੇ ਮਸ਼ਰੂਮ ਚੁੱਕ ਕੇ ਲਿਆਉਂਦੇ ਹੋ ਜੇ ਤੁਸੀਂ ਘਰ ਵੇ ਸਾਹ ਸੰਗਤ ਆ ਚੀਜ਼ਾਂ ਲਿਆਉਂਦੇ ਹੋ ਫਿਰ ਬਿਮਾਰ ਕਹਿੰਨੇ ਕੀਤਾ ਰੱਬ ਨੇ ਤੇ ਨਹੀਂ ਕੀਤਾ ਤਾਈਓ ਕਹਿਣਗੇ ਜਾਣ ਬੂਜ ਕੇ ਬਾਵਰੇ ਤੇ ਕਾਜ ਵਿਗਾਰੇ ਓ ਤੂੰ ਖੁਦ ਆਪਣਾ ਕੰਮ ਬਗਾੜਿਆ ਅੰਮ੍ਰਿਤ ਵੇਲੇ ਪੰਛੀ ਜਾਗਦੇ ਨੇ ਤੂੰ 9 ਵਜੇ ਉੱਠਦੇ ਕਿਸੇ ਨੇ ਤੈਨੂੰ ਨਹੀਂ ਵਿਗਾੜਿਆ ਤੇਰੇ ਘਰ ਵਿੱਚ ਕਲੇਸ਼ ਕਿਸੇ ਨੇ ਨਹੀਂ ਪਾਇਆ ਤੂੰ ਆਪੇ ਪਾਇਆ ਹੋਇਆ ਜਾਣ ਬੂਝ ਕੇ ਬਾਬਰੇ ਤੈ ਕਾਜ ਵਿਗਾੜੇ ਓ ਪਾਪ ਕਰਤ ਸੁਖ ਜਿਉ ਨਹੀਂ ਨੈ ਗਰਬ ਨਿਵਾਰੇ ਓ ਕਹਿੰਦੇ ਪਾਪ ਕਰਦੇ ਆ ਤੈਨੂੰ ਸੰਗ ਹੀ ਨਹੀਂ ਆਈ ਪਾਪ ਕਰਦੇ ਤੈਨੂੰ ਲੱਜਾ ਨਹੀਂ ਆਈ ਸਗੋਂ ਉਲਟਾ ਗਰਭ ਵਿੱਚ ਰਿਆਂ ਮੇਰਾ ਕਿਹੜਾ ਕਿਸੇ ਨੂੰ ਪਤਾ ਹੈ ਹੰਕਾਰ ਵਿੱਚ ਰਿਆਂ ਮੇਰਾ ਕਿਹੜਾ ਕਿਸੇ ਨੂੰ ਪਤਾ ਹੈ ਤੇ ਸੰਗ ਪਤਾ ਕਿੱਥੇ ਹੁੰਦੀ ਹੈ ਜਿੱਥੇ ਕੋਈ ਆਪਣੇ ਬਾਰੇ ਸਭ ਕੁਝ ਜਾਣਦਾ ਹੋਵੇ ਚਾਹ ਬੰਦਿਆਂ 'ਚ ਬੰਦਾ ਕਹਿੰਦਾ ਮੇਰੇ ਬਾਰੇ ਕਿਹੜਾ ਪਤਾ ਗੱਪਾਂ ਮਾਰੇਗਾ ਪੰਜਵਾਂ ਸਾਹਮਣੇ ਉਹ ਆ ਜਾਏ ਜਿਹੜਾ ਸਾਰੀਆਂ ਕਰਤੂਤਾਂ ਜਾਣਦਾ ਹੈ ਤੇ ਫਿਰ ਉਹਦੇ ਸਾਹਮਣੇ ਕੀ ਹੁੰਦਾ ਹੈ ਅੱਖਾਂ ਨੀਮੀਆ ਹੋ ਜਾਂਦੀਆਂ ਨੇ ਤੌਣ ਨੀਮੀ ਹੋ ਜਾਂਦੀ ਆਵਾਜ਼ ਵੀ ਨੀਮੀ ਹੋ ਜਾਂਦੀ ਐ ਕਿਉਂ ਹੁਣ ਉਹ ਸਾਹਮਣੇ ਬੈਠਾ ਜਿਹੜਾ ਸਾਰੀਆਂ ਕਰਤੂਤਾਂ ਜਾਣਦਾ ਤੇ ਗੁਰੂ ਨੇ ਕਿਹਾ ਪਾਪ ਕਰਦੇ ਆ ਤੈਨੂੰ ਸੰਗ ਨਹੀਂ ਆਈ ਲੋਕਾਂ ਕੋਲੋਂ ਤਾਂ ਛੁਪੇ ਹੋਏ ਨੇ ਕੋਈ ਗੱਲ ਨਹੀਂ ਪਰ ਜਿਸ ਗੁਰੂ ਦੇ ਸਾਹਮਣੇ ਬੈਠੇ ਯਾਦ ਰੱਖਿਓ ਤੇਰੀਆਂ ਸਾਰੀਆਂ ਕਰਤੂਤਾਂ ਜਾਣਦਾ ਜਦ ਤੈਨੂੰ ਸੰਗ ਆਉਣ ਲੱਗ ਪੈਣੀ ਜਦੋਂ ਸੰਗ ਆਵੇ ਉਦੋਂ ਗੁਰੂ ਨੂੰ ਹੱਥ ਜੋੜ ਕੇ ਕਹਿ ਦੇਂਦਾ ਦਾਤਾ ਆ ਮੇਰੇ ਔਗਣ ਨੇ ਕਿਰਪਾ ਕਰਕੇ ਬਖਸ਼ ਦਿਓ ਗੁਰੂ ਬਖਸ਼ਿੰਦ ਹੈ ਉਹ ਬਖਸ਼ ਦਿੰਦਾ ਸਤਗੁਰੂ ਕਿਰਪਾ ਕਰਨ ਜਿਸ ਗੁਰੂ ਦਾ ਪਰਮ ਮਨਾ ਰਹੇ ਹੋ ਸਹਿਬ ਨੇ ਅਰਦਾਸ ਵਿੱਚ ਕਿਹਾ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਸਿਮਰ ਲਿਆ ਕਰ ਤੇਰੇ ਘਰ ਵਿੱਚ ਦੁਨੀਆ ਦੇ ਨੋ ਕੀਮਤੀ ਖਜ਼ਾਨੇ ਆ ਜਾਣੇ ਟੋਟ ਨਹੀਂ ਰਹਿਣੀ ਬਰਕਤਾਂ ਰਹਿੰਦੀਆਂ ਨੇ ਪਰ ਸ਼ਰਤ ਹੈ ਆਪਣੇ ਘਰ 'ਚ ਬੁਰੀ ਚੀਜ਼ ਨਾ ਪਾਓ ਮੈਨੂੰ ਕਈਆਂ ਦਾ ਇਤਰਾਜ਼ ਰਹਿੰਦਾ ਜੀ ਕਹਿੰਦੇ ਰਹਿੰਦੇ ਉਹ ਬਾਣੀ ਪੜਨ ਨਾਲ ਬਰਕਤ ਆਸੀ ਤਾਂ ਸੁਖਮਨੀ ਦਾ ਪਾਠ ਕਰੀਦਾ ਸਾਡੇ ਨਹੀਂ ਐ ਹੋ ਰਿਹਾ ਤੇ ਜਦੋਂ ਪੁੱਛੀ ਤੇ ਤੁਹਾਡੇ ਫਰਿੱਜ ਚ ਕੀ ਪਿਆ ਕਹਿੰਦੇ ਸਮਝੇ ਨਹੀਂ ਭਾਈ ਸਾਹਿਬ ਮੈਂ ਕਿੱਪ ਫਰਿੱਜ ਵੇਖੋ ਕੀ ਪਿਆ ਤੁਹਾਡੇ ਘਰ ਵਿੱਚ ਵੇਖੋ ਕੀ ਪਿਆ ਤੁਸੀਂ ਕਹਿੰਦੇ ਉਹ ਬਾਣੀ ਪੜਦੇ ਆ ਬਰਕਤ ਨਹੀਂ ਪੈ ਰਹੀ ਗੁਰੂ ਨਹੀਂ ਕਿਰਪਾ ਕਰ ਰਿਹਾ ਆਪਣੀਆਂ ਫਰਿੱਜਾਂ ਚੈੱਕ ਕਰੋ ਫਰਿਜਾਂ ਤਾਂ ਅੰਡਿਆਂ ਨਾਲ ਭਰੀਆਂ ਨੇ ਘਰ ਵਿੱਚ ਤਾਂ ਸ਼ਰਾਬ ਪਈ ਐ ਫਿਰ ਕਹਿੰਦੇ ਉਹ ਬਰਕਤ ਨਹੀਂ ਪੈਂਦੀ ਪਹਿਲਾਂ ਸਿਆਣੇ ਬੰਦੇ ਕਦੇ ਦੁਕਾਨ ਉੱਤੇ ਸ਼ਰਾਬ ਨਹੀਂ ਸੀ ਲੈ ਕੇ ਜਾਂਦੇ ਕਿਉਂ ਉਹ ਬਰਕਤ ਸ਼ਰਾਬੀ ਨੂੰ ਅੰਦਰ ਵੀ ਨਹੀਂ ਸਿਵਾੜਦੇ ਬਰਕਤ ਪੈਂਦੀ ਆ ਸਾਥ ਸੰਗਤ ਜੇ ਦੁਨਿਆਵੀ ਕਮਾਈ ਵਾਸਤੇ ਬਰਕਤ ਬਾਹਰੋਂ ਦੁਕਾਨ ਹੈ ਘਰ ਦੀ ਬਰਕਤ ਤੁਹਾਡੇ ਘਰ ਦੀ ਰਸੋਈ ਹੈ ਜਿੱਦਣ ਰਸੋਈ ਵਿੱਚੋਂ ਭਾਂਡੇ ਉਹ ਚੀਜ਼ਾਂ ਬਾੜ ਲੈਂਦੇ ਹੋ ਉਦੋਂ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਨੇ ਲਿਖ ਕੇ ਦਿੱਤਾ ਕਵੀਰ ਭੰਗ ਮਸ਼ਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਂਹੇ ਤੀਰਤ ਵਰਤ ਨੇਮ ਕੀਏ ਤੇ ਸਭੇ ਰਸਤਲ ਜਾਣ ਫਿਰ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ ਆਉ ਗੁਰੂ ਅੱਗੇ ਅਰਦਾਸ ਕਰੀਏ ਨੋ ਨਿੱਧਾਂ ਆ ਜਾਂਦੀਆਂ ਨੇ ਜੇ ਕੋਈ ਸਿਮਰੇ ਧੰਨ ਗੁਰੂ ਤੇਗ ਬਹਾਦਰ ਤੇ ਜਿੱਥੇ ਯਾਦ ਕਰੋ ਉੱਥੇ ਸਹਾਈ ਹੁੰਦਾ ਆਹ ਪੰਕਤੀ ਪੜ੍ਹ ਕੇ ਸਮਾਪਤੀ ਕਰਨੀ ਗੱਜ ਕੇ ਕਿਉਂ ਤੇਗ ਬਹਾਦਰ ਸਿਮਰੈ ਐ ਤੇਗ ਬਹਾਦਰ ਸਿਮਰੈ ਐ ਤੇਗ ਬਹਾਦਰ ਸਿਮਰੈ ਐ ਤੇਗ ਬਹਾਦਰ ਕਰ ਨੋਂ ਨਦਿਆਵੇ ਤੇਗ ਬਹਾਦਰ ਸਿਮਰੈ ਤੇਗ ਬਹਾਦਰ ਸਿਮਰੈ ਕਰਨੋਂ ਨੇ ਦਿਆਵੇ ਤੇਗ ਬਹਾਦਰ ਸਿਮਰੈ ਵਾ ਵਾ ਤੇਗ ਬਹਾਦਰ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰੇ ਤੇਗ ਬਹਾਦਰ ਸਿਮਰੇ ਸਭ ਥਾਈ ਹੋਏ ਤੇਗ ਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ 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 ਧੰਨ ਗੁਰੂ ਤੇਗ ਬਹਾਦਰ ਆਨੰਗੁਰੂ ਮਹਾਰਾਜ ਸਾਦੇ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰੈ ਤੇਗ ਬਹਾਦਰ ਸਿਮਰੈ ਸਭ ਥਾਈ ਹੋਏ ਸਹਾਏ ਤੇਗ ਬ ਤੇਗ ਬਹਾਦਰ ਸਿਮਰ ਸਤਗੁਰੂ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਭਾਵੇਂ ਹੋਰ ਥਾਂ ਮੈਂ ਤੇ ਵੀ ਕਥਾ ਕਰੀ ਦੀ ਹੈ ਇਹ ਸਾਰੀ ਸੰਗਤ ਸਭ ਪਿਆਰ ਵਾਲੀ ਹੈ ਸਾਰੀ ਸੰਗਤ ਗੁਰੂ ਦਾ ਰੂਪ ਹੈ ਪਰ ਤੁਹਾਡੇ ਉੱਤੇ ਸਤਿਗੁਰ ਜੀ ਦੀ ਵਿਸ਼ੇਸ਼ ਕਿਰਪਾ ਹੈ ਇੱਥੇ ਜਦੋਂ ਆਪਾਂ ਕਥਾ ਕਰਦੇ ਤਾਂ ਸਾਥ ਸੰਗਤ ਟਾਈਮ ਨਹੀਂ ਦੇਖਣਾ ਪੈਂਦਾ ਭਾਵੇਂ ਮੈਂ ਅੱਗੇ ਸ਼ਾਹਵਾਦ ਮਾਰਕੰਡੇ ਪਹੁੰਚਣਾ ਪਰ ਜਦੋਂ ਤੁਹਾਡੀ ਸੰਗਤ ਵਿੱਚ ਪ੍ਰੇਮ ਪਿਆਰ ਇੰਨੇ ਸੰਗਤ ਨਾਲ ਬਾਣੀ ਪੜਦੀ ਇੱਥੇ ਸਮੇਂ ਦਾ ਪਤਾ ਨਹੀਂ ਲੱਗਦਾ ਔਰ ਸਤਿਗੁਰ ਦੀ ਬਖਸ਼ਿਸ਼ ਕਿਰਪਾ ਤੁਹਾਡੇ ਉੱਤੇ ਕਨੇਰੀ ਨਜ਼ਰ ਹੈ ਇਸੇ ਤਰ੍ਹਾਂ ਮੇਰਾ ਸਤਿਗੁਰੂ ਤਾਂ ਤੇ ਨਜ਼ਰ ਬਣਾਈ ਰੱਖੇ ਇਦਾਂ ਗੁਰੂ ਦੀ ਬਾਣੀ ਨਾਲ ਜੁੜੇ ਰਹੋ ਅੰਮ੍ਰਿਤ ਛਕੋ ਘਰ ਵਿੱਚ ਬਾਣੀ ਪੜੋ ਅੱਜ ਗੁਰੂ ਦਾ ਪੁਰਬ ਬਣਾ ਰਹੇ ਹੋ ਤੇ ਜੇ ਕੋਈ ਦੁਨਿਆਵੀ ਤੌਰ ਤੇ ਬੰਦਾ ਜਨਮ ਦਿਨ ਮਨਾਵੇ ਨਾ ਉਹਦੇ ਘਰ ਕੀ ਲੈ ਕੇ ਜਾਂਦੇ ਹੋ ਗਿਫਟ ਉਹਦੇ ਬੱਚੇ ਨੂੰ ਗਿਫਟ ਦੇਈਦਾ ਜੀ ਤੁਹਾਡਾ ਅੱਜ ਵੱਡਿਆ ਜਨਮ ਦਿਨ ਹੈ ਤੇ ਜਦੋਂ ਤੁਸੀਂ ਉਹਨਾਂ ਦੇ ਘਰੋਂ ਖਾਣਾ ਖਾ ਕੇ ਜਨਮ ਦਿਨ ਉਹ ਬਨਾਗ ਮਨਾਉਣ ਤੋਂ ਬਾਅਦ ਵੱਡੇ ਮਨਾ ਕੇ ਵਾਪਸ ਜਾਂਦੇ ਹੋ ਤੇ ਫਿਰ ਉਹ ਘਰ ਵਾਲੇ ਕੀ ਕਹਿੰਦੇ ਇੱਕ ਮਿੰਟ ਰੁਕ ਜਾਓ ਜੀ ਜਰਾ ਕੀ ਕਰਨਾ ਹੈ ਭਾਈ ਤੁਸੀਂ ਸਾਡੇ ਬੱਚੇ ਦੇ ਵਾਢੇ ਤੇ ਆਏ ਹੋ ਅਸੀਂ ਵੀ ਕੁਝ ਨਾ ਕੋਈ ਤੁਹਾਨੂੰ ਦੇਣਾ ਕੋਈ ਨਾ ਕੋਈ ਉਹ ਮਿੱਠਾ ਦਿੰਦੇ ਨੇ ਤੇ ਨਾਲ ਜੇ ਕੋਈ ਸਭ ਤੋਂ ਛੋਟਾ ਬੱਚਾ ਆਇਆ ਹੋਵੇ ਰਿਸ਼ਤੇਦਾਰੀ 'ਚ ਉਹਦੇ ਤਲੀ ਤੇ ਪਿਆਰ ਕਰਕੇ ਪੈਸੇ ਵੀ ਰੱਖਦੇ ਨੇ ਆ ਬੱਚਿਆਂ ਨੂੰ ਪਿਆਰ ਹੈ ਤੁਸੀਂ ਆਏ ਹੋ ਸਾਡੇ ਬੱਚੇ ਦੇ ਜਨਮ ਜੇ ਦੁਨਿਆਵੀ ਤੌਰ ਤੇ ਇੰਨਾ ਕੋਈ ਸਤਿਕਾਰ ਕਰਦਾ ਹੈ ਇਹ ਮੇਰਾ اٹਲ ਵਿਸ਼ਵਾਸ ਹੈ ਤੁਸੀਂ ਗੁਰੂ ਦਾ ਪੁਰਬ ਭਾਵਨਾ ਨਾਲ ਮਨਾਉਣ ਆਇਓ ਜੇ ਕਿਸੇ ਦੇ ਅੰਦਰ ਪ੍ਰੇਮ ਤੇ ਭਾਵਨਾ ਦਾ ਗਿਫਟ ਲੈ ਕੇ ਗੁਰੂ ਕੋਲ ਆਓਗੇ ਨਾ ਸਾਧ ਸੰਗਤ ਇਹ ਯਾਦ ਰੱਖਿਓ ਜਾਣ ਲੱਗਿਆਂ ਗੁਰੂ ਨੇ ਵੀ ਤੁਹਾਨੂੰ ਖਾਲੀ ਨਹੀਂ ਭੇਜਣਾ ਝੋਲੀਆਂ ਭਰ ਕੇ ਭੇਜਣਾ ਇਹ ਗੁਰੂ ਦੀ ਵਡਿਆਈ ਹੈ ਮੈਂ بڑے ਗੁਰਸਿੱਖਾਂ ਦੇ ਕੱਲ ਉੱਥੇ ਗੁਰੂ ਕੇ ਮਹਿਲ ਦਰਸ਼ਨ ਕੀਤੇ ਉਹ ਕਹਿੰਦੇ ਜੀ ਅਸੀਂ ਵੀ ਭਾਈ ਸਾਹਿਬ ਗਿਫਟ ਲੈ ਕੇ ਆਏ ਆ ਗੁਰੂ ਵਾਸਤੇ ਕਿਹੜਾ 11 ਪਾਠ ਜਪਜੀ ਸਾਹਿਬ ਦੇ ਕਰਕੇ ਆਏ ਆ ਮੈਂ ਇੱਕ ਸੁਖਮਨੀ ਸਾਹਿਬ ਦਾ ਪਾਠ ਗਿਫਟ ਲੈ ਕੇ ਆਇਆ ਏ ਇਦਾਂ ਸਾਸ ਸੰਗਤ ਜਦੋਂ ਗੁਰੂ ਦਾ ਪੁਰਬ ਹੋਵੇ ਤਾਂ ਗੁਰੂ ਦੀ ਬਾਣੀ ਪੜ੍ਹ ਕੇ ਬਾਦਸ਼ਾਹ ਲਿਆਓ ਮਹਾਰਾਜ ਅੱਜ ਅਸੀਂ ਆ ਤੁਹਾਡੇ ਪਿਆਰ ਚ ਪੜਿਆ ਸਤਿਗੁਰੂ ਕਿਰਪਾ ਕਰਨ ਫਿਰ ਗੁਰੂ ਵੀ ਝੋਲੀਆਂ ਭਰਦਾ ਕੱਲ ਨੂੰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਹੈ ਤੇ ਕੱਲ ਨੂੰ ਜਰੂਰ ਤੁਸੀਂ ਇੱਕ ਇੱਕ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਿਓ ਫਿਰ ਗੁਰੂ ਕੋਲੋਂ ਜੋ ਮੰਗਦੇ ਹੋ ਉਹ ਵੀ ਸਤਿਗੁਰੂ ਪਿਆਰ ਦਿੰਦੇ ਨੇ ਸਾਰੀ ਸੰਗਤ ਦਾ ਧੰਨਵਾਦ ਕੋਟਾਂ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਆਪ ਤਰੁੱਠ ਕੇ ਬਖਸ਼ਿਸ਼ ਕਰਦੇ ਨੇ ਅਸੀਸ ਦਿਓ ਅਸੀਂ ਕੱਲੇ ਕਹਿਣ ਜੋਗੇ ਨਾ ਰਹਿ ਜਾਈਏ ਆਪ ਸੰਗਤ ਦੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ ਦਿਓ ਅਸੀਸ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ